ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਸ਼ ਬਾਬਾ ਅਮਰਜੀਤ ਸਿੰਘ ਜੀ, ਉਹਨਾਂ ਦੀ ਮਿੱਠੀ ਯਾਦ ਅੰਦਰ ਜੁੜ ਬੈਠੇ ਹੋ। ਸਾਰੀ ਸੰਗਤ ਇੱਕ ਰਾਂ ਚੜ੍ਹਦੀ ਕਲਾ ਵਿੱਚ ਆਓ, ਦਾਸਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਹੋਵੇ। ਗੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਮਹਾਂਪੁਰਸ਼ ਬਾਬਾ ਅਮਰਜੀਤ ਸਿੰਘ ਜੀ, ਬੜਾ ਪਰਉਪਕਾਰੀ, ਨੇਕ ਸੁਭਾਅ, ਜੇ ਕਹਿ ਲਿਆ ਜਾਵੇ ਕਿ ਦਰਵੇਸ਼ ਆਤਮਾ, ਖਾਸ ਕਰਕੇ ਗਰੀਬਾਂ ਨਾਲ ਪਿਆਰ ਕਰਨ ਵਾਲੇ, ਦੁਖੀਆਂ ਦਾ ਦਰਦ ਵੰਡਾਉਣ ਵਾਲੇ, ਔਰ ਇਹ ਉੱਚੀ ਸੁੱਚੀ ਬਣ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਅਨਮੋਲ ਹੀਰੇ ਬਹਾਦਰ ਬਾਬਾ ਬਿਧੀ ਚੰਦ, ਉਹਨਾਂ ਦੀ ਅਣਸ ਬਣਸ ਦੇ ਬੜੇ ਸੁੱਚੇ ਮੋਤੀ, ਜਿਨ੍ਹਾਂ ਨੇ ਸਿੱਖ ਪੰਥ ਦੀ ਸੇਵਾ ਬੜੀ ਚੜ੍ਹਦੀ ਕਲਾ ਨਾਲ ਕੀਤੀ, ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਜੁੜ ਕੇ ਬੈਠੇ ਹਾਂ। ਪਹਿਲਾਂ ਵੀ ਬੇਨਤੀਆਂ ਕੀਤੀਆਂ ਗਈਆਂ, ਜਿੱਥੇ ਜਿੱਥੇ ਆਵਾਜ਼ ਜਾਂਦੀ ਹੈ ਪੰਡਾਲ ਵਿੱਚ ਸਜੋ, ਤਾਂ ਕਿ ਸਾਡਾ ਇੱਥੇ ਆਉਣਾ ਸਫਲ ਹੋ ਜਾਵੇ, ਹਾਜ਼ਰੀ ਲੱਗ ਜਾਵੇ। ਸਾਡੇ ਸਤਿਕਾਰਯੋਗ ਮਹਾਂਪੁਰਸ਼ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਗੱਜਣ ਸਿੰਘ ਜੀ, ਉਹਨਾਂ ਵੱਲੋਂ ਆਸ਼ੀਰਵਾਦ ਦੇ ਤੌਰ ਤੇ ਜਥੇ ਨੂੰ 100 ਰੁਪਇਆ ਮਾਇਆ ਭੇਜੀ ਗਈ ਹੈ। ਸਤਿਗੁਰੂ ਮਹਾਂਪੁਰਸ਼ਾਂ ਨੂੰ ਤੰਦਰੁਸਤੀ ਔਰ ਚੜ੍ਹਦੀ ਕਲਾ ਨਾਲ ਸਿੱਖ ਪੰਥ ਦੀਆਂ ਇਹ ਭਾਰੀ ਜ਼ਿੰਮੇਵਾਰੀਆਂ ਸਮਾਵਾਂ ਨਿਭਾਉਣ ਦਾ ਮੇਰਾ ਪਾਤਸ਼ਾਹ ਬਲ ਬਖਸ਼ੇ। ਬਾਬਾ ਚੋਜਾ ਸਿੰਘ ਜੀ, ਵੀਰ ਜਥੇਦਾਰ ਤਰਨਾ ਦਲ ਵਾਲੇ, ਉਹਨਾਂ ਵੱਲੋਂ ਵੀ ਜਥੇ ਦੇ ਮਾਣ ਵਿੱਚ ਮਾਇਆ ਹਾਜ਼ਰ ਹੈ। ਸਤਿਗੁਰੂ ਚੜ੍ਹਦੀ ਕਲਾ ਕਰੇ। ਕੇਵਲ ਸਿੰਘ ਜੀ ਪਹਿਲਵਾਨ, ਉਹਨਾਂ ਦੇ ਨਾਮ ਤੋਂ ਵੀਰ ਜੀ ਮਾਇਆ ਅਰਦਾਸ ਕਰਾ ਗਏ ਹੈ। ਮੇਰੇ ਨਗਰ ਤੋਂ ਮੇਰੇ ਬਹੁਤ ਪਿਆਰ ਵਾਲੇ ਮੇਰੇ ਸਰਨਾਵੇਂ ਵੀਰ ਗੁਰਮੁਖ ਸਿੰਘ ਜੀ, ਜਿਨ੍ਹਾਂ ਤੇ ਸਤਿਗੁਰਾਂ ਦੀ ਅਪਾਰ ਰਹਿਮਤ ਹੈ, ਉਹਨਾਂ ਵੱਲੋਂ ਵੀ ਆਪਣੇ ਜਥੇ ਦੇ ਮਾਣ ਵਿੱਚ 100 ਰੁਪਇਆ ਮਾਇਆ ਪਹੁੰਚੀ ਹੈ। ਸਤਿਗੁਰੂ ਚੜ੍ਹਦੀ ਕਲਾ ਕਰੇ। ਇਸ ਘਰ ਦੀ ਸੇਵਾ ਕਰਨ ਵਾਲੇ ਬਾਬਾ ਅਮਰਜੀਤ ਸਿੰਘ ਹੋਰਾਂ ਨਾਲ, ਜਿਨ੍ਹਾਂ ਦਾ ਬਹੁਤ ਜ਼ਿਆਦਾ ਪਿਆਰ ਸੀ, ਬਾਬਾ ਮੋਹਨ ਸਿੰਘ ਜੀ, ਉਹਨਾਂ ਵੱਲੋਂ ਵੀ ਜਥੇ ਦੇ ਮਾਣ ਵਿੱਚ 100 ਰੁਪਇਆ ਮਾਇਆ ਪਹੁੰਚੀ ਹੈ। ਸਤਿਗੁਰੂ ਚੜ੍ਹਦੀ ਕਲਾ ਕਰੇ। ਮੇਰਾ ਭਾਣਜਾ ਅੰਗਰੇਜ਼ ਸਿੰਘ ਜੀ ਕਰਮੂ ਵਾਲੇ ਤੋਂ, ਉਹਨਾਂ ਵੱਲੋਂ 100 ਰੁਪਇਆ, ਹੋਰ ਮੇਰੀਆਂ ਸਤਿਕਾਰਯੋਗ ਭੈਣਾਂ ਵੱਲੋਂ, ਬੀਬੀਆਂ ਵੱਲੋਂ ਬੇਅੰਤ ਮਾਇਆ ਇਤਿਹਾਸ ਦੇ ਮਾਣ ਵਿੱਚ ਆਈ ਹੈ। ਸਤਿਗੁਰੂ ਸਭ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਚੜ੍ਹਦੀ ਕਲਾ ਕਰਨ, ਗੁਰਸਿੱਖੀ ਦਾ ਦਾਨ ਬਖਸ਼ਣ। ਮਹਾਂਪੁਰਸ਼ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ, ਬਾਬਾ ਅਮਰਜੀਤ ਸਿੰਘ ਜੀ, ਉਹਨਾਂ ਦੇ ਨਾਮ ਤੋਂ ਬੇਅੰਤ ਮਾਇਆ ਪਹੁੰਚੀ ਹੈ। ਸਤਿਗੁਰੂ ਚੜ੍ਹਦੀ ਕਲਾ ਕਰਨ। ਇੱਕ ਭੈਣ ਜੀ ਬਾਬਾ ਬੰਤਾ ਸਿੰਘ ਤੇ ਬਾਬਾ ਜੀਵਾ ਸਿੰਘ, ਬਾਬਾ ਅਮਰਜੀਤ ਸਿੰਘ ਜੀ ਦੇ ਲਾਇਕ ਸਪੁੱਤਰ, ਉਹਨਾਂ ਦੇ ਨਾਮ ਤੋਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮਾਇਆ ਅਰਦਾਸ ਕਰਾਉਂਦੇ ਹੈ। ਸਤਿਗੁਰੂ ਚੜ੍ਹਦੀ ਕਲਾ ਕਰ। ਖਾਲਸਾ ਅਕੈਡਮੀ ਤੋਂ ਮਹਿੰਦਰ ਸਾਹਿਬ ਤੇ ਉੱਥੋਂ ਦੇ ਪ੍ਰਿੰਸੀਪਲ ਸਾਹਿਬ, ਉਹਨਾਂ ਵੱਲੋਂ ਇਤਿਹਾਸ ਦੇ ਮਾਣ ਵਿੱਚ ਮਾਇਆ ਆਈ ਹੈ। ਸਤਿਗੁਰੂ ਚੜ੍ਹਦੀ ਕਲਾ ਕਰੇ। ਮੈਂ ਧੰਨਵਾਦੀ ਹਾਂ ਇਹਨਾਂ ਚੈਨਲ ਵਾਲੇ ਵੀਰਾਂ ਦਾ ਵੀ, ਸਿੱਖ ਚੈਨਲ ਚੜ੍ਹਦੀ ਕਲਾ ਟਾਈਮ ਟੀਵੀ ਵਾਲਿਆਂ ਦਾ, ਜੋ ਇਹ ਤੁਹਾਡਾ ਪ੍ਰੋਗਰਾਮ ਰਿਕਾਰਡ ਕਰ ਰਿਹਾ ਹੈ, ਤੇ ਚੜ੍ਹਦੀ ਕਲਾ ਟਾਈਮ ਟੀਵੀ ਨੇ 9 ਤਰੀਕ ਨੂੰ ਰਾਤ ਨੂੰ 9:30 ਵਜੇ ਇਹਨੂੰ ਕਾਸਟ ਟੈਲੀਕਾਸਟ ਕਰਨਾ ਹੈ। ਸੋ ਇਸੇ ਤਰ੍ਹਾਂ ਇਹ ਸਿੱਖ ਚੈਨਲ ਵਾਲੇ, ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ। ਆਓ, ਸਮਾਂ ਬੜਾ ਸੀਮਿਤ ਹੈ। ਬੰਦਗੀ ਵਾਲੀਆਂ ਰੂਹਾਂ ਉਹ ਅਕਾਲ ਪੁਰਖ ਵਿੱਚ ਪੂਰੀ ਤਰ੍ਹਾਂ ਭੇਦ ਹੋ ਜਾਂਦੀਆਂ ਹੈ। ਉਹਨਾਂ ਦੇ ਮਨ ਵਿੱਚ ਇਹ ਨਹੀਂ ਵਿਤ ਵਿਤਕਰਾ ਰਹਿ ਜਾਂਦਾ, ਇਹ ਕੋਈ ਹਿੰਦੂ ਹੈ, ਇਹ ਕੋਈ ਸਿੱਖ ਹੈ, ਇਹ ਮੁਸਲਮਾਨ ਹੈ, ਈਸਾਈ ਹੈ, ਯਹੂਦੀ ਹੈ ਜਾਂ ਪਾਰਸੀ ਹੈ। ਮੈਂ ਬਹਾਦਰ ਬਾਬਾ ਬਿਧੀ ਚੰਦ ਤੇ ਉਹਨਾਂ ਦੇ ਇੱਕ ਮਿੱਤਰ ਪਿਆਰੇ ਦੀ ਗੱਲ ਤੁਹਾਡੇ ਨਾਲ ਕਰਨੀ ਹੈ। ਉਹ ਮਿੱਤਰ ਪਿਆਰਾ ਇੱਕ
ਮੁਸਲਮਾਨ ਫੱਕਰ ਜਿਹਦਾ ਨਾਂ ਹੈ ਬਾਬਾ ਸੁੰਦਰ ਸ਼ਾਹ, ਜਿਸ ਸਾਈ ਬੁੱਢਣ ਸ਼ਾਹ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਦਰਸ਼ਨ ਦਿੱਤੇ ਸਨ, ਉਹਦਾ ਅੱਗੇ ਚੇਲਾ ਹੈ। ਪਰ ਪੁੱਜੀ ਹੋਈ ਆਤਮਾ ਬਾਬਾ ਅਲਮਸ ਜੀ ਦੇ ਕਹਿਣ ਤੇ ਕੀਰਤਪੁਰ ਸਾਹਿਬ ਆਏ, ਗੁਰੂ ਨਾਨਕ ਦੇ ਘਰ ਦੀ ਸੋਭਾ ਤੱਕੀ, ਮੀਰੀ ਪੀਰ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਪਾਤਸ਼ਾਹ, ਚਿਹਰੇ ਤੇ ਵੱਖਰਾ ਜਲਾਲ ਹੈ, ਜੀਵਨ ਬਖਸ਼ਣ ਹਾਰੇ ਨੇਤਰ ਹਨ, ਗਲ ਵਿੱਚ ਦੋ ਤਲਵਾਰਾਂ, ਤੀਰ ਕਮਾਨ ਤੀਰਾਂ ਦਾ ਪੱਥਾ, ਸੀ ਤੇ ਸੁਨਹਿਰੀ ਕਲਗੀ, ਰਾਜਾਂ ਤੋਂ ਵੱਧ ਮਾਤ ਆਉਂਦੀ ਸ਼ਾਨ, ਦਰਵੇਸ਼ ਤੇ ਸੰਤ ਦੋ ਚੀਜ਼ਾਂ ਇਕੱਠੀਆਂ ਤੱਕੀਆਂ, ਸਾਂਝਾ ਲੰਗਰ ਵੇਖਿਆ। ਇੱਥੇ ਕੋਈ ਆਵੇ, ਊਚ ਆਵੇ, ਨੀਚ ਆਵੇ, ਰਾਜਾ ਆਵੇ, ਕੰਗਾਲ ਆਵੇ, ਪੰਡਿਤ ਆਵੇ, ਚਮਾਰ ਆਵੇ, ਧਰਮੀ ਆਵੇ, ਕਾਫਰੇ ਆਵੇ, ਸਿੱਖ ਆਵੇ, ਸਿੱਖ ਦਾ ਵੈਰੀ ਵੀ ਕਿਉਂ ਨਾ ਆਵੇ, ਸਾਰਿਆਂ ਨੂੰ ਲੰਗਰ ਮਿਲਦਾ ਹੈ, ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਪ੍ਰਾਪਤ ਹੁੰਦਾ ਹੈ। ਮਨ ਮੋਹਿਆ ਗਿਆ, ਗੁਰੂ ਘਰ ਦੀ ਸੰਗਤ ਕੀਤੀ, ਕਾਫੀ ਦਿਨ ਇੱਥੇ ਰਿਹਾ। ਬਾਬਾ ਬਿਧੀ ਚੰਦ ਸਤਿਗੁਰਾਂ ਦਾ ਮਹਾਨ ਯੋਧਾ ਜਰਨੈਲ, ਉਹਨਾਂ ਦੇ ਨਾਲ ਪਿਆਰ ਪੈ ਗਿਆ, ਖਿਆਲ ਰਲ ਗਏ, ਸੁਰਤੀ ਰਲ ਗਈ, ਮੰਜ਼ਿਲ ਇੱਕ ਸੀ। ਜਦੋਂ ਇੱਥੋਂ ਤੁਰਨ ਲੱਗਾ, ਬੇਨਤੀ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਯੂਪੀ ਦੀ ਇਲਾਕੇ ਵਿੱਚ ਜਿੱਥੇ ਮੈਂ ਰਹਿੰਦਾ ਹਾਂ ਅਯੁੱਧਿਆ ਦੇ ਕੋਲ, ਉਸ ਇਲਾਕੇ ਵਿੱਚ ਭੇਜਿਆ ਜਾਵੇ, ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚੋਂ ਕੱਢ ਕੇ ਇਹ ਗੁਰਸ਼ਬਦ ਦੇ ਨਾਲ ਜੋੜ। ਇਹਨਾਂ ਦੀ ਬੇਨਤੀ ਮੰਨ ਕੇ ਛੇਵੇਂ ਪਾਤਸ਼ਾਹ ਨੇ ਬਾਬਾ ਬਿਧੀ ਚੰਦ ਜੀ ਨੂੰ ਯੂਪੀ ਦੀ ਧਰਤੀ ਵਿੱਚ ਭੇਜਿਆ। ਇਤਿਹਾਸ ਕਹਿੰਦਾ ਹੈ ਬੜਾ ਲੰਮਾ ਸਮਾਂ ਸਿੱਖੀ ਦਾ ਪ੍ਰਚਾਰ ਬਾਬਾ ਬਿਧੀ ਚੰਦ ਜੀ ਨੇ ਕੀਤਾ। ਆਖਿਰਕਾਰ ਜਦੋਂ ਤੁਰਨ ਲੱਗਾ, ਵਾਪਸ ਆਉਣ ਲੱਗੇ ਬਾਬਾ ਬਿਧੀ ਚੰਦ ਕੀਰਤਪੁਰ ਸਾਹਿਬ ਦੀ ਧਰਤੀ ਨੂੰ, ਤਾਂ ਸਾਈ ਨੇ ਆਖਿਆ, ਬਾਬਾ ਜੀ ਮੇਰਾ ਚਿੱਤ ਕਰਦਾ ਜਦੋਂ ਇਹ ਸੰਸਾਰ ਤੋਂ ਜਾਣਾ ਆਪਾਂ ਦੋਵੇਂ ਭਰਾ ਇਕੱਠੇ ਚੱਲੀਏ ਇਕੱਠੇ। ਇਹ ਆਮ ਬੰਦਾ ਨਹੀਂ ਕਹਿ ਸਕਦਾ, ਸਾਡੇ ਵਰਗਾ ਸੰਸਾਰੀ ਬੰਦਾ, ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ, ਉਹ ਕਹਿ ਸਕਦੇ ਅਸੀਂ ਇਕੱਠੇ ਚੱਲਣਾ। ਖਾਸ ਕਰਕੇ ਅੱਜ ਦੇ ਜੋ ਬੁੱਧੀਜੀਵੀ ਮਿਸ਼ਨਰੀ ਪ੍ਰਚਾਰ, ਉਹਨਾਂ ਨੂੰ ਸ਼ਾਇਦ ਇਹ ਗੱਲ ਹਜ਼ਮ ਨਾ ਹੋਵੇ, ਕਿਉਂਕਿ ਅਸੀਂ ਆਪ ਉਸ ਮੰਜ਼ਿਲ ਤੇ ਨਹੀਂ ਪਹੁੰਚੇ, ਅਸੀਂ ਇੱਕ ਬੰਦੇ ਦੀ ਤਰ੍ਹਾਂ ਹੀ ਗੁਰੂ ਸਾਹਿਬਾਂ ਨੂੰ ਔਰ ਮਹਾਂਪੁਰਸ਼ਾਂ ਨੂੰ ਸਮਝਦੇ ਹਾਂ, ਪਰ ਉਹਨਾਂ ਦੀ ਅਵਸਥਾ ਬਹੁਤ ਉੱਚੀ ਹੁੰਦੀ ਹੈ। ਆਖਿਆ ਜਦੋਂ ਜਾਈਏ ਸੰਸਾਰ ਤੋਂ ਆਪਾਂ ਇਕੱਠੇ ਜਾਈਏ, ਮੈਂ ਸੁਨੇਹਾ ਘੱਲਾਂਗਾ ਤੇ ਬਾਬਾ ਬਿਧੀ ਚੰਦ ਜੀ ਦੇਰੀ ਨਾ ਲਾਇਓ, ਤੁਸੀਂ ਆ ਜਾਣਾ। ਬਾਬਾ ਬਿਧੀ ਚੰਦ ਸਾਈ ਦੇ ਨਾਲ ਇਕਰਾਰ ਕਰਕੇ ਆ ਗਏ ਕੀਰਤਪੁਰ ਸਾਹਿਬ ਦੀ ਧਰਤੀ ਤੇ। ਸਮਾਂ ਆ ਗਿਆ ਜਿਸ ਦਿਨ ਇਹਨੇ ਮਨ ਬਣਾਇਆ ਸਾਈ ਸੁੰਦਰ ਸ਼ਾਹ ਨੇ ਕਿ ਸੰਸਾਰ ਤੋਂ ਜਾਣ ਦਾ ਸਮਾਂ ਹੈ। ਇੱਕ ਚਿੱਠੀ ਭੇਜੀ ਇੱਕ ਮੇਵੜੇ ਦੇ ਰਾਹੀਂ, ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਡੇ ਸਿੱਖ ਦਾ, ਮੇਰੇ ਗੁਰਭਾਈ ਦਾ, ਮੈਂ ਇਹਨੂੰ ਗੁਰਭਾਈ ਸਮਝਦਾ, ਬਾਬਾ ਬਿਧੀ ਚੰਦ ਜੀ ਨੂੰ ਇਹਨੂੰ ਮੇਰੇ ਕੋਲ ਭੇਜ ਦਿਓ, ਇਹਦਾ ਮੇਰੇ ਨਾਲ ਕਰਾਰ ਸੀ, ਅਸਾਂ ਇਕੱਠਿਆਂ ਸੰਸਾਰ ਤੋਂ ਜਾਣਾ। ਜਿਹੜੀਆਂ ਬੇਨਤੀਆਂ ਸਾਈ ਸੁੰਦਰ ਸ਼ਾਹ ਨੇ ਬਾਬਾ ਬਿਧੀ ਚੰਦ ਤੇ ਛੇਵੇਂ ਪਾਤਸ਼ਾਹ ਨੂੰ ਕੀਤੀਆਂ, ਬਿਧੀ ਚੰਦ ਨੂੰ ਆਖਿਆ, ਉਹ ਦਿਲ ਦੇ ਮਹਿਰਮ ਸੱਜਣਾ ਆ ਜਾ, ਹੁਣ ਸਮਾਂ ਆ ਗਿਆ ਇਸ ਸੰਸਾਰ ਤੋਂ ਜਾਣ ਦਾ। ਜਿਹੜੀਆਂ ਬੇਨਤੀਆਂ ਕੀਤੀਆਂ ਉਹਨੂੰ ਮੇਰੇ ਨਾਲ ਦੇ ਸਾਥੀ ਤੁਹਾਡੇ ਸਨਮੁਖ ਕਿਉਂ ਬੇਨਤੀ ਕਰਦੇ। ਜਦ ਸੁੰਦਰ ਸ਼ਾਹ ਨੇ ਵੇਖਿਆ, ਜਦ ਸੁੰਦਰ ਸ਼ਾਹ ਨੇ ਵੇਖਿਆ, ਬਸ ਥੋੜੇ ਰਹਿ ਗਏ ਦਮ ਨੇ, ਦੇਹੀ ਦਮ ਛੱਡ ਤੁਰਨਾ ਸਾਰੇ ਕੰਮ ਨੇ, ਛੱਡ ਤੁਰਨਾ ਸਾਰੇ ਕੰਮ ਨੇ, ਗੁਰਾਂ ਦਾਈ ਸੁਨੇਹਾ ਕੱਲਿਆ, ਗੁਰਾਂ ਦਾਈ ਸੁਨੇਹਾ ਕੱਲਿਆ, ਵੇਲਾ ਆ ਗਿਆ ਵਕਤ ਭਗਾ ਆਸ਼ਤੀ ਮਨ ਦੇ ਮਹਿਰਮਾ, ਹੁਣ
ਸੀ ਸਾਈਂ ਛੇਵਾਂ ਗੁਰੂ ਧਿਆਵਦਾ ਇੱਧਰ ਰੱਖ ਭੇਟਾ ਮੇਰ ਨੂੰ ਆਖ ਸੁਣਾਵਦਾ ਮਿਸਾਲ ਹੈ ਜੋ ਤਨ ਮਨ
ਕੰਮ ਕਰ ਦੇਵੇ ਕੋਈ ਸਿੱਖ ਨੇ ਤੇਰੇ ਹਾਣ ਦਾ ਆਸ਼ਕ ਦੀ ਮਨ ਦਾ ਹੁਣ ਵੇਲਾ ਹੋ ਗਿਆ ਜਾਣ ਦਾ ਹੁਣ ਵੇਲਾ ਹੋ ਗਿਆ ਜਾਣ ਦਾ ਛੱਡ ਇਕੱਠੇ ਦੇਹਾਂ ਚੱਲੀਏ ਛੱਡ ਇਕੱਠੇ ਦੇ ਬਜਾਵੇ ਤੋਲ ਕਰਾਰ ਗੁਰਮੁਖੇ ਪ੍ਰੀਤਾਂ ਗੂੜੀਆਂ ਨੂੰ ਯਾਦ ਕਰੇ ਸੰਸਾਰ ਹੈ ਨੂੰ ਯਾਦ ਕਰੇ ਸੰਸਾਰ ਹੈ ਮੈਨੂੰ ਦਲ ਜੀਤੇ ਦੇ ਮਾਣ ਹੈ ਮੈਨੂੰ ਰਣ ਜੀਤੇ ਦੇ ਮਾਣ ਹੈ ਲੱਗੀਆਂ ਨੂੰ ਤੋੜ ਚੜਾਉਣ ਛੇਵੇਂ ਪਾਤਸ਼ਾਹ ਨੇ ਬਹਾਦਰ ਬਾਬਾ ਬਿਧੀ ਚੰਦ ਨੂੰ ਕੋਲ ਬੁਲਾਇਆ ਹੈ ਆਖਾ ਬਾਬਾ ਜੀ ਤੁਹਾਡਾ ਸੱਜਣ ਰੰਗਲਾ ਸੱਜਣ ਮਿੱਤਰ ਪਿਆਰਾ ਤੁਹਾਨੂੰ ਯਾਦ ਕਰਦਾ ਹੈ ਯੋਧਾ ਮਰਦ ਬਚਨ ਦਾ ਬਲੀ ਹੁੰਦਾ ਹੈ ਸੂਰ ਵੀਰ ਬਚਨ ਕੇ ਬਲੀ ਉਹ ਆਪਣਾ ਬਚਨ ਪੂਰਾ ਕਰੋ ਤੁਹਾਡਾ ਯਾਰ ਤੁਹਾਨੂੰ ਬੁਲਾ ਰਿਹਾ ਇੱਕ ਮੈਂ ਬੇਨਤੀ ਕਰਾਂ ਇਤਿਹਾਸ ਬੜੀ ਬਰੀਕ ਚੀਜ਼ ਹੈ ਪਰ ਕਈ ਵਾਰ ਅਸੀਂ ਇਤਿਹਾਸ ਨੂੰ ਖਰਾਬ ਕਰਨ ਦਾ ਯਤਨ ਕੋਈ ਤਾਂ ਜਾਣ ਬੁੱਝ ਕੇ ਵੀ ਕਰਦੇ ਹੈ ਕੁਝ ਐਸੀਆਂ ਤਾਕਤਾਂ ਐਸਾ ਕਰਮ ਕਰ ਰਹੀਆਂ ਤੇ ਕੁਝ ਅਣਜਾਣਪੁਣੇ ਵਿੱਚ ਵੀ ਅਸੀਂ ਸਾਡੇ ਪ੍ਰਚਾਰਕ ਕਈ ਗੱਲਾਂ ਐਸੀਆਂ ਕਰ ਜਾਂਦੇ ਹੈ ਜੋ ਇਤਿਹਾਸ ਦੀ ਕਸਵੱਟੀ ਤੇ ਖਰੀਆਂ ਨਹੀਂ ਉਤਰਦੀਆਂ ਪਿਛਲੇ ਦਿਨੀ ਤੁਸੀਂ ਮੰਜੀ ਸਾਹਿਬ ਤੋਂ ਕਥਾ ਕਰਦੇ ਇੱਕ ਭਾਈ ਸਾਹਿਬ ਕੋਲੋਂ ਸ਼ਬਦ ਸੁਣੇ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕੋ ਹੀ ਵਿਆਹ ਹੈ ਤੇ ਜਿਹੜੀਆਂ ਮਾਤਾਵਾਂ ਹਨ ਦੂਸਰੀਆਂ ਉਹਨਾਂ ਦਾ ਜਨਮ ਸਥਾਨ ਉਹਨਾਂ ਦਾ ਦਿਹੋਰਾ ਜਿੱਥੇ ਉਹਨਾਂ ਨੇ ਸਰੀਰ ਛੱਡਿਆ ਉਹ ਸਾਡੇ ਕੋਲ ਅੱਜ ਮੌਜੂਦ ਹੈ ਉਹਨੂੰ ਕਿੱਥੇ ਘੱਲ ਦਈਏ ਮੈਂ ਆ ਕਿਤਾਬ ਪੜ੍ਹੀ ਹੈ ਜੀ ਉਹਦੇ ਵਿੱਚ ਲਿਖਿਆ ਕਿ ਇੱਕੋ ਹੀ ਵਿਆਹ ਹੋਇਆ ਸੋ ਬੋਲਣ ਵਾਲੇ ਨੂੰ ਬਹੁਤ ਕੁਝ ਸੋਚ ਵਿਚਾਰ ਕੇ ਗੱਲ ਕਰਨੀ ਚਾਹੀਦੀ ਹੈ ਇੱਕ ਪ੍ਰਚਾਰ ਕਹਿ ਰਿਹਾ ਸੀ ਹਰੀ ਸਿੰਘ ਭੰਗੀ ਜਦੋਂ ਉਹ ਕਸੂਰ ਦੀ ਪਣਤਾਣੀ ਛਡਾਈ ਹੈ ਉਹਦੇ ਸੰਬੰਧ ਵਿੱਚ ਕਰ ਲਿਆ ਸੀ ਗੱਲ ਕਿ ਪੰਡਿਤ ਆ ਕੇ ਰੋਇਆ ਕਿ ਮੇਰੀ ਧੀ ਖੋਹ ਕੇ ਲੈ ਗਿਆ ਕਸੂਰ ਦਾ ਹਾਕਮ ਉਹ ਕਸੂਰ ਦੀ ਪੰਡਿਤ ਦੀ ਘਰ ਵਾਲੀ ਸੀ ਨਾ ਕਿ ਬੱਚੀ ਔਰ ਉਹਨੂੰ ਸਿੰਘਾਂ ਨੇ ਉੱਥੇ ਖਤਮ ਕੀਤਾ ਹੈ ਮਿਸਲਾਂ ਚੜ ਕੇ ਗਈਆਂ ਤੇ ਉਹ ਸਿੰਘ ਕਹਿ ਰਿਹਾ ਸੀ ਕਿ ਉਹਨੂੰ ਇੱਥੇ ਬੰਨ ਕੇ ਲਿਆਂਦਾ ਗਿਆ ਪੰਡਿਤ ਨੂੰ ਸੋ ਗੱਲ ਬੜੀ ਸੋਚ ਵਿਚਾਰ ਕੇ ਇਤਿਹਾਸ ਬਹੁਤ ਗੁੰਝਲਦਾਰ ਹੈ ਇਹਦੇ ਬਾਰੇ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਤੇ ਸਾਡੇ ਜ਼ਿੰਮੇਵਾਰਾਂ ਨੂੰ ਵੀ ਖਿਆਲ ਕਰਨਾ ਚਾਹੀਦਾ ਕਿ ਐਸੇ ਸੱਜਣਾਂ ਨੂੰ ਪਹਿਲਾਂ ਸਮਝਾਇਆ ਜਾਵੇ ਕਿ ਕਿਹੜੀ ਗੱਲ ਕਰਨੀ ਹੈ ਇੱਕ ਮੈਂ ਹੋਰ ਬੇਨਤੀ ਕਰਾਂ ਸਾਡਾ ਸੁਭਾਵ ਇਹੋ ਜਿਹਾ ਬਣ ਗਿਆ ਜਿਹੜੀ ਕੋਈ ਵਿਰਾਗ ਵਾਲੀ ਗੱਲ ਮਨੋਕਲਪਤ ਗੱਲ ਭਾਵੇਂ ਕੋਈ ਹੋਵੇ ਵਿਰਾਗ ਜੀ ਦੇ ਵਿੱਚ ਜ਼ਿਆਦਾ ਹੋਵੇ ਨਾ ਉਹਨੂੰ ਅਸੀਂ ਜ਼ਿਆਦਾ ਸੁਣਦੇ ਹਾਂ ਤੇ ਫਟਾਫਟ ਅੱਗੋਂ ਜਕਾਰੇ ਬੁਲਾਉਣ ਲੱਗ ਪੈਂਦੇ ਹਾਂ ਇਹ ਸਾਡੀ ਇੱਕ ਰਸਮ ਜੀ ਬਣ ਗਈ ਹੈ ਜਕਾਰਾ ਐਵੇਂ ਨਹੀਂ ਬੁਲਾਇਆ ਜਾਂਦਾ ਇਹਦੇ ਪਿੱਛੇ ਕੁਝ ਕਾਰਨ ਹੋਣੇ ਚਾਹੀਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ
ਉਹ ਚਮਕੌਰ ਦੀ ਹਵੇਲੀ ਛੱਡਦੇ ਐ। 10 ਲੱਖ ਦਾ ਘੇਰਾ ਹੈ, 10 ਲੱਖ ਦੇ ਘੇਰੇ ਵਿੱਚੋਂ ਨਿਕਲਣਾ ਬਹੁਤ ਕਰਾਮਾਤ ਵਰਗੀ ਗੱਲ ਸੀ, ਕੋਈ ਛੋਟੀ ਗੱਲ ਨਹੀਂ ਸੀ। ਔਰ ਜਿਸ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ ਸਾਰਾ ਜ਼ੋਰ ਲੱਗਾ ਹੈ ਦਿੱਲੀ ਦੀ ਹਕੂਮਤ ਦਾ, ਉਹ ਵੇਸਲੇ ਨਹੀਂ ਸਨ ਤੇ 4-3 ਸਿੰਘ ਨਾਲ ਡਿਊਟੀ ਲੱਗੀ। ਇੱਕ ਜਣਾ ਇੱਧਰੋਂ ਆਖੂਗਾ ਗੁਰੂ ਗੋਬਿੰਦ ਸਿੰਘ ਇੱਧਰ ਨੂੰ ਜਾ ਰਿਹਾ, ਦੂਜਾ ਇੱਧਰ ਨੂੰ ਆਖੂਗਾ ਇੱਧਰ ਨੂੰ ਜਾ ਰਿਹਾ, ਤੀਜਾ ਇੱਧਰ ਨੂੰ ਆਖੂਗਾ ਇੱਧਰ ਜਾ ਰਿਹਾ। ਤੇ ਸਾਡੇ ਕਵੀਆਂ ਨੇ ਵਿਰਾਗ ਭਰਨ ਦੀ ਖਾਤਰ ਇਹ ਇੱਥੇ ਗੱਲ ਬਣਾ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤੁਰੇ ਜਾ ਰਿਹਾ ਤੇ ਪੁੱਤਰ ਦੀ ਲਾਸ਼ ਦਾ ਠੇਡਾ ਵੱਜਾ ਜੀਤ ਸਿੰਘ ਦਾ ਠੇਡਾ, ਤੇ ਦਇਆ ਸਿੰਘ ਨੇ ਆਖਿਆ ਮੈਂ ਇਹਦੇ ਤੇ ਖਫਣ ਪਾ ਦੇਵਾਂ। ਵਿਰਾਗ ਭਰਨ ਦੀ ਖਾਤਰ ਕੇਵਲ ਮਨੋਕਲਪਿਤ ਗੱਲ ਹੈ। ਤੇ ਮਹਾਰਾਜ ਨੇ ਆਖਿਆ ਜੇ ਬਾਕੀਆਂ ਤੇ ਪਾ ਸਕਦਾ ਖੱਪੜ ਤੇ ਪਾ ਦੇ, ਨਹੀਂ ਤੇ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਹੈ। ਪਰ ਦਲੀਲ ਦੀ ਕਸਵੱਟੀ ਤੇ ਗੱਲ ਬਿਲਕੁਲ ਇਹ ਖਰੀ ਨਹੀਂ ਉਤਰਦੀ। ਓਏ ਉੱਥੋਂ ਤਾਂ ਬਚ ਕੇ ਨਿਕਲਣਾ ਹੀ ਬੜੀ ਔਖੀ ਗੱਲ ਸੀ, ਤੇ ਉੱਥੇ ਉਹੋ ਜਿਹੇ ਮਸ਼ਵਰੇ ਵਿਚਾਰ ਵਟਾਂਦਰੇ ਭਾਈ ਦਇਆ ਸਿੰਘ ਹੁਣੀ ਕਰਦੇ ਰਹੇ। ਤੇ ਜੇ ਇਕੱਠੇ ਹੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਭਾਈ ਦਇਆ ਸਿੰਘ, ਤੇ ਮੁੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲ ਵਿੱਚ ਤਾਂ ਇਕੱਲੇ ਕਿਵੇਂ ਰਹਿ ਗਏ, ਉਹ ਬਾਕੀ ਦਇਆ ਸੋਹਣੀ ਧਰਮ ਸਮਾਨ ਸੋਹਣੀ ਕਿਧਰ ਚਲੇ ਗਏ। ਤੇ ਜਦੋਂ ਇਹੋ ਜਿਹੀ ਗੱਲ ਵਿਰਾਗ ਵਾਲੀ ਗੱਲ ਆਉਂਦੀ ਹੈ, ਸਾਡਾ ਸੁਭਾਅ ਬਣਿਆ ਅੱਗੋਂ ਤੁਸੀਂ ਜਕਾਰੇ ਛੱਡੀ ਜਾਣੇ, ਇਹ ਵੇਖਣਾ ਨਹੀਂ ਇਤਿਹਾਸ ਕੀ ਹੈ। ਸੋ ਇਤਿਹਾਸ ਨੂੰ ਬੜਾ ਬਰੀਕੀ ਨਾਲ ਸਮਝਣ ਦੀ ਵਿਚਾਰਨ ਦੀ ਲੋੜ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਬਹੁਤ ਕੁਝ ਵਿਗਾੜਿਆ ਜਾ ਰਿਹਾ ਸਾਡਾ ਇਤਿਹਾਸ, ਸਭ ਗੁਰੂ ਕਿਰਪਾ ਕਰੇ। ਬੇਨਤੀ ਕਰੇ ਅਸਾਂ ਜਦੋਂ ਬਾਬਾ ਬਿਧੀ ਚੰਦ ਜੀ ਨੂੰ ਆਖਿਆ ਤੁਹਾਡਾ ਯਾਰ ਤੁਹਾਨੂੰ ਬੁਲਾ ਰਿਹਾ ਹੈ, ਬਾਬਾ ਜੀ ਨੇ ਆਖਿਆ ਸੱਤੇ ਪਾਤਸ਼ਾਹ ਚੇਤੇ ਮੇਰਾ ਵੀ ਨਹੀਂ ਕਰਦਾ ਤੁਹਾਡੇ ਚਰਨਾਂ ਨਾਲ ਵਿਛੜਨ, ਪਰ ਕਿਉਂਕਿ ਇਹ ਕਰਾਰ ਹੈ ਮੈਨੂੰ ਆਗਿਆ ਦਿਓ ਤੇ ਮੇਰੇ ਆ ਪੁੱਤਰ ਲਾਲ ਚੰਦ ਦੀ ਬਾਂਹ ਫੜ ਲਓ, ਇਹਨੂੰ ਵੀ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ। ਸੱਤੇ ਪਾਤਸ਼ਾਹ ਤੁਹਾਡੇ ਕੋਲ ਵਿਚਰਿਆ ਹਾਂ, ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਉਹ ਗਲਤੀਆਂ ਨਜ਼ਰ ਅੰਦਾਜ਼ ਕਰਕੇ ਮੈਨੂੰ ਬਖਸ਼ ਲਵੋ ਤੇ ਮੈਨੂੰ ਆਗਿਆ ਦੇਵੋ ਮੈਂ ਆਪਣਾ ਬੋਲ ਪਗਾ ਸਕਾਂ। ਜੇ ਕਿਤੇ ਨਿਮਰਤਾ ਵੇਖਣੀ ਹੋਵੇ ਤੇ ਬਹਾਦਰ ਬਾਬਾ ਬਿਧੀ ਚੰਦ ਕੋਲੋਂ ਆਪਾਂ ਵੇਖ ਸਕਦੇ ਹਾਂ, ਉਹ ਏਡਾ ਵੱਡਾ ਗੁਰੂ ਕਾ ਜੋਦਾ। ਜੇ ਦਿਸ਼ਾਲਿਆਂ ਦੀ ਗੱਲ ਆਈ ਦਿਸ਼ਾਲੇ ਲੈ ਕੇ ਆਉਂਦਾ ਪੱਟੀ ਚੋਂ, ਜੇ ਘੋੜਿਆਂ ਦੀ ਗੱਲ ਆਈ ਦਿਲ ਬਾਗ ਗੁਲ ਬਾਗ ਦੋਵੇਂ ਘੋੜੇ ਲਾਹੌਰ ਦੀ ਧਰਤੀ ਚੋਂ ਪਹਿਲਾ ਘੋੜਾ ਘਾਈ ਬਣ ਕੇ ਦੂਸਰਾ ਘੋੜਾ ਨਜੂਮੀ ਜੋਤਸ਼ੀ ਬਣ ਕੇ ਲੈ ਆਉਣਾ, ਇਹ ਕਰਾਮਾਤ ਨਾਲੋਂ ਛੋਟੀ ਗੱਲ ਨਹੀਂ ਸੀ। ਚੋਂ ਜੰਗਾਂ ਵਿੱਚ ਸਲਤਨਤਾਂ ਦੇ ਸੱਜੇ ਖੱਬੇ ਖੜ ਕੇ ਵੱਡੇ ਵੱਡੇ ਜਰਨੈਲਾਂ ਨੂੰ ਰਣ ਵਿੱਚ ਢਾ ਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਬਣਨਾ, ਪਰ ਏਡੀ ਵੱਡੀ ਨਿਮਰਤਾ ਸੁਣੇ ਉਹਦੇ ਸ਼ਬਦ ਜਿਹੜੀਆਂ ਮਿਹਨਤਾਂ ਬਾਬਾ ਬਿਧੀ ਚੰਦ ਨੇ ਕੀਤੀਆਂ। ਆਖਿਆ ਮਹਾਰਾਜ ਮੈਂ ਕੀ ਸਾਂ, ਪੁਰਾਣਾ ਪਿਛੋਕੜ ਯਾਦ ਹੈ ਕਦੇ ਮੈਂ ਮੱਝਾਂ ਕੱਢੀਆਂ ਸੀ ਤੇ ਤੁਸਾਂ ਮੈਨੂੰ ਸੁੱਚਾ ਹੰਸ ਬਣਾ ਦਿੱਤਾ ਗੰਦੀ ਦਲਦਲ ਚੋਂ ਕੱਢ ਕੇ, ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਜਗ ਦੀਆਂ 18 ਸਿੱਧੀਆਂ 9 ਨਿਧੀਆਂ ਸੱਚੇ ਪਾਤਸ਼ਾਹ ਤੇਰੇ ਆਲੇ ਦੁਆਲੇ ਘੁੰਮਦੀਆਂ ਫਿਰਦੀਆਂ, ਕਿਰਪਾ ਕਰੋ ਮੇਰੇ ਕੋਲ ਜੋ ਗਲਤੀਆਂ ਹੋ ਗਈਆਂ ਉਹ ਮੈਨੂੰ ਬਖਸ਼ ਲਓ ਤੇ ਮੈਨੂੰ ਆਗਿਆ ਦਿਓ ਮੈਂ ਉਹ ਆਪਣਾ ਵਚਨ ਪੂਰਾ ਕਰ ਸਕਾਂ। ਜਿਹੜੀਆਂ ਬੇਨਤੀਆਂ ਤੁਰ ਲੱਗਿਆ ਬਹਾਦਰ ਬਾਬਾ ਬਿਧੀ ਚੰਦ ਜੀ ਨੇ 6ਵੇਂ ਪਾਤਸ਼ਾਹ ਦੇ ਕੋਲ ਕੀਤੀਆਂ, ਉਹਨਾਂ ਨੂੰ ਦੁਤਾਰੇ ਸ਼ਬਦ ਰਾਹੀਂ ਮੇਰੇ ਨਾਲ ਦੇ ਸਾਥੀ ਤੁਹਾਡੇ ਸਨਮੁਖ ਜੋ ਬੇਨਤੀ ਕਰਦੇ। ਜਦ ਵੇਖਿਆ ਪ੍ਰੀਤਮ ਤੋਂ ਵਿਛੜਨ ਦਾ ਹੋ ਗਿਆ ਵੇਲਾ, ਸਿਰ ਰੱਖ ਕੇ ਚਰਨਾਂ ਤੇ ਕਹਿੰਦਾ ਗੁਰਜੀ ਆਖਰੀ ਮੇਲਾ, ਦਿਲ ਚਾਹੇ ਵਿਛੋੜਾ ਨਾ
ਦਰਸ਼ਨ ਕਰ ਦੇਣਾ ਐਸੀ ਬਿਰਦ ਤੁਸਾਂ ਦੇ ਘਰ ਜੀ ਬਖਸ਼ ਲਵੋ ਗੁਣਾ ਨੇਕੀਆਂ ਦੀ ਇੱਥੇ ਸ਼ਰ ਸ਼ਾਰ ਕਰੇ ਦੁਨੀਆ ਹੋਇਆ ਸਾਮੀ ਅਮਰਤ ਦਾ ਵਰਦਾ ਐਸਾ ਸਾਮੀ ਅਮਰਤ ਦਾ ਵਰਦਾ ਸਤ ਗੁਰ ਜੀ ਬਖਸ਼ ਲਵੋ
ਵਾਤਾਵਰਨ ਸੀ ਜਦੋਂ ਛੇਵੇਂ ਪਾਤਸ਼ਾਹ ਨੇ ਬਹਾਦਰ ਬਾਬਾ ਬਿਧੀ ਚੰਦ ਨੂੰ ਤੋਰਿਆ। ਪਹੁੰਚ ਗਏ ਦਿਓ ਨਗਰ, ਜਾਂਦਿਆਂ ਨੂੰ ਬਾਬਾ ਸੁੰਦਰ ਸ਼ਾਹ ਦੀ ਸਮਾਧੀ ਲੱਗੀ ਹੈ। ਕਹਿੰਦੇ 8 ਪੈਰ ਸਮਾਧੀ ਲੱਗੀ ਰਹੀ ਪਰ ਬਾਬਾ ਜੀ ਨੇ ਸਮਾਧੀ ਵਿੱਚ ਕੋਈ ਵਿਘਨ ਨਹੀਂ ਪਾਇਆ। ਇਹ ਸੀ ਅਸਲ ਸਮਾਧੀ। ਇੱਕ ਆ ਵੀ ਬਾਬਾ ਸਮਾਧੀ ਲਾ ਕੇ ਬੈਠਾ, 4-5 ਸਾਲ ਹੋ ਗਏ ਦੂਰ ਮੇਲੀਆ, ਉਹਦੀ ਸਮਾਧੀ ਟੁੱਟੀ ਨਹੀਂ, ਉਹ ਅਗਲੇ ਜਹਾਨ ਪਹੁੰਚ ਗਿਆ ਪਰ ਆਖੀ ਜਾਂਦੇ ਸਮਾਧੀ ਲੱਗੀ ਹੈ। ਪਰ ਇਹ ਅਸਲ ਸਮਾਧੀ ਸੀ। ਸਮਾਧੀ ਖੁੱਲੀ, ਇਤਿਹਾਸ ਕਹਿੰਦਾ ਲਗਾਤਾਰ 15 ਦਿਨ ਰੱਬ ਦੇ ਘਰ ਦੀਆਂ ਬਾਤਾਂ ਪਾਈਆਂ ਤੇ ਉਸ ਤੋਂ ਬਾਅਦ ਭਾਦਰਸ ਦੀ ਅਸ਼ਟਮੀ 1695 ਬਿਕਰਮੀ ਨੂੰ ਬਾਬਾ ਬਿਧੀ ਚੰਦ ਤੇ ਬਾਬਾ ਸੁੰਦਰ ਸ਼ਾਹ ਨੇ ਇਕੱਠਿਆਂ ਸਰੀਰ ਛੱਡਿਆ। ਇੱਕ ਸ਼ਾਂਤੀ ਦਾ ਮੈਨੂੰ ਹੁਕਮ ਹੋਇਆ, ਮੈਂ ਕਹਿ ਕੇ ਤੁਹਾਡੇ ਕੋਲ ਖਿਮਾਂ ਦਾ ਜਾਚਕ ਹੋ ਜਾਣਾ। ਇਹ ਮਰਦੇ ਮੁਜਾਹਦ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਜ਼ਿੰਦਗੀ ਤੇ ਇੱਕ ਝਾਤ ਕਿਉਂ ਮੈਂ ਛੰਦ ਲਿਖਿਆ ਹੈ। ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਪੱਤਰਕਾਰ ਹੈ ਜਿਹਦਾ ਨਾਂ ਹੈ ਕੁਲਦੀਪ ਨਈਆ। ਆ ਜਦੋਂ ਇੱਕ ਬਾਬਾ ਨਹੀਂ ਕਹਿਣਾ ਚਾਹੀਦਾ, ਵਿਭਚਾਰੀ ਸਰਸੇ ਵਾਲਾ, ਜਦੋਂ ਉਹਨੂੰ ਫੜ ਕੇ ਜੇਲ੍ਹ ਅੰਦਰ ਡੱਕਿਆ, ਇਸ ਕੁਲਦੀਪ ਨਈਅਰ ਨੇ ਆਖਿਆ ਕਿ ਇਹਨੇ ਵੀ ਕਦੇ ਟੋਰ ਟੱਪਾ ਭਿੰਡਰਾਂ ਵਾਲੇ ਵਾਂਗ ਬਣਾਇਆ ਸੀ ਜਿਵੇਂ ਭਿੰਡਰਾਂ ਵਾਲੇ ਨੇ ਆਪਣੀ ਰਿਆਸਤ ਬਣਾਈ ਸੀ। ਮੈਂ ਉਸ ਕੁਲਦੀਪ ਨਈਅਰ ਨੂੰ ਆਖਿਆ, ਓਏ ਕਿੱਥੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਧੀਆਂ ਭੈਣਾਂ ਦੀ ਇੱਜ਼ਤਾਂ ਦੇ ਰਖਵਾਲੇ, ਜਿਨ੍ਹਾਂ ਦੀ ਜ਼ਿੰਦਗੀ ਦਾ ਮਿਸ਼ਨ ਸੀ ਭਾਵੇਂ ਹਿੰਦੂ ਦੀ ਧੀ ਹੋਵੇ, ਸਿੱਖ ਦੀ ਹੋਵੇ, ਮੁਸਲਮਾਨ ਦੀ ਹੋਵੇ, ਕਿਸੇ ਛੋਟੇ ਜਾਤ ਦੇ ਬੰਦੇ ਦੀ ਹੋਵੇ, ਜਿਹੜਾ ਉਹਦੇ ਵੱਲ ਗਹਿਰੀ ਅੱਖ ਨਾਲ ਤੱਕੇਗਾ ਉਹਨੂੰ ਕਿਤੇ ਮਾਫ਼ੀ ਨਹੀਂ। ਤੇ ਇੱਕ ਪਾਸੇ ਸੈਂਕੜੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡਣ ਵਾਲਾ ਵਿਭਚਾਰੀ ਬੰਦਾ, ਉਹਦੇ ਨਾਲ ਤੁਲਨਾ ਕਰ ਦਿੱਤੀ ਹੈ। ਦੂਸਰੇ ਪਾਸੇ ਜਦੋਂ ਉਹਨੂੰ ਸਜ਼ਾ ਮਿਲ ਰਹੀ ਸੀ, ਗਿੜਗਿੜਾ ਰਿਹਾ ਸੀ, ਜੱਜ ਦੇ ਸਾਹਮਣੇ ਤਰਲੇ ਲੈ ਰਿਹਾ ਸੀ, ਤੇ ਉਹ ਯੋਧਾ ਜਰਨੈਲ ਜੋ ਲੱਖਾਂ ਦੀ ਗਿਣਤੀ ਫੌਜ ਦੇ ਸਾਹਮਣੇ ਟੈਂਕਾਂ ਤੋਪਾਂ ਦੇ ਮੂਹਰੇ ਜਕਾਰੇ ਬੁਲਾਉਂਦੇ ਹੈ, ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀ ਜਨਰਲ ਸ਼ਵੇਰ ਸਿੰਘ, ਭਾਈ ਮਰੀਕ ਸਿੰਘ, ਬਾਬਾ ਠਾਰਾ ਸਿੰਘ, ਹੋਰ ਕਿੰਨੇ ਯੋਧੇ ਜੋ ਸ਼ਹਾਦਤ ਦਾ ਜਾਮ ਪੀ ਗਏ, ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ। ਮੈਂ ਛੰਦ ਵੀ ਲਿਖਿਆ, ਨਈਅਰ ਜੀ ਕਿਉਂ ਹੰਸਾਂ ਨਾਲ ਮਲਾਤਾ ਕਾਗਾਂ ਨੂੰ, ਕਿੱਥੇ ਘੋਗੜ ਕਾ ਤੇ ਕਿੱਥੇ ਸੁੱਚੇ ਹੰਸ। ਆ ਮੈਂ ਤੈਨੂੰ ਦੱਸਾਂ ਸੰਤ ਬਾਬਾ ਜਰਨੈਲ ਸਿੰਘ ਕੀ ਸਨ, ਉਹਨਾਂ ਦੀ ਸਮੁੱਚੀ ਜ਼ਿੰਦਗੀ ਤੇ ਇੱਕ ਝਾਤ ਹੈ, ਇੱਕ ਇੱਕ ਸ਼ਬਦ ਇਹ ਹਕੀਕਤ ਹੈ, ਇਤਿਹਾਸ ਹੈ। ਮੈਂ ਸ਼ਾਂਦੀ ਟੇਕ ਰੱਖੀ ਹੈ, ਜੁੱਗਾਂ ਤੀਕ ਨਹੀਂ ਭੁੱਲਣਾ, ਅਣਖੀ ਸਿੰਘ ਜਰਨੈਲ ਭਿੰਡਰਾਂ ਵਾਲਾ, ਇਹ ਜਰਨੈਲ ਜਰਨੈਲਾਂ ਦਾ ਜਰਨੈਲ। ਸੰਤ ਸਿਪਾਹੀ ਸੱਜਦਾ, ਸੰਤ ਸਿਪਾਹੀ ਸੱਜਦਾ, ਅੱਖਾਂ ਵਾਂਗ ਮਸਾਲਾ, ਸਦਾ ਹੀ ਬਾਣੀ ਮੁਖ ਤੇ, ਜੱਗੋ ਵੱਖਰੀ ਚਾਲ ਮਰਦ ਦੀ, ਜੱਗੋ ਵੱਖਰੀ ਚਾਲ, ਲੱਗ ਕੇ ਮਰਦ ਦਾ ਵੇ ਰੋਗ, ਲੱਗ ਕੇ ਮਰਦ ਦਾ ਦੁਸ਼ਮਣ ਜਾਂਦੇ ਡਾਲ, ਜੁੱਗਾ ਦੀ ਗਣੀ ਫੁੱਲਣਾ, ਅਣਖੀ ਸਿੰਘ ਜਰਨੈਲ ਪਿੰਡਰਾਂ ਵਾਲਾ, ਦੋ ਜਰਨੈਲ ਹੱਥ ਵਿੱਚ ਸੋਭਦਾ ਤੀਰ,
ਹਥਿਆਰ ਭਾਜੀ ਮੋੜ ਨਹੀਂ ਬਈ ਕਹਿੰਦਾ ਭਾਜੀ ਮੋੜ ਨਹੀਂ ਪਰ ਨਾ ਕਰਨੀ ਪੈਰ ਜੁਗਾਂ ਦੀ ਗਣੀ ਭੁੱਲਣਾ ਅਣਖੀ ਸਿੰਘ ਜਰਨੈਲ ਪਿੰਡਰਾਂ ਵਾਲਾ ਰੋਜ ਜਰਨੈਲ ਹੀਰੋ ਬਣ ਕੇ ਚਮਕ ਆਇਆ ਧਰਮ ਜੁੱਧ ਵਿੱਚ ਵੀਰਾ ਹੀਰੋ ਬਣ ਕੇ ਚਮਕ ਆਇਆ ਧਰਮ ਜੁੱਧ ਦਾਵਰ ਪੈਦਾ ਇਹੋ ਜਿਹੇ ਯੋਧੇ ਜਰਨੈਲ ਮਹਾਨ ਕੌਮੀ ਅਸਰੀਏ ਆਗੂ ਲੀਡਰ ਇਹ ਬਾਰ ਬਾਰ ਕੌਮਾਂ ਨੂੰ ਨਸੀਬ ਨਹੀਂ ਹੁੰਦੇ। ਬੜੀ ਖੁਸ਼ੀ ਵਾਲੀ ਗੱਲ ਹੈ। ਸਾਡੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਭਾਈ ਗੁਰਬਤਨ ਸਿੰਘ ਜੀ ਉਹ ਆਏ ਹੈ, ਸਤਿਕਾਰ ਵਜੋਂ ਜਕਾਰੇ ਰਹੇ, ਉਹਨਾਂ ਦਾ ਸਵਾਗਤ ਕਰੀਏ। ਬੋਲੇ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਜਿਨ੍ਹਾਂ ਦਿਨਾਂ ਵਿੱਚ ਉਹਨਾਂ ਯੋਧਿਆਂ ਨੇ 1984 ਵਿੱਚ
ਆਪਣੀਆਂ ਜਾਨਾਂ ਧਰਮ ਤੋਂ ਨਿਸ਼ਾਵਰ ਕੀਤੀਆਂ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸਾਹਿਬ, ਅਕਾਲ ਤਖ਼ਤ ਸਾਹਿਬ, ਉਹਨਾਂ ਵੱਲੋਂ ਆਸ਼ੀਰਵਾਦ ਪਹੁੰਚੀ ਹੈ। ਬੜੀ ਨਿਮਰਤਾ ਨਾਲ ਜੋ ਵਿਚਰਦੇ ਆ ਸੱਚੇ ਪਾਤਸ਼ਾਹ, ਜੋ ਜ਼ਿੰਮੇਵਾਰੀਆਂ ਪੰਥ ਨੇ ਦਿੱਤੀਆਂ ਉਹ ਚੜ੍ਹਦੀ ਕਲਾ ਨਾਲ ਨਿਭਾ ਸਕਣ, ਉਹਨਾਂ ਦੇ ਨਾਲ ਬਾਬਾ ਬੁੱਧ ਸਿੰਘ ਜੀ ਹੋਰ ਮਹਾਂਪੁਰਸ਼ ਆਏ ਆ, ਧੰਨਵਾਦ। ਬਾਬਾ ਸੱਜਣ ਸਿੰਘ ਜੀ ਉਹ ਵੀ ਆ ਰਿਹਾ ਜੀ ਆਇਆ, ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਇਤਿਹਾਸ ਦੇ ਮਾਣ ਵਿੱਚ ਮਾਇਆ ਪਹੁੰਚੀ ਹੈ। ਸਾਡੀਆਂ ਭੈਣਾਂ ਵੱਲੋਂ ਬੇਅੰਤ ਸਤਿਕਾਰ ਬਾਬਾ ਜੀ ਦੇ ਨਾਮ ਤੋਂ ਆਇਆ, ਬਾਬਾ ਬੰਤਾ ਸਿੰਘ, ਬਾਬਾ ਜੀਵਾ ਸਿੰਘ ਜੀ ਦੇ ਨਾਮ ਤੋਂ ਮਾਇਆ ਪਹੁੰਚੀ ਹੈ। ਸਾਡੇ ਬਾਬਾ ਜੀਵਾ ਸਿੰਘ ਜੀ ਉਹਨਾਂ ਦੇ ਪਚੰਗੀ, ਸਾਡੇ ਸਤਿਕਾਰਯੋਗ ਭੈਣ ਜੀ ਬੀਬੀ ਕੁਲਵੰਤ ਕੌਰ ਪੋਤਰਾ ਲੈ ਕੇ ਆਏ ਸੱਚੇ ਪਾਤਸ਼ਾਹ, ਬੱਚੇ ਦੀ ਚੜ੍ਹਦੀ ਕਲਾ, ਇਹ ਘਰ ਚੜ੍ਹਦੀ ਕਲਾ ਵਿੱਚ ਜਾਵੇ, ਇਹੋ ਹੀ ਅਸੀਂ ਅਰਦਾਸਾਂ ਕਰ ਸਕਦੇ ਹਾਂ ਗੁਰੂ ਮਹਾਰਾਜ ਰਹਿਮਤ ਕਰਨ। ਸੋ ਇੰਨਾ ਕੁਝ ਕਹਿੰਦੇ ਅਸੀਂ ਖਿਮਾ ਦੇ ਜਾ ਚੁੱਕਾ। ਮਹਾਂਪੁਰਸ਼ ਬਾਬਾ ਬੁੱਧ ਸਿੰਘ ਜੀ ਉਹਨਾਂ ਵੱਲੋਂ ਆਸ਼ੀਰਵਾਦ ਪਹੁੰਚੀ ਹੈ। ਸਗਰੂ ਚੜ੍ਹਦੀ ਕਲਾ ਕਰੇ ਹੋਈਆਂ ਭੁੱਲਾਂ ਦੀ ਮਾਫ਼ੀ, ਬੜਾ ਚੜ੍ਹਦੀ ਕਲਾ ਦਾ ਪ੍ਰੋਗਰਾਮ ਹੈ। ਬੜੇ ਬੜੇ ਮਹਾਨ ਕੀਰਤਨੀਏ, ਕਥਾ ਵਾਚਕ, ਢਾਡੀ ਕਵੀਸ਼ਰ, ਉਹਨਾਂ ਨੇ ਹਾਜ਼ਰੀ ਭਰਨੀ ਹੈ। ਸੋ ਇਹਦੇ ਨਾਲ ਹੀ ਸਮਾਪਤੀ ਹੈ। ਆਗਿਆ ਬਖਸ਼ੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਗੁਰਮੁਖ ਸਿੰਘ ਜੀ ਜੌਹਲ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਜੀਵਨ ਇਤਿਹਾਸ ਦੀ ਸਾਂਝ ਪਾਈ ਹੈ। ਸੋ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਗਿਆਨੀ ਗੁਰਮੁਖ ਸਿੰਘ ਜੀ MA, ਜਿੱਥੇ ਬਾਪੂ ਜੋਗਾ ਸਿੰਘ ਜੋਗੀ ਦੇ ਨਾਲ ਲੰਮਾ ਸਮਾਂ ਉਹਨਾਂ ਨੇ ਅੱਗੇ ਲੱਗ ਕੇ ਗਾਇਆ, ਔਰ ਜਿੱਥੇ 13 ਕਿਤਾਬਾਂ ਕਵੀਸ਼ਰੀ ਦੀਆਂ ਉਹਨਾਂ ਨੇ ਆਪਣੇ ਹੱਥੀਂ ਲਿਖੀਆਂ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਕਵੀਸ਼ਰ ਜਾਂ ਢਾਡੀ ਸਿੰਘਾਂ ਦੀ ਚੋਣ ਕੀਤੀ ਜਾਂਦੀ ਆ, ਉਸ ਦੇ ਵਿੱਚ ਵੀ ਉਹ ਜੋ ਜੱਜ ਵੱਲੋਂ ਸੇਵਾ ਨਿਭਾਉਂਦੇ ਨੇ, ਔਰ ਸ਼੍ਰੋਮਣੀ ਕਮੇਟੀ ਦੇ ਚਲਾਏ ਜਾ ਰਹੇ ਵਿਦਿਅਕ ਅਦਾਰੇ ਜਿਹੜੇ ਨੇ, ਉਹਨਾਂ ਦਾ ਜੋ ਕਾਲਜ ਦੇ ਵਿਦਿਆਰਥੀਆਂ ਵਾਸਤੇ ਸਿਲੇਬਸ ਤਿਆਰ ਕੀਤਾ ਜਾਂਦਾ, ਉਸਦੀ ਜੋ 9 ਮੈਂਬਰੀ ਕਮੇਟੀ ਬਣੀ ਆ ਸਿਲੇਬਸ ਤਿਆਰ ਕਰਨ ਵਾਸਤੇ, ਉਹਦੇ ਵਿੱਚੋਂ ਇੱਕ ਮੈਂਬਰ ਦੀ ਸੇਵਾ ਗਿਆਨੀ ਗੁਰਮੁਖ ਸਿੰਘ ਜੌਹਲ ਤਿੰਨਾਂ ਨੂੰ ਮਿਲੀ ਹੈ, ਜੋ ਇਤਿਹਾਸ ਲਿਖਦੇ ਵੀ ਨੇ, ਗਾਉਂਦੇ ਵੀ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਉਹਨਾਂ ਨੂੰ ਇਸੇ ਤਰ੍ਹਾਂ ਹੀ ਸਿੱਖ ਕੌਮ ਦੀ ਪ੍ਰਚਾਰ ਦੇ ਰਾਹੀਂ ਸੇਵਾ ਕਰਨ ਦੇ ਬਲ ਬਖਸ਼ਣ। ਸੋ ਹੁਣ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ, ਜੋ ਯਮਰਾ ਨਗਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਚਲਾ ਰਹੇ ਨੇ, ਜਾਮਾਰਾ ਸਕੂਲ ਦੇ ਬੱਚੇ, ਸੋ ਜਿੱਥੇ ਮਹਾਂਪੁਰਸ਼ਾਂ ਨੇ ਉਹ ਸਕੂਲ ਦੇ ਅੰਦਰ ਚੰਗਾ ਸਟਾਫ, ਪ੍ਰਿੰਸੀਪਲ, ਟੀਚਰ ਰੱਖ ਕਰਕੇ ਬੱਚਿਆਂ ਦੀ ਉਚੇਚੀ ਵਿਦਿਆ ਦਾ ਪ੍ਰਬੰਧ ਕੀਤਾ ਹੈ। ਸੋ ਇਸ ਵਾਰ ਵੈਸੇ ਜਿੱਦਾਂ ਜ਼ਿਆਦਾਤਰ ਅਸੀਂ ਅਖਬਾਰਾਂ 'ਤੇ, ਟੈਲੀਵਿਜ਼ਨ 'ਤੇ ਦੇਖਿਆ ਵੀ ਜ਼ਿਆਦਾਤਰ ਸਕੂਲਾਂ ਦਾ ਰਿਜ਼ਲਟ ਕੋਈ ਬਹੁਤਾ ਵਧੀਆ ਨਹੀਂ ਰਿਹਾ, ਕੁਝ ਬੱਚਿਆਂ ਨੇ ਖੁਦਕੁਸ਼ੀਆਂ ਵੀ ਕੀਤੀਆਂ। ਚਲੋ ਮਾੜੀ ਗੱਲ ਹੈ, ਕਿਹੜਾ ਕੁੰਭ ਦਾ ਮੇਲਾ ਜਿਹੜਾ 12 ਸਾਲਾਂ ਬਾਅਦ ਆਉਣਾ, ਅਗਲੇ ਸਾਲ ਬੱਚਾ ਫਿਰ ਪੇਪਰ ਦੇ ਸਕਦਾ, ਪਰ ਬੱਚਿਆਂ ਦਾ ਰਿਜ਼ਲਟ ਡਾਊਨ ਜਿਹੜਾ ਰਿਹਾ, ਥੱਲੇ ਰਿਹਾ, ਉਹਦਾ ਜਿਹੜਾ ਸਾਰਾ ਦੋਸ਼ ਅਸਰ ਉਹ ਸਕੂਲ ਜਾਂ ਟੀਚਰਾਂ ਸਟਾਫ 'ਤੇ ਪੈਂਦਾ, ਅਤੇ ਬਾਬਾ ਜੀ ਉਹਨਾਂ ਨੇ ਵਧੀਆ ਸਟਾਫ ਰੱਖ ਕੇ, ਮਿਹਨਤੀ ਸਟਾਫ, ਆਪ ਮਹਾਂਪੁਰਖ ਸਾਰਾ ਧਿਆਨ ਰੱਖਦੇ ਨੇ। ਇਸ ਸਾਲ 10ਵੀਂ ਦਾ CBSE ਬੋਰਡ ਦਾ ਜਿਹੜਾ ਮਹਾਂਪੁਰਸ਼ਾਂ ਦੇ ਸਕੂਲ ਦੇ ਬੱਚਿਆਂ ਦਾ ਰਿਜ਼ਲਟ ਆ,
ਉਹ ਭੈਣ ਅਰਪਣ ਕੌਰ ਦੇ ਜਿਹੜੇ ਨੰਬਰ ਨੇ 85% ਆਏ ਨੇ CBSE ਬੋਰਡ ਦੇ 10ਵੀਂ ਦੇ, ਤੇ ਬਾਕੀ ਦੇ ਜਿਹੜੇ ਬੱਚੇ ਨੇ ਨਾ ਉਹਨਾਂ ਦੇ 70% ਤੋਂ ਥੱਲੇ ਨੰਬਰ ਨੇ 10ਵੀਂ ਦਾ ਜਿਹੜਾ ਰਿਜ਼ਲਟ ਆ, ਵੀ ਇਹ ਮਿਹਨਤ ਦਾ ਫਲ ਆ ਸੰਸਾਰ ਦੇ ਉੱਪਰ। ਤੇ 12ਵੀਂ ਕਲਾਸ ਦੀ ਜਿਹੜੀ ਬੱਚੀ ਆ ਭੈਣ ਆਸ਼ੂ ਮੀਨ ਕੌਰ, ਉਹਦੇ 81% ਨੰਬਰ ਆਏ ਨੇ, ਤੇ ਬਾਕੀ ਦੇ ਜਿਹੜੇ ਬੱਚੇ ਨੇ 75% ਉਹਨਾਂ ਦੇ ਨੰਬਰ ਆਏ ਨੇ। ਸੋ ਇਹ ਟੀਚਰਾਂ ਦੀ ਮਿਹਨਤ, ਵਿਦਿਆਰਥੀਆਂ ਦੀ ਪੜ੍ਹਾਈ ਦਾ ਮੁੱਲ ਆ। ਸੋ ਜਿੱਥੇ ਸਾਨੂੰ ਸਮਾਜ ਦੇ ਵਿੱਚ ਚੰਗੀ ਵਿਦਿਆ ਪੜ੍ਹਾਈ ਦੀ ਜ਼ਰੂਰਤ ਆ, ਉਸ ਦੇ ਨਾਲ ਨਾਲ ਸਾਨੂੰ ਇਹ ਵੀ ਲੋੜ ਆ ਕਿ ਅਸੀਂ ਗੁਰਮਤ ਦੇ ਨਾਲ, ਗੁਰੂ ਚਰਨਾਂ ਦੇ ਨਾਲ ਜੁੜੇ ਰਹੀਏ। ਸਾਡੇ ਕੋਲ ਗੁਰੂ ਦੇ ਪੰਜ ਕਕਾਰ ਸਾਬਤ ਸੂਰਤ ਹੋਵੇ, ਉੱਥੇ ਨਾਲ ਨਾਲ ਮਹਾਂਪੁਰਸ਼ ਸਕੂਲ ਦੇ ਅੰਦਰ ਡਿਵਨਿਟੀ ਦੇ ਧਾਰਮਿਕ ਟੀਚਰ ਰੱਖੇ ਹੋਏ ਨੇ, ਜਿਹੜੇ ਬੱਚਿਆਂ ਨੂੰ ਸਿੱਖ ਧਰਮ ਦੀ ਸਾਰੀ ਜਾਣਕਾਰੀ ਦਿੰਦੇ ਨੇ। ਉਹਦੇ ਨਾਲ ਨਾਲ ਰਾਗੀ ਸਿੰਘ ਵਿਸ਼ੇਸ਼ ਕਰਕੇ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਨੇ ਕਿ ਜਿੱਥੇ ਸੰਸਾਰਿਕ ਉੱਚ ਵਿਦਿਆ ਸਾਡੇ ਕੋਲ ਹੋਵੇ, ਉੱਥੇ ਸਾਡੇ ਕੋਲ ਗੁਰਮਤਿ ਦੀ ਵਿਦਿਆ ਵੀ ਹੋਵੇ, ਸਾਨੂੰ ਆਪਣੇ ਇਤਿਹਾਸ ਬਾਰੇ ਵੀ ਜਾਣਕਾਰੀ ਹੋਵੇ, ਅਸੀਂ ਆਪਣੇ ਸਿੱਖੀ ਵਰਸੇ ਨੂੰ, ਪੰਜਾਂ ਕਕਾਰਾਂ ਨੂੰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਵੀ ਸੰਭਾਲ ਸਕੀਏ। ਸੋ ਮਹਾਂਪੁਰਸ਼ ਉਚੇਚਾ ਪ੍ਰਬੰਧ ਕਰ ਰਹੇ ਨੇ। ਸੋ ਹੁਣ ਮੈਂ ਬੇਨਤੀ ਕਰਾਂ ਕਿ ਜਾਮਾਰਾ ਸਕੂਲ ਦੇ ਜਿਹੜੇ ਬੱਚੇ ਨੇ ਉਹ ਆਪ ਸੰਗਤਾਂ ਦੇ ਨਾਲ ਇੱਕ ਗੁਰਬਾਣੀ ਦੇ ਪਾਵਨ ਸ਼ਬਦ ਦੀ ਸਾਂਝ ਪਾਉਣਗੇ, ਨਾਲ ਇੱਕ ਦੋ ਸਪੀਚ ਕਰਨਗੇ। ਸੋ ਸਾਡੇ ਕੋਲ ਬੜੇ ਹੀ ਸਤਿਕਾਰਯੋਗ ਸਿੱਖ ਜਗਤ ਦੀ ਬੜੀ ਹੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਉਹ ਵੀ ਸਟੇਜ 'ਤੇ ਸਭਾਏਮਾਨ ਨੇ। ਸੋ ਜਿਨ੍ਹਾਂ ਦੀ ਸਿਹਤ ਕੁਝ ਠੀਕ ਨਹੀਂ, ਅਗੇਰੇ ਵੀ ਜਥੇਦਾਰ ਸਾਹਿਬ ਉਹਨਾਂ ਨੇ ਹਾਜ਼ਰੀਆਂ ਦੀਵਾਨਾਂ ਦੀਆਂ ਭਰਨੀਆਂ ਨੇ, ਇਹਨਾਂ ਤੋਂ ਬਾਅਦ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ। ਸੋ ਸਿੰਘ ਸਾਹਿਬਾਂ ਦਾ ਇੱਥੇ ਆਉਣ 'ਤੇ ਸਾਰੀਆਂ ਸੰਗਤਾਂ ਵੱਲੋਂ ਜੀਓ ਆਇਆਂ ਧੰਨਵਾਦ। ਸੋ ਦਮਦਮੀ ਟਕਸਾਲ ਤੋਂ ਜੋ ਪੰਜ ਪਿਆਰੇ ਸਹਿਬਾਨ ਪਹੁੰਚੇ ਹਨ, ਸੋ ਜੋ ਸਤਿਗੁਰਾਂ ਦੇ ਦਰਬਾਰ ਅੰਦਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ, ਜਿਨ੍ਹਾਂ ਸੰਗਤਾਂ ਨੇ ਖੰਡੇ ਦੀ ਪੌਲ ਛਕਣੀ ਆ, ਗੁਰੂ ਵਾਲੇ ਬਣਨਾ, ਉਹ ਭਾਈ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਕੇਸੀ ਇਸ਼ਨਾਨ ਕਰਕੇ ਇੱਥੇ ਮੇਰੇ ਪਾਸ ਆਪਣੇ ਨਾਂ ਦਰਜ ਕਰਵਾ ਦੇਣ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਣ। ਸਵਾਹ ਪ੍ਰੇਮ ਦੇ ਨਾਲ ਜਾਮਾ ਰਾਜ ਸਕੂਲ ਦੇ ਵਿਦਿਆਰਥੀਆਂ ਦੇ ਪਾਸੋਂ ਗੁਰਬਾਣੀ ਦਾ ਪਾਵਨ ਸ਼ਬਦ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਦਸਮੇਸ਼ ਪਿਤਾ ਜੀ ਦਾ ਬਖਸ਼ੇ ਹੋਇਆ ਨਾਰਾ ਗਜਾਈਏ ਜੀ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਨਵੈਂਟ ਸਕੂਲ ਦੇ ਵਿਦਿਆਰਥੀ ਅੱਜ ਆਪ ਜੀ ਦੇ ਸਾਹਮਣੇ ਦੋ ਸ਼ਬਦਾਂ ਦੀ ਹਾਜ਼ਰੀ ਭਰਾਂਗੇ ਜੀ।
ਆਓ ਇੱਕ ਮਨ ਇਕਾਗਰ ਚਿੱਤ ਹੋ ਕੇ ਪਿਆਰ ਨਾਲ ਸਰਵਣ ਕਰੇ। ਸ੍ਰੀ ਵਾਹਿਗੁਰੂ ਚਰਨ ਕਮਲ ਕਿਆਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਨਾਨਕ ਠੇਕ ਆਸ ਨਾਨਕ ਠੇਕ ਪਈ ਕਰਤੇ ਕੀ ਹੋਰ ਆਸ ਬਿਨਾ ਸਾਸ ਸਾਸ ਤੇਰਾ ਨਾਮ ਸਮਾਦਾ ਸਾਸ ਸਾਸ ਤੇਰਾ ਨਾਮ ਸਮਾਦਾ
ਚਰਨ ਕਮਲ ਰਿਧ ਮਹ ਸਮਾਏ। ਚਰਨ ਕਮਲ ਰਿਧ ਮਹ ਸਮਾਏ ਤਹ ਪਰ ਤੇਰਾ ਨਾਮ ਸਮਾਰਾ ਸਾਸ
ਸਾਸ ਸਾਸ ਤੇਰਾ ਨਾਮ ਸਮਾਰਾ ਤੁਮੇ ਕਾ ਪ੍ਰਭਿਆ ਨਾਨਕ ਟੇਕ ਪਈ ਘਰ ਹਰ ਜੀ ਆਏ ਹਰ ਜੀ ਆਏ ਹਰ ਜੀ ਆਏ ਹਰ ਜੀ ਆਏ ਛੱਡ ਸਿੰਘਾਸਣ ਹਰ ਜੀ ਆਏ ਛੱਡ ਸਿੰਘਾਸਣ ਹਰ ਜੀ ਆਏ 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 ਛੱਡ ਸਿੰਘਾਸਣ ਹਰ ਜੀ ਆਏ ਛੱਡ ਸਿੰਘਾਸਣ ਹਰ ਜੀ ਆਏ ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀਸ਼ ਦਲਿੱਦਰ ਮਿਟਾਏ ਦੂਰਾਂ ਦੇਖ ਡੰਡੋਤ ਕਰ ਛੱਡ ਸਿੰਘਾਸਣ ਹਰ ਜੀ ਆਏ
ਹਰ ਜੀ ਆਏ, ਹਰ ਜੀ ਆਏ, ਹਰ ਜੀ ਆਏ, ਛੱਡ ਸਿੰਘਾਸਣ, ਹਰ ਜੀ ਆਏ, ਛੱਡ ਸਿੰਘਾਸਣ, ਹਰ ਜੀ ਆਏ, ਚੱਲਿਆ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ, ਬਹੁਤ ਨਗਰੀ ਦੁਆਰ ਕਾ ਸਿੰਘ ਦੁਆਰ ਖਲੋਤਾ ਜਾਏ, ਛੱਡ ਸਿੰਘਾਸਣ ਹਰ ਜੀ
ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੌਨਵੈਂਟ ਸਕੂਲ ਜਮਹਾਰਾ ਦੇ ਵਿਦਿਆਰਥੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਪਾਵਨ ਸ਼ਬਦ ਸ਼੍ਰਵਣ ਕਰਵਾਏ ਹਨ। ਸੋ ਸਾਡੇ ਕੋਲ ਜੋ ਕੁਝ ਮਾਣਯੋਗ ਸ਼ਖਸੀਅਤਾਂ ਸੰਤ ਮਹਾਂਪੁਰਸ਼ ਸਟੇਜ ਉੱਪਰ ਸੁਭਾਇਮਾਨ ਨੇ, ਬਾਬਾ ਮੌਜੀ ਦਾਸ ਜੀ ਮਾੜੀ ਕੰਬੋਕੀ ਵਾਲੇ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਬਾਬਾ ਗੱਜਣ ਸਿੰਘ ਜੀ ਜਥੇਦਾਰ, ਬਾਬਾ ਚੋਜੀ ਜੀ, ਇਸੇ ਤਰ੍ਹਾਂ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ, ਬਾਬਾ ਮਨਜੀਤ ਸਿੰਘ ਜੀ, ਸਤਿਕਾਰਯੋਗ ਬਾਬਾ ਗੱਜਣ ਸਿੰਘ ਸੱਜਣ ਸਿੰਘ ਜੀ ਬੇਰ ਸਾਹਿਬ ਵਾਲੇ ਮਹਾਂਪੁਰਖ, ਬਾਬਾ ਬਲਬੀਰ ਸਿੰਘ ਜੀ ਟਿੱਬਾ ਸਾਹਿਬ ਵਾਲੇ, ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ ਮਹਾਂਪੁਰਸ਼, ਇਸੇ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ, ਤਿੰਨਾਂ ਤੋਂ ਵਰੋਸਾਏ ਹੋਏ ਬਹਾਦਰ ਬਾਬਾ ਬਿਧੀ ਚੰਦ ਜੀ, ਤਿੰਨਾਂ ਦੀ ਅੰਸ਼ ਬੰਸ਼ ਦੇ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਜੀ, ਤਿੰਨਾਂ ਦੇ ਲਾਇਕ ਸਪੁੱਤਰ ਸੰਤ ਬਾਬਾ ਗੁਰਬਚਨ ਸਿੰਘ ਜੀ ਉਚੇ ਤੌਰ 'ਤੇ ਪਹੁੰਚੇ ਹਨ। ਸੋ ਜਿੰਨੀਆਂ ਵੀ ਮਾਣਯੋਗ ਸ਼ਖਸੀਅਤਾਂ ਸੰਤ ਮਹਾਂਪੁਰਸ਼ ਪਹੁੰਚੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਵੱਲੋਂ ਜੀਓ ਆਇਆ ਆਖਦੇ ਹਾਂ। ਸੋ ਮੈਂ ਇੱਕ ਬੇਨਤੀ ਕਰਾਂ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜੋ ਦਮਦਮੀ ਟਕਸਾਲ ਤੋਂ ਪੰਜ ਪਿਆਰੇ ਸਾਹਿਬਾਨ ਪਹੁੰਚੇ ਹਨ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ ਹੈ। ਸੋ ਜਿਨ੍ਹਾਂ ਵੀ ਸੰਗਤਾਂ ਨੇ ਅੰਮ੍ਰਿਤ ਛਕਣਾ ਹੋਵੇ, ਗੁਰੂ ਵਾਲੇ ਬਣਨਾ, ਉਹ ਗੁਰੂ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਸੋ ਆਪਣੇ ਜਿਹੜਾ ਨਗਰ ਵਾਲਾ ਗੁਰਦੁਆਰਾ, ਗੁਰਦੁਆਰਾ ਬਾਬਾ ਸੋਭਾ ਸਿੰਘ ਜੀ ਦਾ ਜਿਹੜਾ ਤਪ ਸਥਾਨ ਆ ਨਗਰ ਦੇ ਵਿੱਚ, ਉੱਥੇ ਜੋ ਅੰਮ੍ਰਿਤ ਤਿਆਰ ਹੋ ਰਿਹਾ, ਪੰਜ ਪਿਆਰੇ ਸਾਹਿਬਾਨ ਪਹੁੰਚੇ ਹੋਏ ਹਨ। ਸੋ ਹੁਣ ਮੈਂ ਬੇਨਤੀ ਕਰਾਂ ਸਾਡੇ ਬੜੇ ਹੀ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਿਨ੍ਹਾਂ ਨੇ ਅਗੇਰੇ ਵੀ ਸਮਾਗਮਾਂ ਦੀ ਹਾਜ਼ਰੀ ਭਰਨੀ ਔਰ ਸਿਹਤ ਕੁਝ ਢਿੱਲੀ ਆ, ਸੋ ਤਿੰਨਾਂ ਦਾ ਜੋ ਇੱਕ ਜੰਕਾਰੇ ਦੇ ਰਾਹੀਂ ਜਿਉਂ ਆਇਆ ਆਖੀਏ, ਬੋਲੇ ਸੋ ਨਿਹਾਲ। ਸੋ ਮੈਂ ਬੇਨਤੀ ਕਰਾਂ ਸਾਡੇ ਬੜੇ ਹੀ ਸਤਿਕਾਰਯੋਗ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਉਹ ਵੀ ਵਿਸ਼ੇਸ਼ ਉਚੇਚੇ ਤੌਰ 'ਤੇ ਪਹੁੰਚੇ ਹਨ। ਸੋ ਤਿੰਨਾਂ ਦੇ ਪਹੁੰਚਣ 'ਤੇ ਵੀ ਇੱਕ ਜੰਕਾਰੇ ਦੇ ਨਾਲ ਤਿੰਨਾਂ ਨੂੰ ਜਿਉਂ ਆਇਆ ਕਹੀਏ, ਬੋਲੇ ਸੋ ਨਿਹਾਲ। ਸੋ ਸਾਰੀਆਂ ਹੀ ਮਾਣਯੋਗ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਸ਼੍ਰਵਣ ਕਰੀਏ ਜਥੇਦਾਰ
ਗਿਆਨੀ ਗੁਰਬਚਨ ਸਿੰਘ ਜੀ ਤਿੰਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸ਼੍ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਟਲ ਛਤਰ ਚਵਰ ਤਖਤ ਦੇ ਮਾਲਿਕ, ਰੂਹਾਨੀਅਤ ਦੇ ਮੁਜੱਸਮੇ, ਕਲਯੁਗ ਦੇ ਬੋਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਪਿਆਰ ਵਾਲੇ ਗੁਰੂ ਸਰੂਪ ਸਤ ਸੰਗਤ ਜੀ, ਆਪ ਜੀ ਵਡਭਾਗੀ ਹੋ ਸਾਹਿਬਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਸਾਡੇ ਬਹੁਤ ਹੀ ਪਰਮ ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਬਾਬਾ ਅਮਰਜੀਤ ਸਿੰਘ ਜੀ, ਸੰਪਰਦਾਇ ਦਲ ਪੰਥ ਵਿਧੀ ਚੰਦ ਮੁੰਡਾ ਪਿੰਡ ਵਾਲਿਆਂ ਦੀ ਪਾਵਨ ਪਵਿੱਤਰ ਯਾਦ ਵਿੱਚ ਚੱਲ ਰਹੇ ਸਮਾਗਮਾਂ ਦੀ ਹਾਜ਼ਰੀ ਭਰਦੇ ਹੋਏ, ਗੁਰੂ ਕੇ ਰਾਗੀ ਸਿੰਘਾਂ ਤੋਂ, ਢਾਡੀ ਸਿੰਘਾਂ ਤੋਂ, ਕਵਿਛਰੇ ਸਾਹਿਬਾਨਾਂ ਤੋਂ ਅੰਮ੍ਰਿਤਮਈ ਬਾਣੀ ਗੁਰ ਇਤਿਹਾਸ ਸਰਵਣ ਕਰ ਰਹੇ ਹੋ। ਸਟੇਜ ਸਕੱਤਰ ਸਾਹਿਬ ਜੀ ਨੇ ਜੋ ਵੀ ਮਹਾਂਪੁਰਸ਼ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੱਜ ਬੈਠੇ ਨੇ, ਸਾਰਿਆਂ ਦੀ ਹਾਜ਼ਰੀ ਲਵਾਈ ਹੈ ਔਰ ਇਸ ਪਰਿਵਾਰ ਦੀਆਂ ਮਹਾਨ ਸੇਵਾਵਾਂ ਨੂੰ ਤੱਕਦੇ ਹੋਏ ਪਰਿਵਾਰ ਦੀਆਂ ਪੰਥ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਨੂੰ ਦੇਖ ਕੇ ਬਹੁਤ ਹੀ ਸਤਿਕਾਰਯੋਗ ਭਾਈ ਗੋਬਿੰਦ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਰਕੇ ਸਮਾਗਮ ਵਿੱਚ ਹਾਜ਼ਰੀ ਲਵਾਉਣ ਦੇ ਵਾਸਤੇ ਹਾਜ਼ਰ ਹੋਏ ਨੇ। ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਔਰ ਗਿਆਨੀ ਜੀਵਾ ਸਿੰਘ ਜੀ, ਜੋ ਦੇਸ਼ ਵਿਦੇਸ਼ ਵਿੱਚ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰਮਤਿ ਦੇ ਨਾਲ ਜੋੜ ਰਹੇ ਨੇ, ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸੀਸ ਲੈ ਕੇ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਮਹਾਨ ਪਾਵਨ ਪਵਿੱਤਰ ਸਮਾਗਮ ਆਰੰਭ ਕੀਤਾ ਹੋਇਆ ਹੈ। ਔਰ ਜਿਵੇਂ ਆਪ ਜੀ ਸਕੱਤਰ ਸਾਹਿਬ ਤੋਂ ਸਰਵਣ ਕਰ ਰਹੇ ਸੀ ਕਿ ਨਗਰ ਵਿਖੇ ਮਹਾਂਪੁਰਸ਼ਾਂ ਦੇ ਤਪ ਸਥਾਨ ਦੇ ਉੱਤੇ ਅੰਮ੍ਰਿਤ ਸੰਚਾਰ ਹੋਣਾ ਹੈ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜਿਸ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਉਹ ਕੇਸੀ ਇਸ਼ਨਾਨ ਕਰਕੇ ਕਕਾਰਾਂ ਸਹਿਤ ਹੋ ਕੇ ਮਹਾਂਪੁਰਸ਼ਾਂ ਦੇ ਤਪ ਸਥਾਨ ਤੇ ਪਹੁੰਚ ਕੇ ਪੰਜ ਪਿਆਰੇ ਸਾਹਿਬਾਨਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਨ। ਆਓ ਸਮੁੱਚੀ ਸਾਧ ਸੰਗਤ ਮਹਾਂਪੁਰਸ਼ ਪਿਆਰ ਸਤਿਕਾਰ ਸਹਿਤ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਨੇ ਗੁਰਬਾਣੀ ਵਿੱਚ ਬੜੀ ਪਿਆਰੀ ਪੰਗਤੀ ਬਖਸ਼ਿਸ਼ ਕੀਤੀ ਹੈ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਮਰਥ ਆਪਣਾ ਬਿਨਸੈ ਸਭ ਮੰਦਾ, ਧਨ ਧਰਤੀ ਉਹ ਥਾਨ ਧਨ ਗੁਰਸਿੱਖ ਸਾਧੂ ਪੈਰ ਧਰੰਦਾ, ਉਹ ਧਰਤੀ ਉਹ ਅਸਥਾਨ ਧੰਤਾ ਦੇ ਯੋਗ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ, ਜਿੱਥੇ ਸਾਧ ਸੰਗਤ ਔਰ ਗੁਰੂ ਕੇ ਪਿਆਰੇ ਸੰਤ ਜਨ ਆਪਣੇ ਚਰਨ ਪਾਉਂਦੇ ਹਨ, ਔਰ ਜਿਸ ਧਰਤੀ ਦੇ ਉੱਤੇ ਸਿਮਰਨ ਕੀਤਾ ਜਾਏ, ਸੇਵਾ ਕੀਤੀ ਜਾਏ, ਉਸ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਜੋ ਜਗਿਆਸੂ ਆਉਂਦਾ ਹੈ ਆਪਣੀ ਸ਼ਰਧਾ ਸਤਿਕਾਰ ਭੇਟਾ ਕਰਨ ਵਾਸਤੇ, ਸਤਿਗੁਰੂ ਪਾਤਸ਼ਾਹ ਜੀ ਉਸ ਦੀਆਂ ਮਨੋਕਾਮਨਾਵਾਂ ਪੂਰਨ ਕਰਦੇ ਹਨ। ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਸੰਤ ਦਾ ਬਹੁਤ ਵੱਡਾ ਸਤਿਕਾਰ ਕੀਤਾ ਹੈ, ਔਰ ਸੰਗਤ ਦਾ ਤੇ ਸੰਤ ਦਾ ਜਿਹੜਾ ਰਿਸ਼ਤਾ ਹੈ ਉਹ ਪਾਤਸ਼ਾਹ ਨੇ ਗੁਰਬਾਣੀ ਵਿੱਚ ਭਗਤਾਂ ਦੀ ਬਾਣੀ ਵਿੱਚ ਰਚਨਾ ਕੀਤੀ ਹੈ। ਸੰਤ ਤੁਜੀ ਤਨ ਸੰਗਤ ਪ੍ਰਾਣ, ਸੰਗਤ ਜਿਹੜੀ ਹੈ ਉਸ ਨੂੰ ਪਰਮੇਸ਼ਰ ਦੇ ਪ੍ਰਾਣ ਕਿਹਾ ਗਿਆ, ਸੰਤ ਨੂੰ ਪਰਮੇਸ਼ਰ ਦਾ ਸਰੂਪ ਕਿਹਾ ਗਿਆ, ਇਸ ਕਰਕੇ ਸੰਤਾਂ ਨੂੰ ਨਿਤ ਅਵਤਾਰ ਵੀ ਕਿਹਾ ਗਿਆ ਕਿ ਸੰਤ ਪਰਮਾਤਮਾ ਦਾ ਸਰੂਪ ਨੇ, ਸੰਗਤ ਪਰਮਾਤਮਾ ਦਾ ਪ੍ਰਾਣ ਨੇ। ਇਤਨਾ ਸੰਤ ਦਾ ਤੇ ਸੰਗਤ ਦਾ ਆਪਸ ਵਿੱਚ ਦੀ ਰਿਸ਼ਤਾ ਹੈ, ਕਿਉਂਕਿ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਸੰਤ ਸੰਗਤ ਨੂੰ, ਸੰਗਤ ਜਿਹੜੀ ਹੈ ਉਹ ਸੰਤ ਨੂੰ ਜਨਮ ਦਿੰਦੀ ਹੈ। ਮੈਂ ਕੋਟਾਨ ਕੋਟ ਧੰਨਵਾਦ ਕਰਦਾ ਹਾਂ, ਰੋਮ ਰੋਮ ਕਰਕੇ ਰਿਣੀ ਹਾਂ, ਮਹਾਂਪੁਰਸ਼ ਸੰਤ ਗਿਆਨੀ ਹਰਨਾਮ ਸਿੰਘ ਜੀ, ਖਾਲਸਾ ਮੁਖੀ ਦਮਦਮੀ ਟਕਸਾਲ, ਜਿਨ੍ਹਾਂ ਨੇ ਆਪਣੀ ਸੰਗਤ ਵਿੱਚ ਰੱਖ ਕੇ, ਭਾਈ ਬੰਤਾ ਸਿੰਘ ਜੀ, ਗਿਆਨੀ ਜੀਵਾ ਸਿੰਘ ਜੀ, ਇਹਨਾਂ ਨੂੰ ਇਤਨੇ ਵੱਡੇ ਵਿਦਵਾਨ ਬਣਾ ਦਿੱਤਾ ਹੈ ਕਿ ਅੱਜ ਹਰ ਇੱਕ, ਚਾਹੇ ਉਹ ਨਗਰ ਹੈ, ਚਾਹੇ ਸ਼ਹਿਰ ਹੈ, ਚਾਹੇ ਦੇਸ਼ ਹੈ, ਚਾਹੇ ਵਿਦੇਸ਼ ਹੈ, ਹਰ ਇੱਕ ਇਹਨਾਂ ਦੀ ਰਸਨਾ ਤੋਂ ਗੁਰਬਾਣੀ ਗੁਰ ਇਤਿਹਾਸ ਸਰਵਣ ਕਰਨ ਵਾਸਤੇ ਆਪਣੇ ਮਨ ਵਿੱਚ ਇੱਕ ਰੀਝ ਰੱਖਦਾ ਹੈ, ਆਪਣੇ ਮਨ ਵਿੱਚ ਇੱਕ ਪਿਆਰ ਰੱਖਦਾ ਹੈ, ਕਿਉਂਕਿ ਜਿਸ ਪ੍ਰਕਾਰ ਸਰਲਤਾ ਦੇ ਨਾਲ ਸਿੱਧੇ ਸਾਦੇ ਸ਼ਬਦਾਂ ਵਿੱਚ ਗੁਰਬਾਣੀ ਦਾ ਪ੍ਰਚਾਰ, ਗੁਰਬਾਣੀ ਦਾ ਕੀਰਤਨ ਕਥਾ ਜੋ ਹੈ, ਭਾਈ ਬੰਤਾ ਸਿੰਘ ਜੀ ਮੁੰਡਾ ਪਿੰਡ ਔਰ ਗਿਆਨੀ ਜੀਵਾ ਸਿੰਘ ਜੀ ਕਰ ਰਹੇ ਨੇ, ਇਹ ਪੰਥ ਦੇ ਵਾਸਤੇ ਬਹੁਤ ਵੱਡੀ, ਮਹਾਂਪੁਰਸ਼ਾਂ ਨੇ ਇੱਕ ਟਕਸਾਲ ਪੈਦਾ ਕਰਕੇ ਦੇ ਦਿੱਤੀ ਹੈ। ਆ ਹੁਣੇ ਬੱਚੇ ਕੀਰਤਨ ਕਰਕੇ ਗਏ ਨੇ ਕਾਨਵੈਂਟ ਸਕੂਲ ਜਾਮਾ ਰਾਏ ਦੇ, ਮਹਾਂਪੁਰਸ਼ ਸੰਤ ਬਾਬਾ ਸੱਜਣ ਸਿੰਘ ਜੀ ਬੈਠੇ ਨੇ ਬੇਰ ਸਾਹਿਬ ਵਾਲੇ, ਜਿਨ੍ਹਾਂ ਵੱਲੋਂ ਬਹੁਤ ਵੱਡੇ ਸਕੂਲ ਚਲਾਏ ਜਾਂਦੇ ਨੇ, ਮਹਾਂਪੁਰਸ਼ਾਂ ਦੇ ਇਹ ਸਕੂਲ ਚਲਾ ਕੇ ਜਿੱਥੇ ਬੱਚਿਆਂ ਨੂੰ ਸੰਸਾਰਿਕ ਵਿੱਦਿਆ ਦੇਣੀ ਆਰੰਭ ਕੀਤੀ ਹੈ, ਉਹਦੇ ਨਾਲ ਧਾਰਮਿਕ ਵਿੱਦਿਆ ਵੀ ਦਿੱਤੀ ਜਾਂਦੀ ਹੈ, ਕਿਉਂਕਿ ਜਿਸ ਬੱਚੇ ਦੇ ਅੰਦਰ ਧਾਰਮਿਕ ਵਿੱਦਿਆ ਹੈ, ਜਿਸ ਬੱਚੇ ਦੇ ਅੰਦਰ ਇਤਿਹਾਸ ਹੈ, ਜਿਸ ਬੱਚੇ ਨੂੰ ਗੁਰੂ ਤੇ ਵਿਸ਼ਵਾਸ ਹੈ,
ਉਹ ਬੱਚਾ ਕਦੇ ਮੁਨਕਰ ਨਹੀਂ ਹੋ ਸਕਦਾ ਗੁਰੂ ਤੋਂ, ਉਹ ਕਦੇ ਕੇਸਾਂ ਦੀ ਬੇਅਦਬੀ ਨਹੀਂ ਕਰ ਸਕਦਾ, ਉਹ ਕਦੇ ਨਸ਼ਿਆਂ ਵਿੱਚ ਗਲਤਾਨ ਨਹੀਂ ਹੋ ਸਕਦਾ। ਜਦੋਂ ਸਾਡੇ ਬੱਚੇ ਐਸੇ ਸਕੂਲਾਂ ਵਿੱਚ ਜਾਂਦੇ ਨੇ ਜਿੱਥੇ ਗੁਰਮਤ ਦੀ ਕੋਈ ਵੀ ਉਹਨਾਂ ਨੂੰ ਸੋਝੀ ਨਹੀਂ ਦਿੱਤੀ ਜਾਂਦੀ, ਉਹ ਮਾੜੀ ਸੰਗਤ ਵਿੱਚ ਪੈਂਦੇ ਨੇ, ਉਹ ਆਪਣੇ ਕੇਸ ਕਤਲ ਕਰਾ ਦਿੰਦੇ ਨੇ, ਨਸ਼ਿਆਂ ਵਿੱਚ ਗਲਤਾਨ ਹੋ ਜਾਂਦੇ ਨੇ, ਜਿਹਦੇ ਵਿੱਚ ਬੱਚੀਆਂ ਵੀ ਤੇ ਬੱਚਿਆਂ ਦੀ ਗਿਣਤੀ ਬਹੁਤ ਵੱਡੀ ਪੱਧਰ ਤੇ ਪਹੁੰਚ ਚੁੱਕੀ ਹੈ। ਇਸ ਕਰਕੇ ਐਸੇ ਜਿਹੜੇ ਗੁਰਮਤਿ ਸਕੂਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਨੇ, ਦਮਦਮੀ ਟਕਸਾਲ ਦੇ ਸਕੂਲ ਨੇ, ਅਕਾਲ ਅਕੈਡਮੀ ਦੇ ਸਕੂਲ ਨੇ, ਅਨੇਕਾਂ ਮਹਾਂਪੁਰਸ਼ਾਂ ਵੱਲੋਂ ਸਕੂਲ ਚਲਾਏ ਜਾਂਦੇ ਹਨ, ਉਹਨਾਂ ਸਕੂਲਾਂ ਨੂੰ ਤਰਜੀਹ ਦੇਈਏ, ਕਮ ਸੇ ਕਮ ਸਾਡੇ ਬੱਚੇ ਜਿਹੜੇ ਨੇ ਉਹ ਗੁਰਮੁਖੀ ਪੜ੍ਹ ਕੇ ਗੁਰਬਾਣੀ ਦੀ ਸੰਥਿਆ ਕਰਕੇ ਆਪਣਾ ਜੀਵਨ ਸਫਲ ਕਰ ਸਕਣ। ਮੈਂ ਬੇਨਤੀ ਕਰਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਮੇਂ ਸਮੇਂ ਅਨੁਸਾਰ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਜਿਹੜੇ ਗੁਰਦੁਆਰੇ ਸਾਹਿਬ ਨੇ ਉਹਨਾਂ ਗੁਰਦੁਆਰੇ ਸਾਹਿਬਾਂ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ, ਗ੍ਰੰਥੀ ਸਾਹਿਬਾਨ ਨੇ, ਉਹ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਗੁਰੂ ਘਰਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਾ ਵਾਪਰ ਜਾਏ। ਨਿਤਾ ਪ੍ਰਤੀ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ, ਔਰ ਵਾਪਰ ਇਸ ਕਰਕੇ ਰਹੀ ਹੈ ਕਿ ਗ੍ਰੰਥੀਆਂ ਦੀ ਅਣਗਹਿਲੀ ਕਰਕੇ, ਗ੍ਰੰਥੀਆਂ ਦੀ ਲਾਪਰਵਾਹੀ ਕਰਕੇ। ਜੇ ਗ੍ਰੰਥੀ ਸਿੰਘ ਸਵੇਰੇ ਪ੍ਰਕਾਸ਼ ਕੀਤਾ ਫਿਰ ਚਲੇ ਗਏ, ਸ਼ਾਮ ਨੂੰ ਆ ਕੇ ਸੁਖਾਸਨ ਕਰ ਦਿੱਤਾ, ਇਹ ਡਿਊਟੀ ਨਹੀਂ ਗ੍ਰੰਥੀ ਸਿੰਘ ਦੀ। ਗ੍ਰੰਥੀ ਸਿੰਘ ਦੀ ਡਿਊਟੀ ਆ ਗੁਰਦੁਆਰੇ ਵਿੱਚ ਹਾਜ਼ਰ ਰਵੇ, ਆਈ ਹੋਈ ਸੰਗਤ ਨੂੰ ਗੁਰਮਤ ਦਾ ਉਪਦੇਸ਼ ਸੁਣਾਵੇ, ਸਹਿਜ ਪਾਠ ਕਰੇ, ਤੇ ਗੁਰੂ ਕੀ ਸੰਗਤ ਉਹਦੀ ਪਰਵਿਰਸ਼ ਵਾਸਤੇ ਉਹਦਾ ਯੋਗ ਪ੍ਰਬੰਧ ਕਰੇ। ਇਹ ਗ੍ਰੰਥੀ ਸਿੰਘ ਦਾ ਕੰਮ ਨਹੀਂ ਕਿ ਉਹ ਪਿੰਡ ਵਿੱਚੋਂ ਪ੍ਰਸ਼ਾਦੇ ਮੰਗ ਕੇ ਲਿਆਵੇ, ਉਹ ਦੁੱਧ ਇਕੱਠਾ ਕਰਕੇ ਲਿਆਵੇ, ਉਹਦੀ ਪਰਵਿਰਸ਼ ਉਹਦੇ ਪਰਿਵਾਰ ਦੀ ਪਾਲਣਾ ਕਰਨੀ ਸੰਗਤ ਦਾ ਫਰਜ਼ ਹੈ, ਤੇ ਗ੍ਰੰਥੀ ਦਾ ਫਰਜ਼ ਹੈ ਗੁਰੂ ਘਰ ਦੀ ਸੇਵਾ ਸਫਾਈ, ਤੇ ਆਈ ਸੰਗਤ ਨੂੰ ਗੁਰਬਾਣੀ ਸੁਣਾਉਣੀ, ਆਈ ਸੰਗਤ ਨੂੰ ਗੁਰਬਾਣੀ ਨਾਲ ਜੋੜਨਾ। ਅੱਜ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਈਸਾਈ ਬਣਦੇ ਜਾ ਰਹੇ ਨੇ, ਕਿਉਂਕਿ ਈਸਾਈਆਂ ਨੇ ਆਪਣਾ ਜਿਹੜਾ ਪ੍ਰਚਾਰ ਹੈ ਨਾ ਉਹ ਘਰ ਘਰ ਤੱਕ ਕਰਕੇ ਲਾਲਚ ਦੇ ਕੇ। ਮੈਂ ਬੇਨਤੀ ਕਰਾਂ, ਜਦੋਂ ਸਿੰਘ ਸਭਾ ਲਹਿਰ ਚੱਲੀ ਹੈ ਨਾ, ਉਹ ਈਸਾਈਆਂ ਦੇ ਕਾਰਨ ਚੱਲੀ ਸੀ। ਈਸਾਈਆਂ ਨੇ ਆਪਣੀ ਬਾਈਬਲ ਪੰਜਾਬੀ ਵਿੱਚ ਛਾਪ ਕੇ ਫਰੀ ਵੰਡਣੀ ਸ਼ੁਰੂ ਕਰ ਦਿੱਤੀ, ਲਿਟਰੇਚਰ ਵੰਡਣਾ ਸ਼ੁਰੂ ਕਰ ਦਿੱਤਾ, ਕਿਸੇ ਨੂੰ ਜਗੀਰਦਾਰੀਆਂ ਦੇ ਕੇ, ਕਿਸੇ ਨੂੰ ਨੌਕਰੀਆਂ ਦੇ ਕੇ, ਉਹਨਾਂ ਨੂੰ ਈਸਾਈ ਬਣਾਉਣ ਵਾਸਤੇ ਉਹਨਾਂ ਨੇ ਆਪਣਾ ਪੂਰਾ ਯਤਨ ਕੀਤਾ। ਪਰ ਉਸ ਸਮੇਂ ਵੀ ਮਹਾਂਪੁਰਸ਼ਾਂ ਨੇ, ਦਮਦਮੀ ਟਕਸਾਲ ਨੇ ਜੋ ਪੁਰਾਣੇ ਮਹਾਂਪੁਰਸ਼ ਸੀ, ਔਰ ਡਾਕਟਰ ਵੀਰ ਸਿੰਘ ਜੀ ਨੇ, ਇਹਨਾਂ ਨੇ ਬਹੁਤ ਵੱਡਾ ਯਤਨ ਕਰਕੇ ਸਿੱਖਾਂ ਨੂੰ ਗੁਰਮਤ ਦੇ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ ਨੇ। ਔਰ ਸ੍ਰੀ ਅਕਾਲ ਤਖਤ ਸਾਹਿਬ ਨੇ ਜੋ ਇੱਕ ਪਿੰਡ ਇੱਕ ਗੁਰਦੁਆਰਾ ਐਲਾਨ ਕੀਤਾ ਸੀ, ਆਦੇਸ਼ ਤੇ ਸੰਦੇਸ਼ ਕੀਤਾ ਸੀ, ਮੈਨੂੰ ਖਿਮਾ ਕਰਿਓ ਪ੍ਰਧਾਨ ਸਾਹਿਬ ਬੈਠੇ ਨੇ, ਕਈ ਵਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਨੇ ਨਾ ਉਹ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੇ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ ਉਹਨਾਂ ਆਦੇਸ਼ਾਂ ਤੇ ਸੰਦੇਸ਼ਾਂ ਨੂੰ ਲਾਗੂ ਕਰਵਾਉਣ ਦੀ।
ਪਰ ਕਈ ਵਾਰੀ ਅਣਗਹਿਲੀ ਕਰਕੇ ਉਹ ਸੰਗਤਾਂ ਤੱਕ ਪਹੁੰਚਾਏ ਨਹੀਂ ਜਾਂਦੇ। ਪਰ ਮੈਂ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਦਾ, ਇਸ ਕਰਕੇ ਨਹੀਂ ਕਿ ਬੈਠੇ ਹੋਏ ਨੇ, ਮੈਂ ਜਿੱਥੇ ਵੀ ਬੇਨਤੀ ਕਰਦਾ ਜ਼ਰੂਰ ਇਹਨਾਂ ਦੀ ਸਿਫਤ ਕਰਨ ਤੋਂ ਰਹਿ ਨਹੀਂ ਸਕਦਾ, ਕਿਉਂਕਿ ਇਹਨਾਂ ਨੇ ਆਉਂਦਿਆਂ ਸਾਰ ਹੀ ਉਸ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਲੈ ਕੇ ਇੱਕ ਪਿੰਡ ਇੱਕ ਗੁਰਦੁਆਰਾ ਜਿਹੜੀ ਮੁਹਿੰਮ ਸੀ ਆਪ ਪਿੰਡਾਂ ਵਿੱਚ ਜਾ ਕੇ ਸੰਗਤਾਂ ਨੂੰ ਪ੍ਰੇਰਿਆ, ਔਰ ਬਹੁਤ ਸਾਰੇ ਜਿਹੜੇ ਨਗਰ ਨੇ ਉਹਨਾਂ ਵਿੱਚ ਇੱਕ ਪਿੰਡ ਬਣ ਗਏ, ਇੱਕ ਗੁਰਦੁਆਰਾ ਬਣ ਗਿਆ, ਉਹਨਾਂ ਦੀ ਯੋਗ ਸਹਾਇਤਾ ਵੀ ਕੀਤੀ ਜਾਂਦੀ ਹੈ। ਅੱਜ ਵੀ ਦਾਸ ਨੇ ਇਹ ਮਾਲਵੇ ਦੇ ਪਿੰਡ ਵਿੱਚ ਜੋ ਘਟਨਾ ਵਾਪਰੀ ਹੈ ਉਹਨਾਂ ਨੂੰ ਵੀ ਹਦਾਇਤ ਕੀਤੀ ਕਿ ਇੱਕ ਗੁਰਦੁਆਰਾ ਸਾਹਿਬ ਕਰੋ, ਕਿਉਂਕਿ ਗ੍ਰੰਥੀ ਦੀ ਅਣਗਹਿਲੀ ਕਰਕੇ ਘਟਨਾ ਵਾਪਰੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇੱਕ ਪਿੰਡ ਵਿੱਚ ਇੱਕ ਗੁਰਦੁਆਰਾ, ਕੋਈ ਇਤਿਹਾਸਕ ਗੁਰਦੁਆਰੇ ਨੇ, ਸ਼ਹੀਦਾਂ ਦੇ ਗੁਰਦੁਆਰੇ ਨੇ, ਮਹਾਂਪੁਰਸ਼ਾਂ ਦੇ ਗੁਰਦੁਆਰੇ, ਉਹ ਵੱਖਰੀ ਬਾਤ ਹੈ। ਪਰ ਅਸੀਂ ਪ੍ਰਧਾਨਗੀ ਵਾਸਤੇ ਗੁਰਦੁਆਰੇ ਬਣਾ ਲਈਏ, ਜਾਤਾਂ ਦੇ ਨਾਮ ਤੇ ਗੁਰਦੁਆਰੇ ਬਣਾ ਲਈਏ, ਇਹ ਗੱਲ ਸ਼ੋਭਦੀ ਨਹੀਂ ਹੈ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਪਿੰਡ ਵਿੱਚ ਇੱਕ ਸ਼ਮਸ਼ਾਨ ਘਾਟ ਬਣਾਈਏ, ਇੱਕ ਪਿੰਡ ਵਿੱਚ ਇੱਕ ਗੁਰਦੁਆਰਾ ਜਾਂ ਇਤਿਹਾਸਕ ਗੁਰਦੁਆਰੇ ਬਣਾਈਏ, ਤਾਂ ਹੀ ਅਸੀਂ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਕਾਰਜ ਕਰ ਰਹੇ ਹਾਂ। ਗੁਰੂ ਕਿਰਪਾ ਕਰੇ, ਮਹਾਂਪੁਰਸ਼ ਸੰਤ ਬਾਬਾ ਬੰਤਾ ਸਿੰਘ ਜੀ ਔਰ ਗਿਆਨੀ ਜੀਵਾ ਸਿੰਘ ਜੀ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਪੰਥ ਇਹਨਾਂ ਦੇ ਨਾਲ ਹੈ। ਇਹ ਗੁਰਮਤ ਦਾ ਪ੍ਰਚਾਰ ਦੇਸ਼ ਤੇ ਵਿਦੇਸ਼ ਵਿੱਚ ਕਰਕੇ ਜਿਹੜੇ ਅੱਜ ਪੰਥ ਵਿਰੋਧੀ ਨੇ, ਗੁਰੂ ਗ੍ਰੰਥ ਸਾਹਿਬ ਤੇ ਨੁਕਤਾਚੀਨੀ ਕਰਨੀ ਜਿਨ੍ਹਾਂ ਨੇ ਸ਼ੁਰੂ ਕਰ ਦਿੱਤੀ, ਭਗਤਾਂ ਦੀ ਬਾਣੀ ਤੇ, ਗੁਰੂ ਇਤਿਹਾਸ ਤੇ, ਗੁਰੂ ਕੇ ਅਸਥਾਨਾਂ ਤੇ ਨੁਕਤਾਚੀਨੀ ਕਰਦੇ ਨੇ, ਉਹਨਾਂ ਦਾ ਮੂੰਹ ਤੋੜਨਾ ਜਵਾਬ ਦੇਣ ਵਾਸਤੇ ਸਾਨੂੰ ਇਹੋ ਜਿਹੇ ਵਿਦਵਾਨਾਂ ਦੀ ਲੋੜ ਹੈ ਔਰ ਵਿਦਵਾਨ ਪੈਦਾ ਕਰਨ ਦੀ ਲੋੜ ਹੈ। ਪਹਿਲੇ ਸਮਿਆਂ ਦੇ ਵਿੱਚ ਚਾਹੇ ਦਮਦਮੀ ਟਕਸਾਲ ਸੀ, ਨਿਰਮਲੇ ਮਹਾਂਪੁਰਸ਼ ਸੀ, ਨਿਹੰਗ ਸਿੰਘ ਜਥੇਬੰਦੀਆਂ ਸੀ, ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ, ਦਲ ਪੰਥ ਵਿਧੀ ਚੰਦ ਸੁਰ ਸਿੰਘ, ਉਹ ਵੀ ਪਹੁੰਚੇ ਹੋਏ ਨੇ। ਉਹ ਪਿੰਡਾਂ ਵਿੱਚ ਜਾ ਕੇ ਪੜਾਅ ਲਾਉਂਦੇ ਸੀ, ਦੋ ਦੋ ਤਿੰਨ ਤਿੰਨ ਦਿਨ ਪਿੰਡਾਂ ਵਿੱਚ ਜਾ ਕੇ ਰਹਿਣਾ, ਬੱਚੇ ਬੱਚੀਆਂ ਨੂੰ ਪੰਜਾਬੀ ਪੜ੍ਹਾਉਣੀ, ਗੁਰਬਾਣੀ ਪੜ੍ਹਾਉਣੀ। ਅੱਜ ਉਸ ਨੂੰ ਛੱਡ ਚੁੱਕੇ ਹਾਂ, ਜਿਸ ਕਰਕੇ ਸਾਡੇ ਬੱਚੇ ਬੱਚੀਆਂ ਜਿਹੜੇ ਨੇ ਸਿੱਖੀ ਤੋਂ ਦੂਰ ਜਾ ਰਹੇ ਨੇ। ਅੱਜ ਲੋੜ ਹੈ ਸਾਨੂੰ ਉਹਨਾਂ ਫਿਰ ਜਿਤਨਾ ਪਹਿਲਾਂ ਪ੍ਰਚਾਰ ਕੀਤਾ ਜਾਂਦਾ ਸੀ ਘਰ ਘਰ ਤੱਕ ਪਹੁੰਚਾਰ ਕਰਕੇ ਸਿੱਖਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੀਏ, ਤਾਂ ਹੀ ਮਹਾਂਪੁਰਸ਼ਾਂ ਦੀ ਮਨਾਈ ਹੋਈ ਯਾਦ ਸਫਲੀ ਹੋਵੇਗੀ। ਇੰਨੇ ਸ਼ਬਦ ਪ੍ਰਵਾਨ ਕਰਦੇ ਹੋਏ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ ਔਰ ਸਾਨੂੰ ਨਾਲ ਇਹ ਸੁਚੇਤ ਕੀਤਾ ਹੈ ਕਿ
ਕਿ ਜਿੱਥੇ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਆਦਿ ਘਟਨਾਵਾਂ ਵਾਪਰ ਰਹੀਆਂ ਨੇ, ਉਹਦੇ ਜ਼ਿੰਮੇਵਾਰ ਅਸੀਂ ਹਾਂ ਕਿ ਗ੍ਰੰਥੀ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰੇ ਤੇ ਗ੍ਰੰਥੀ ਸਿੰਘ ਦੀ ਜਿਹੜੀ ਉਪਜੀਵਿਕਾ ਅਤੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਪਰਵਰਿਸ਼ ਕਰਨੀ ਉਹ ਸਾਡਾ ਫਰਜ਼ ਬਣਦਾ ਹੈ। ਸੋ ਇਹਦੇ ਵੱਲ ਸਾਨੂੰ ਵਿਸ਼ੇਸ਼ ਖਾਸ ਕਰਕੇ ਧਿਆਨ ਦੇਣ ਦੀ ਲੋੜ ਆ ਵੀ ਗ੍ਰੰਥੀ ਸਿੰਘ ਆਪਣੇ ਪਰਿਵਾਰ ਵਾਸਤੇ ਦੋ ਦੋ ਰੋਟੀਆਂ ਨਾ ਘਰਾਂ ਚੋਂ ਮੰਗਦਾ ਫਿਰੇ, ਉਹਦੀ ਉਪਜੀਵਿਕਾ ਦਾ ਪ੍ਰਬੰਧ ਅਸੀਂ ਕਰੀਏ ਤਾਂ ਕਿ ਉਹ ਖੁਸ਼ੀ ਦੇ ਨਾਲ ਸਤਿਕਾਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰ ਸਕੇ। ਸੋ ਜਥੇਦਾਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ, ਬਾਬਾ ਜੀਵਾ ਸਿੰਘ ਜੀ ਔਰ ਸਿੱਖ ਜਗਤ ਦੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਸਾਹਿਬ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਤਿੰਨਾਂ ਨੂੰ ਬੇਨਤੀ ਹੈ ਕਿ ਉਹ ਸਿੰਘ ਸਾਹਿਬ ਜੀਆਂ ਉਹਨਾਂ ਨੂੰ ਗੁਰੂ ਘਰ ਦੀ ਦਾਤ ਸਿਰੋਪਾਉ ਦੀ ਦਾਤ ਜੋ ਬਖਸ਼ਣ ਦੇਣਾ। ਸੋ ਮੈਂ ਸਿੰਘ ਸਾਹਿਬ ਜੀਆਂ ਨੂੰ ਬੇਨਤੀ ਕਰਾਂ ਕਿ ਉਹ ਮਹਾਂਪੁਰਸ਼ਾਂ ਦੇ ਪਾਸੋਂ ਸਿਰੋਪਾਉ ਦੀ ਦਾਤ ਪ੍ਰਾਪਤ ਕਰਨ। ਸੋ ਉਸ ਦੇ ਨਾਲ ਨਾਲ ਆਪ ਜਿੰਨੀਆਂ ਵੀ ਸੰਗਤਾਂ ਇੱਧਰ ਉੱਧਰ, ਕੁਝ ਸੰਗਤਾਂ ਦੀਵਾਨ ਹਾਲ ਤੋਂ ਬਾਹਰ ਉਸ ਤਰ੍ਹਾਂ ਹੀ ਫਿਰ ਰਹੀਆਂ ਨੇ, ਬੋਲੇ ਸੋ ਨਿਹਾਲ। ਸੋ ਸਿੰਘ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸੋ ਨਾਲ ਨਾਲ ਮੈਂ ਸੰਗਤ ਨੂੰ ਇੱਕ ਵਿਸ਼ੇਸ਼ ਖਾਸ ਕਰਕੇ ਬੇਨਤੀ ਕਰਾਂ ਕਿ ਗੁਰਸੰਗਤ ਜੀ ਬਹੁਤ ਜ਼ਿਆਦਾ ਜਿਹੜਾ ਜਿੰਨਾ ਇੱਥੇ ਭੀੜ ਜਿੰਨੀ ਇੱਥੇ ਸੰਗਤ ਬੈਠੀ ਨਾ ਸਤਿਗੁਰਾਂ ਦੇ ਹਜ਼ੂਰ, ਇਸ ਤੋਂ ਵੱਧ ਜਿਹੜੀ ਸੰਗਤ ਆ ਉਹ ਲੰਗਰ ਦੇ ਵਿੱਚ ਜਾਂ ਬਾਹਰ ਬਾਜ਼ਾਰ ਦੇ ਵਿੱਚ ਤੁਰੀ ਫਿਰ ਰਹੀ ਆ। ਸੋ ਉਹ ਸਾਰੀਆਂ ਸੰਗਤਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਇੱਥੇ ਆਇਆ ਸਫਲਾ ਤਾਂ ਹੀ ਆ ਵੀ ਗੁਰੂ ਦਾ ਸਿੱਖ ਗੁਰਦੁਆਰੇ ਆਉਂਦਾ ਕੇਵਲ ਸ਼ਬਦ ਨੂੰ ਸੁਣ ਕੇ ਆਪਣੇ ਹਿਰਦੇ 'ਚ ਵਸਾ ਕੇ ਆਪਣੇ ਜੀਵਨ ਨੂੰ ਬਦਲਣ ਦੇ ਵਾਸਤੇ। ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂ ਵੀ ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਆਪਣੇ ਜੀਵਨ ਦੇ ਭਲੇ ਵਾਸਤੇ ਅਸੀਂ ਵੱਧ ਤੋਂ ਵੱਧ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਪਾਸ ਬੈਠੀਏ। ਸੋ ਸਾਡੇ ਕੋਲ ਬੜੇ ਹੀ ਸਤਿਕਾਰਯੋਗ ਮਹਾਂਪੁਰਸ਼ ਜੋ ਸਟੇਜ ਉੱਪਰ ਸੁਭਾਇਮਾਨ ਨੇ, ਜਿਨ੍ਹਾਂ ਵਿੱਚ ਬਾਬਾ ਕਰਮਜੀਤ ਸਿੰਘ ਜੀ, ਬਾਬਾ ਬਲਬੀਰ ਸਿੰਘ ਜੀ ਟਿੱਬਾ ਸਾਹਿਬ ਹੁਸ਼ਿਆਰਪੁਰ ਵਾਲੇ ਮਹਾਂਪੁਰਸ਼, ਭਾਈ ਸਰਬਜੀਤ ਸਿੰਘ ਜੀ ਢਿੱਲੋਂ ਕਨੇਡਾ ਤੋਂ, ਅਮਰ ਸ਼ਹੀਦ ਭਾਈ ਮਨਵੀਰ ਸਿੰਘ ਜੀ ਚਹੇੜੂ, ਤਿੰਨਾਂ ਦੇ ਭਰਾਤਾ ਭਾਈ ਅਮਰਜੀਤ ਸਿੰਘ ਜੀ, ਗਿਆਨੀ ਗੁਰਦੀਪ ਸਿੰਘ ਜੀ ਮੁਦਕੀ ਤੋਂ, ਬਾਬਾ ਖੜਕ ਸਿੰਘ ਜੀ ਔਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ, ਭਿੰਡਰਾਂ ਵਾਲਿਆਂ ਦੇ ਪੋਤਰੇ ਬਾਬਾ ਭੁਪਿੰਦਰ ਸਿੰਘ ਜੀ ਪਹੁੰਚੇ ਹਨ, ਔਰ ਮਹਾਂਪੁਰਸ਼ਾਂ ਦੇ ਸਪੁੱਤਰ ਬਾਬਾ ਈਸ਼ਰ ਸਿੰਘ ਜੀ ਵਿਸ਼ੇਸ਼ ਉਚੇਚੇ ਤੌਰ 'ਤੇ ਪਹੁੰਚੇ ਹਨ, ਸੰਤ ਬਾਬਾ ਸ਼ਾਮ ਸਿੰਘ ਜੀ ਬੈਸਤਾਨੀ ਤਿੰਨਾਂ ਵੱਲੋਂ ਭੇਜੇ ਗਏ ਸੇਵਾਦਾਰ ਭਾਈ ਅਮਰਦੇਵ ਸਿੰਘ ਜੀ, ਇਸੇ ਤਰ੍ਹਾਂ ਬਾਬਾ ਕਸ਼ਮੀਰ ਸਿੰਘ ਜੀ ਭਰਾਤਾ ਬਾਬਾ ਘੋਲਾ ਸਿੰਘ ਜੀ ਦੇ
ਸੋ ਜਿੰਨੇ ਵੀ ਸੰਤ ਮਹਾਂਪੁਰਸ਼ ਮਾਨ ਯੋਗ ਸ਼ਖਸੀਅਤਾਂ ਪਹੁੰਚੀਆਂ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਸੋ ਹੁਣ ਮੈਂ ਬੇਨਤੀ ਕਰਾਂ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਹੈ ਪਤ ਸਿਉ ਜਾਏਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਇਲਾਹੀ ਬਾਣੀ ਦਾ ਕੀਰਤਨ ਸ਼ਰਵਨ ਕਰੀਏ। ਕਹਿੰਦੇ ਕੀਰਤਨ ਬੰਦੇ ਦੇ ਟੁੱਟੇ ਹੋਏ ਮਨ ਨੂੰ ਉਸ ਨਿਰੰਕਾਰ ਪਰਿਪੂਰਨ ਪਰਮਾਤਮਾ ਦੇ ਚਰਨਾਂ ਨਾਲ ਜੋੜ ਕੇ ਇਕਾਗਰਤਾ ਬਖਸ਼ਦਾ ਔਰ ਇਹਦੇ ਜਨਮਾਂ ਜਨਮਾਤਰਾਂ ਦੀ ਲੱਗੀ ਹੋਈ ਮਨ ਦੀ ਮੈਲ ਨੂੰ ਕੱਢ ਦਿੰਦਾ। ਸੋ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਤਿੰਦਰ ਵੀਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਸੋ ਤਿੰਨਾਂ ਦੀ ਪਾਵਨ ਰਸਨਾ ਤੋਂ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਹੋਤ ਨਿਹਾਰ
ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭਨ ਨਾਨਕ ਲਾਲ ਅਮੁੱਲ ਕਾ ਗੁਰਮੁਖ ਖੋਜ ਲਹਨ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾ ਗਰੀਬ ਨਿਵਾ ਗਰੀਬ ਨਿਵਾ ਮੀਰਾ ਸੱਚ ਸ਼ਾਹ ਬੰਦੀ ਮੋ ਸੱਚ ਸ਼ਾਹ ਬੰਦੀ ਮੋ ਮੇਰਾ ਦਨ ਦੇਵ ਸੋ ਮੇਰਾ ਦਨ ਦੇਵ ਸੋ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ ਪਾਕ ਪਰਵਤਕਾਰ ਤੋਂ ਖੁਦ ਖਸਮ ਵਡਾ ਤੋਲ ਮੀਰਾ ਦਨ ਦੇਵ ਸੋ ਮੀਰਾ ਦਨ ਦੇਵ ਸੋ ਮੋਹਬਤੇ ਮਨ ਤਨ ਵਸੈ ਮਨ ਤਨ ਬਸੈ ਸੱਚ ਸ਼ਾਹ ਬੰਦੀ ਮੋ ਸੱਚ ਸ਼ਾਹ ਬੰਦੀ ਮੋ ਮੇਰਾ ਦਨ ਦੇਵ ਸੋ ਮੇਰਾ ਦਨ ਦੇਵ ਸੋ ਦਸਤਗੀਰ ਦੇਹ ਦਿਲਾਵਰ ਤੂੰ ਹੀ ਏਕ ਦਸਤਗੀਰ ਦੇਹ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰ
ਵਸੈ ਮੁਹੱਬਤੇ ਮਨ ਤਨ ਵਸੈ ਸਚ ਸ਼ਾਹ ਬੰਦੀ ਸਚ ਸ਼ਾਹ ਬੰਦੀ ਮੇਰਾ ਦਨ ਦਿਲ ਸੋ ਮੇਰਾ ਦਨ ਮੇਰਾ ਦਨ ਮੇਰਾ ਦਨ ਦਿਲ ਸੋ ਜਿੰਨਾ ਨਾ ਵਿਸਰੈ ਨਾ ਜਿੰਨਾ ਨਾ ਵਿਸਰੈ ਨਾ ਜਿੰਨਾ ਨਾ ਵਿਸਰੈ ਨਾ ਜਿੰਨਾ ਨਾ ਵਿਸਰੈ ਨਾ ਸੇ ਕਿਨੇਹਿਆ ਜਿੰਨਾ ਨਾ ਵਿਸਰੈ ਨਾ ਜਿੰਨਾ ਨਾ ਵਿਸਰੈ ਨਾ ਸੇ ਕਿਨੇਹਿਆ ਜਿੰਨਾ ਨਾ ਵਿਸਰੈ ਭੇਦ ਨਾ ਜਾਣੋ ਮੂਲ ਭੇਦ ਨਾ ਜਾਣੋ ਮੂਲ ਸਾਈਂ ਜਿਹਾ ਜਿੰਨਾ ਨਾ ਵਿਸਰੈ ਨਾ ਜਿੰਨਾ ਨਾ ਵਿਸਰੈ ਨਾ ਸੇ ਕਿਨੇਹਿਆ ਜਿੰਨਾ ਨਾ ਵਿਸਰੈ ਨਾ ਜਿੰਨਾ ਨਾ ਵਿਸਰੈ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਸਾਧ ਦੁੱਖ ਸਭ ਮੇਟਿਆ ਸੁਖ ਪਾਇਆ ਜਨ ਪਰ ਸਾਧ ਦੁੱਖ ਸਭ ਮੇਟਿਆ ਭੇਦ ਨਾ ਜਾਣੋ ਭੇਦ ਨਾ ਜਾਣੋ Thank you.
ਜਿਨ ਮਨ ਉਠਾਇਆ ਆਪ ਪੂਰੇ ਭਗਤ ਸੀ ਜਿਨ ਮਨ ਉਠਾਇਆ ਆਪ ਪੂਰੇ ਭਗਤ ਸੀ ਭੇਦ ਨਾ ਜਾਣੋ ਮੂਲ ਭੇਦ ਨਾ ਜਾਣੋ ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ
ਸੰਗਤ ਮਿਲੇ ਸੋ ਦਰਿਆ, ਸਤ 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 ਸੰਗਤ ਆਹਾਰ ਹਰ ਜੀਓ ਪਰਿਆ।
ਸਤ ਸੰਗਤ ਮੇਰੇ ਸੋ ਭਰਿਆ, ਸਤ ਸੰਗਤ ਮੇਰੇ ਸੋ ਭਰਿਆ। ਜਨਨ ਕਰ ਤਲ ਕਰਿਆ
ਸੰਗਤ ਮਿਲੇ ਸੋ ਕਰਿਆ, ਸਤ ਸੰਗਤ ਮਿਲੇ ਸੋ ਕਰਿਆ, ਸਤ ਸੰਗਤ ਮਿਲੇ ਸੋ ਕਰਿਆ, ਸਤ ਸੰਗਤ ਮਿਲੇ ਸੋ ਕਰਿਆ। ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਪਿੱਤਰ ਹਜ਼ੂਰੀ ਵਿੱਚ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਜੁੜ ਬੈਠੀ ਸਤਸੰਗੀ ਜਨੋਂ ਵਡਭਾਗੀ ਹੋ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਸਾਨੂੰ ਸਾਰਿਆਂ ਨੂੰ ਆਪਣੀ ਗੋਦੀ ਵਿੱਚ ਬੈਠ ਕਰਕੇ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਦਾ ਸੁਭਾਗ ਸਮਾਂ ਬਖਸ਼ਿਆ ਹੈ। ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਮੂਹ ਮਹਾਂਪੁਰਸ਼ਾਂ ਦੇ, ਭਾਈ ਸਾਹਿਬ ਭਾਈ ਜੀਵਾ ਸਿੰਘ ਜੀ, ਸਤਿਕਾਰਯੋਗ ਭਾਈ ਸਾਹਿਬ ਭਾਈ ਬੰਤਾ ਸਿੰਘ ਜੀ, ਜਿਨ੍ਹਾਂ ਵੱਲੋਂ ਵਿਸ਼ੇਸ਼ ਤੌਰ 'ਤੇ ਹੁਕਮ ਹੋਇਆ ਸੀ ਇਸ ਸਮਾਗਮ 'ਤੇ ਹਾਜ਼ਰੀ ਭਰਨ ਦਾ। ਸੋ ਦਾਸਾਂ ਦੀ ਇਤਨੀ ਸੇਵਾ ਪ੍ਰਵਾਨ, ਕਿਉਂਕਿ ਅਤਿ ਸਤਿਕਾਰਯੋਗ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਸਰਦਾਰ ਗੋਬਿੰਦ ਸਿੰਘ ਜੀ ਲੰਗੋਵਾਲ ਸਾਹਿਬ ਜੀ, ਉਹ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਹਨ। ਉਹਨਾਂ ਨੇ ਆਪ ਸਵਾ ਸੰਗਤ ਦੇ ਦਰਸ਼ਨ ਕਰਨੇ ਹਨ। ਦਾਸਾਂ ਦੀ ਇਤਨੀ ਸੇਵਾ ਪ੍ਰਵਾਨ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਤਿੰਦਰ ਬੀਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਸ਼੍ਰਵਣ ਕਰਵਾਇਆ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗ ਹੈ ਪਤ ਸਿਉ ਜਾਇੰਦਾ, ਤਿਨ੍ਹਾਂ ਦੇ ਸਮੂਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਜਿੱਥੇ ਸਾਡੇ ਕੋਲ ਸਟੇਜ ਉੱਪਰ ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਹੋਰ ਸੰਤ ਮਹਾਂਪੁਰਸ਼ ਮਾਣਯੋਗ ਸ਼ਖਸੀਅਤਾਂ ਸੁਸ਼ੋਭਿਤ ਹਨ, ਉਹਨਾਂ ਦੇ ਨਾਮ ਸਾਂਝੇ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਸਰਦਾਰ ਪਰਮਜੀਤ ਸਿੰਘ ਜੀ ਰਾਣਾ, ਚੇਅਰਮੈਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂ ਆਪ ਸੰਗਤਾਂ ਦੇ ਨਾਲ 2-4 ਮਿੰਟ ਵਾਸਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ, ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੱਚ ਦਾ ਪ੍ਰਚਾਰ ਕਰਦੇ ਔਰ ਸੱਚ ਦੇ ਨਾਲ ਖੜਦੇ ਨੇ। ਸੋ ਉਹਨਾਂ ਦੀ ਫਲਾਈਟ ਆ ਅਤੇ ਉਹਨਾਂ ਨੇ ਦੂਸਰੇ ਵਿਦੇਸ਼ ਜਾਣਾ, ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਸਟੇਜ 'ਤੇ ਆਉਣ ਔਰ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰ ਦੀ ਸਾਂਝ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦੀ ਵਿੱਚ ਗੁਰਪ੍ਰੀਤ ਸਾਹਿਬ ਸਿੰਘ ਜੀ ਫਤਿਹ ਸਾਹਿਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਮਾਫ਼ੀ ਚਾਹੁੰਦਾ ਸਾਰੇ ਮਹਾਂਪੁਰਖਾਂ ਤੋਂ ਪ੍ਰਧਾਨ ਸਾਹਿਬ ਤੋਂ ਕਿ ਮੈਂ ਦਿੱਲੀ ਪਹੁੰਚਣਾ, ਮੇਰੀ ਫਲਾਈਟ 3 ਵਜੇ ਦੀ ਔਰ ਮੈਂ ਆਲਰੇਡੀ ਲੇਟ ਹੋ ਚੁੱਕਾ, ਇਸ ਕਰਕੇ ਮੈਂ ਗੁਸਤਾਖੀ ਕਰ ਰਿਹਾ। ਮੇਰਾ ਇੱਕੋ ਮਕਸਦ ਇੱਥੇ ਹਰ ਸਾਲ ਪਹੁੰਚਣ ਦਾ ਜ਼ਰੂਰ ਹੁੰਦਾ, ਕਿਉਂਕਿ ਦਿੱਲੀ ਦੀ ਸਟੇਜ ਤੋਂ ਬਾਬਾ ਬੰਤਾ ਸਿੰਘ, ਬਾਬਾ ਜੀਵਾ ਸਿੰਘ ਹੋਰੀ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਸਮ ਪਾਤਸ਼ਾਹ ਦੀ ਬਾਣੀ ਦਾ ਜਿਹੜਾ ਪ੍ਰਚਾਰ ਦਾ ਇੱਕ ਸਰਦਾਰ ਚੱਲਿਆ ਸੀ ਉਹਦੇ ਵਿੱਚ ਬਹੁਤ ਵਿਸ਼ੇਸ਼ ਯੋਗਦਾਨ ਹੈ, ਨਾਲੇ ਮਾਤਾ ਜੀ ਦੇ ਦਰਸ਼ਨ ਕਰਨ ਨੂੰ ਇੱਥੇ ਮਿਲਦਾ। ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਕਿਉਂਕਿ ਅੱਜ ਸਾਰੀਆਂ ਸ਼ਖਸੀਅਤਾਂ ਇੱਥੇ ਸਟੇਜ 'ਤੇ ਬੈਠੀਆਂ ਨੇ, ਟਕਸਾਲ ਦੇ ਮੁਖੀ ਬਾਬਾ ਹਰਬੰਸ ਸਿੰਘ ਜੀ ਖਾਲਸਾ ਜੀ ਬੈਠੇ ਨੇ, ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਪ੍ਰਧਾਨ ਸਾਹਿਬ ਨੂੰ ਵੀ ਔਰ ਸਾਰੀਆਂ ਸੰਪਰਦਾਵਾਂ ਨੂੰ ਵੀ, ਇਸ ਵੇਲੇ ਜਿਸ ਮਾਹੌਲ 'ਚੋਂ ਅਸੀਂ ਨਿਕਲ ਰਹੇ ਹਾਂ ਇਹ ਬੜਾ ਸੋਚ ਸਮਝ ਕੇ ਔਰ ਬੜੇ ਧਿਆਨ ਦੇ ਨਾਲ ਨਿਕਲਣ ਦਾ ਸਮਾਂ। ਇਸ ਵੇਲੇ ਆਪਣੇ ਉੱਤੇ ਬਹੁਤ ਜ਼ਿਆਦਾ ਚਾਰੋਂ ਪਾਸੋਂ ਸਰਕਾਰਾਂ ਵੱਲੋਂ ਵੀ ਔਰ ਆਪਣੇ ਅੰਦਰੋਂ ਜਿਹੜੇ ਭਰਾ ਮਾਰੂ ਜੰਗ ਛੇੜਨ ਨੂੰ ਫਿਰਦੇ ਆ ਉਹਨਾਂ ਤੋਂ ਬਚਣ ਦੀ ਲੋੜ ਹੈ, ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਜਿਉਂ ਜਿਉਂ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਭੁਲੇਖਾ ਵੀ ਪਾਉਂਦੀ ਹੈ ਔਰ ਬਹੁਤ ਜ਼ਿਆਦਾ ਇੱਕ ਦੂਜੇ ਉੱਤੇ ਜ਼ਹਿਰ ਉਗਲਣ ਦਾ ਕੰਮ ਵੀ ਕਰਦੀ ਹੈ। ਸੋ ਇਹ ਜ਼ਰੂਰ ਧਿਆਨ ਰੱਖੀਏ ਕਿ ਜਿਸਲੇ ਪ੍ਰਚਾਰ ਅਤੇ ਪ੍ਰਸਾਰ ਦੀ ਅਸੀਂ ਇੱਕ ਲੜੀ ਚਲਾ ਰਹੇ ਹਾਂ ਔਰ ਉਹਦੇ ਵਿੱਚ ਇਸ ਤਰੀਕੇ ਦਾ ਜ਼ਹਿਰ ਘੋਲਿਆ ਜਾਵੇ, ਭਰਾ ਮਾਰੂ ਜੰਗ ਛੇੜਨ ਦਾ ਕੰਮ ਕੀਤਾ ਜਾ ਰਿਹਾ, ਉਹਦੇ ਉੱਤੇ ਸਾਨੂੰ ਸੰਕੋਚ ਵੀ ਕਰਨਾ ਚਾਹੀਦਾ ਔਰ ਉਸ 'ਤੇ ਸਾਨੂੰ ਪਹਿਰਾ ਵੀ ਡਟ ਕੇ ਦੇਣਾ ਚਾਹੀਦਾ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਕੱਲ੍ਹ ਵੱਡਾ ਘੱਲੂਗਾ ਜਿਹੜਾ 1984 ਜੂਨ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਗਿਆ, ਤੁਸੀਂ ਯਾਦਗਾਰ ਬਣਾਈ ਹੈ। ਦਿੱਲੀ ਦੇ ਵਿੱਚ ਅਸੀਂ 4 ਮਤੇ ਕੱਲ੍ਹ ਪਾਸ ਕੀਤੇ ਆ ਜਿਹਦੀ ਮੈਂ ਸਾਂਝ ਆਪ ਜੀ ਨਾਲ ਪਾ ਰਿਹਾ। ਪਹਿਲਾ ਮਤਾ ਪਾਸ ਕੀਤਾ ਕਿ ਜਿਹੜੀ ਲਾਇਬ੍ਰੇਰੀ ਵਿੱਚੋਂ ਸਾਰਾ ਸਾਡਾ ਜਿਹੜਾ ਖਜ਼ਾਨਾ ਸਮਾਨ ਜਿਹੜਾ ਸਾਡਾ ਸੀਗਾ, ਜਿਹੜੇ ਪੁਰਾਤਨ ਗੁਰੂ ਸਾਹਿਬ ਸਰੂਪ ਸਨ, ਉਹ ਜਲਦ ਤੋਂ ਜਲਦ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤੇ ਜਾਣ, ਸਿੱਖਾਂ ਦੇ ਕੋਲ ਵਾਪਸ ਆਉਣ। ਦੂਜਾ ਜਿਹੜਾ ਮਤਾ ਅਸੀਂ ਪਾਸ ਕੀਤਾ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਸਾਡੇ ਵੀਰ ਬੈਠੇ ਆ ਜਿਨ੍ਹਾਂ ਨੇ ਸਜ਼ਾ ਕੱਟ ਲਈਆਂ ਨੇ, ਉਹਨਾਂ ਨੂੰ ਸਰਕਾਰ ਜਲਦ ਤੋਂ ਜਲਦ ਰਿਹਾਅ ਕਰੇ, ਉਹ ਆਪਣੇ ਘਰਾਂ ਵਿੱਚ ਪਹੁੰਚਣ। ਤੀਜਾ ਮਤਾ ਭਾਈ ਹਵਾਰਾ, ਭਾਈ ਦਇਆ ਸਿੰਘ ਲਾਹੌਰੀਆ ਅਤੇ ਹੋਰ ਸਿੰਘ ਜਿਨ੍ਹਾਂ ਨੂੰ ਜ਼ਬਰਦਸਤੀ ਬੇੜੀਆਂ ਵਿੱਚ ਪਾ ਕੇ ਕੋਰਟਾਂ ਵਿੱਚ ਲਿਆ ਜਾਂਦਾ ਹੈ, ਹਿਊਮਨ ਰਾਈਟਸ ਦੇ ਅਧੀਨ ਉਹਨਾਂ ਨੂੰ ਉਸ ਬੇੜੀਆਂ ਤੋਂ ਕੱਢ ਕੇ ਜਿਵੇਂ ਸਧਾਰਨ ਤੌਰ 'ਤੇ ਹੋਰ ਕੈਦੀ ਆਉਂਦੇ ਆ ਉੱਦਾਂ ਲੈ ਕੇ ਆਉਣ, ਨਾ ਕਿ ਉਹਨਾਂ ਨੂੰ ਬੇੜੀਆਂ ਵਿੱਚ ਪਾ ਕੇ ਲਿਆਉਣ। ਚੌਥਾ ਮਤਾ ਪਾਸ ਕੀਤਾ ਕਿ ਸੱਜਣ ਕੁਮਾਰ ਅਤੇ ਟਾਈਟਲਰ ਅਤੇ ਕਮਲ ਨਾਥ ਜਿਹੜੇ ਮੁੱਖ ਦੋਸ਼ੀ ਨੇ ਨਵੰਬਰ 1984 ਦੇ, ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ। ਇਹ ਸਰਕਾਰ ਤੋਂ ਸਾਨੂੰ ਉਮੀਦ ਸੀ ਕਿ 4 ਸਾਲ ਬੀਤ ਗਏ ਆ ਪਰ ਹਾਲੇ ਤੱਕ ਇਸ 'ਤੇ ਕੋਈ ਕਾਰਵਾਈ ਸਾਨੂੰ ਦਿਖਦੀ ਨਹੀਂ, 1 ਸਾਲ ਰਹਿ ਗਿਆ। ਜੇ ਇਹਦੇ ਵਿੱਚ ਵੀ ਇਹ ਕਾਰਵਾਈ ਨਾ ਹੋਈ ਤਾਂ ਫਿਰ ਸਿੱਖਾਂ ਨੇ ਆਪਣੇ ਫੈਸਲੇ ਆਪ ਲੈਣੇ, ਕਿੱਦਾਂ ਲੈਣਗੇ, ਇਹ ਗੁਰੂ ਸਾਹਿਬ ਆਪ ਕਰਾਉਣਗੇ। ਸੋ ਇਹ ਗੱਲ 4 ਮਤੇ ਪਾਸ ਕੀਤੇ ਸੀ। ਇਹ ਮੈਂ ਚਾਹੁੰਦਾ ਸੀ ਕਿ ਅੱਜ ਇਸ ਸਟੇਜ ਦੇ ਉੱਤੇ ਆਪ ਜੀ ਦਾ ਸਾਂਝ ਕਹੀਏ। ਦੂਜੀ ਬੇਨਤੀ, ਜਿਹੜਾ ਕੱਲ੍ਹ ਸ਼ਿਲੋਂਗ ਦੇ ਵਿੱਚ ਸਿੱਖਾਂ ਉੱਤੇ ਬਹੁਤ ਧੱਕਾ ਹੋਇਆ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਟੀਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਉੱਥੇ ਗਈ ਹੈ ਔਰ ਉੱਥੇ ਉਹਨਾਂ ਨੇ ਸਾਰੇ ਮੌਜਾ ਡਾਲਿਆ ਔਰ ਚੀਫ ਮਿਨਿਸਟਰ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉੱਥੇ ਸਿੱਖਾਂ ਨੂੰ, ਹੁਣ ਅੱਗੇ ਤੋਂ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ। ਸ਼੍ਰੋਮਣੀ ਕਮੇਟੀ ਟੀਮ ਵੀ ਉੱਥੇ ਪਹੁੰਚ ਚੁੱਕੀ ਹੈ। ਇਹ 2 ਸਿਰਮੋਰ ਜਿੱਥੇ ਬੰਦੀਆਂ ਤੁਹਾਡੀਆਂ ਨੇ ਜਿਹੜੀਆਂ ਜਗ੍ਹਾ ਜਗ੍ਹਾ 'ਤੇ ਸਿੱਖਾਂ ਦੀ ਆਵਾਜ਼ ਚੁੱਕਦੀ ਹੈ। ਮੈਨੂੰ ਲੱਗਦਾ ਕਿ ਅੱਜ ਇਸ ਸਟੇਜ ਉੱਤੇ ਸਾਰੇ ਮਹਾਂਪੁਰਖ ਬੈਠੇ ਆ, ਪ੍ਰਧਾਨ ਸਾਹਿਬ ਬੈਠੇ ਆ,
ਮੁਖੀ ਦਮਦਮੀ ਟਕਸਾਲ ਬੈਠੇ ਆ, ਇਸ ਗੱਲ ਦਾ ਹੱਲ ਜ਼ਰੂਰ ਕੱਢਣ ਕਿ ਇਹ ਜਿਹੜਾ ਸਾਡੇ ਵਿੱਚ ਦੋ ਪਾੜ ਪਾਉਣ ਦੀ ਕੋਸ਼ਿਸ਼ ਕਈ ਏਜੰਸੀਆਂ ਕਰ ਰਹੀਆਂ ਨੇ, ਘੱਟੋ ਘੱਟ ਇਸੇ ਸੰਕੋਚ ਕਰੀਏ। ਔਰ ਹੁਣ ਸਾਰੀਆਂ ਕਮੇਟੀਆਂ ਨੂੰ, ਸਾਰੀਆਂ ਸੰਪਰਦਾਵਾਂ ਨੂੰ ਇੱਕਜੁੱਟ ਹੋ ਕੇ ਲੋੜ ਹੈ, ਕਿਉਂਕਿ ਦੂਜੇ ਬੰਨੇ ਸਾਰੇ ਇੱਕਜੁੱਟ ਹੋਈ ਜਾਂਦੇ ਆ। ਔਰ ਭੁਲੇਖਾ ਇੰਨਾ ਪਾਤਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਸਿੱਖ ਬੈਠਾ, ਉਹ ਕਹਿੰਦਾ ਆਪਣੇ ਆਪ ਨੂੰ ਸਿੱਖੀ ਸਰੂਪ ਜਿੰਨਾ ਵੱਡਾ, ਅਤੇ ਉਹ ਇਹੋ ਜਿਹੇ ਕੰਮ ਕਰ ਰਿਹਾ ਕਿ ਜਿਹਦੇ ਅਸੀਂ ਬਿਆਨ ਵੀ ਨਹੀਂ ਕਰ ਸਕਦੇ। ਔਰ ਜਿਹੋ ਜਿਹਾ ਯੂਟਿਊਬ ਦੇ ਉੱਤੇ ਉਹਨੇ ਆਪਣਾ ਪ੍ਰਚਾਰ ਪਾਤਾ, ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਲੀਗਲ ਸੈੱਲ ਵੱਲੋਂ ਜਿੰਨਾ ਵੀ ਯੂਟਿਊਬ ਦੇ ਉੱਤੇ ਉਹਦਾ ਸਮਾਨ ਪਿਆ, ਗੂਗਲ ਨੂੰ ਲੀਗਲ ਰਾਈਟਸ ਭੇਜ ਕੇ ਉਹਨੂੰ ਡਿਲੀਟ ਕੀਤਾ ਜਾਵੇ। ਅਸੀਂ ਵੀ ਦਿੱਲੀ ਕਮੇਟੀ ਤੋਂ ਗੂਗਲ ਨੂੰ ਪਾ ਰਹੇ ਹਾਂ, ਕਿਉਂਕਿ ਇਹ ਇੱਕ ਇਹੋ ਜਿਹਾ ਮਸਲਾ ਜਿਸ 'ਤੇ ਸਾਡੇ ਵਿਚਾਰ ਜਾਣਾ ਚਾਹੀਦਾ। ਸਾਡੀ ਆਉਣ ਵਾਲੀ ਜਿਹੜੀ ਤੀਜੀ ਪਨੀਰੀ ਹੋਏਗੀ ਉਹ ਗੁੰਮਰਾਹ ਹੋਏਗੀ, ਜਿਸ ਲਈ ਉਹ ਯੂਟਿਊਬ ਦੇ ਉੱਤੇ ਹੱਥ ਮਾਰੇਗੀ, ਜਿਸ ਲਈ ਉਹ ਗੂਗਲ 'ਤੇ ਹੱਥ ਮਾਰੇਗੀ, ਤਾਂ ਉਹ ਪ੍ਰਚਾਰ ਬਾਹਰ ਆ ਜਾਏਗਾ। ਸੋ ਇਹ ਨਾ ਹੋਵੇ ਕਿ ਸਾਡੇ ਆਉਣ ਵਾਲੀ ਜਿਹੜੀ ਤੀਜੀ ਨਸਲ ਹੈ ਉਹ ਕਿਸੇ ਭੁਲੇਖੇ 'ਚ ਪੈ ਜਾਏ, ਅਤੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਗੂਗਲ ਦੇ ਉੱਤੋਂ ਵੀ ਲੈਟਰਾਂ ਲਿਖ ਕੇ ਇਸ ਚੀਜ਼ ਨੂੰ ਡਿਲੀਟ ਕਰਾਈਏ। ਸੋ ਮੇਰੀਆਂ ਬੇਨਤੀਆਂ ਨੇ, ਔਰ ਮੈਂ ਪਰਿਵਾਰ ਦੇ ਨਾਲ ਨਿੱਘਾ ਜਿਹੜਾ ਆਪਣਾ ਇੱਕ ਭੇਟ ਕਰਦਾ ਕਿ ਅੱਜ ਜਿਹੜਾ ਬਾਬਾ ਅਮਰ ਸਿੰਘ ਜੀ ਦੇ ਅਸੀਂ ਯਾਦਗਾਰ ਮਨਾ ਰਹੇ ਹਾਂ, ਉੱਥੇ ਮਹਾਂਪੁਰਸ਼ਾਂ ਨੂੰ ਯਾਦ ਕਰ ਰਹੇ ਹਾਂ। ਇਸੇ ਤਰ੍ਹਾਂ ਆਪਾਂ ਹਰ ਪਾਸੇ ਆਪਣੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਜਿਵੇਂ ਜਿਵੇਂ ਅੱਗੇ ਵੱਧ ਰਹੇ ਹਾਂ, ਸਾਡੀ ਦੁਸ਼ਮਣੀਆਂ ਸਾਡੇ ਭੁਲੇਖੇ ਵੀ ਪਾਏ ਜਾ ਰਹੇ ਆ। ਸੋ ਇਸ ਗੱਲ ਤੋਂ ਜ਼ਰੂਰ ਸੁਚੇਤ ਰਹੋ। ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਕਿ ਜਿਹੜੀ ਟਕਸਾਲ ਨੇ ਸਾਨੂੰ ਦੋ ਬਹੁਤ ਹੀਰੇ ਮੋਤੀ ਦਿੱਤੇ ਆ, ਇਹ ਭਾਈ ਜੀਵਾ ਸਿੰਘ ਅਤੇ ਭਾਈ ਬਾਬਾ ਬੰਤਾ ਸਿੰਘ, ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਇਸ ਵੇਲੇ ਪੂਰਾ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਆ। ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ, ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹਿਣ, ਇਸੇ ਤਰ੍ਹਾਂ ਪ੍ਰਚਾਰ ਕਰਦੇ ਰਹਿਣ, ਇਹ ਬਲ ਗੁਰੂ ਸਾਹਿਬ ਬਖਸ਼ਣ ਇਹਨਾਂ ਨੂੰ। ਇੰਨੀਆਂ ਬੇਨਤੀਆਂ ਪ੍ਰਵਾਨ, ਵੱਧਦੀ ਘਾਟੀ ਬੋਲੀ ਗਈ ਅਤੇ ਮਾਫ਼ੀ ਚਾਹੁੰਦਾ। ਹੁਣ ਮੈਂ ਆਪ ਜੀ ਤੋਂ ਆਗਿਆ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਪਰਮਜੀਤ ਸਿੰਘ ਜੀ ਰਾਣਾ, ਚੇਅਰਮੈਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਤਿੰਨਾਂ ਨੂੰ ਮਹਾਂਪੁਰਸ਼ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਅਤੇ ਪ੍ਰਧਾਨ ਸਾਹਿਬ ਸਿਰੋਪਾਉ ਦੀ ਦਾਤ ਦੇ ਰਹੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਤਿੰਨਾਂ ਦੇ ਨਾਲ ਸਾਡੇ ਬੜੇ ਹੀ ਸਤਿਕਾਰਯੋਗ ਸੁਰ ਸਿੰਘ ਵਾਲੇ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ MLA ਸਾਹਿਬ ਸਰਦਾਰ ਰਵਿੰਦਰ ਸਿੰਘ ਜੀ ਬ੍ਰਹਮਪੁਰਾ, ਇਸੇ ਤਰ੍ਹਾਂ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਗੁਰਬਚਨ ਸਿੰਘ ਜੀ ਕਰਮੂਵਾਲਾ, ਔਰ ਤਿੰਨਾਂ ਦੇ ਨਾਲ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸੋ ਆਪ ਸੰਗਤਾਂ ਦੇ ਨਾਲ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸ਼੍ਰਵਣ ਕਰੀਏ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੋਗੋ ਜੋਗੋ ਟਲ ਚਬਰ ਛਤਰ ਦੇ ਮਾਲਕ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ 'ਚ ਬੈਠੇ ਸਰਬੱਤ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ,
ਸਾਰੇ ਫਤਿਹ ਦੀ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਸਾਰੇ ਬਹੁਤ ਹੀ ਧੰਨਤਾ ਦੇ ਯੋਗ ਹਾਂ ਜੋ ਸੰਤ ਬਾਬਾ ਅਮਰਜੀਤ ਸਿੰਘ ਜੀ ਜਿਨ੍ਹਾਂ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦੇ ਹੋਏ ਇਹ ਗੁਰਮਤਿ ਸਮਾਗਮ ਹੋ ਰਹੇ ਹਨ। ਔਰ ਤੁਸੀਂ ਜਿੱਥੇ ਗੁਰੂ ਦਾ ਜਸ ਕੀਰਤਨ ਸਰਵਣ ਕਰ ਰਹੇ ਹੋ ਔਰ ਵਿਦਵਾਨਾਂ ਪਾਸੋਂ ਮਹਾਨ ਸੰਤ ਮਹਾਂਪੁਰਸ਼ਾਂ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਜਿਹੜੀ ਹੈ ਤੁਹਾਡੇ ਨਾਲ ਪਾਈ ਜਾਂਦੀ ਹੈ। ਔਰ ਮੈਂ ਸਮਝਦਾ ਕਿ ਸਾਨੂੰ ਐਸਾ ਸਮਾਂ ਜਿਹੜਾ ਹੈ ਬੜੇ ਕਰਮਾਂ ਕਰਕੇ ਮਿਲਦਾ ਹੈ ਜਦੋਂ ਕਿ ਐਸੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਿੱਖਿਆ ਲੈਣ ਦੇ ਲਈ ਆਪਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਔਰ ਗੁਰੂ ਜਸ ਕੀਰਤਨ ਸਰਵਣ ਕਰਦੇ ਹਾਂ। ਮੈਥੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਉਹ ਵੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣੇ ਹੁਣੇ ਰਾਣਾ ਜੀ ਨੇ ਔਰ ਤੁਹਾਡੇ ਨਾਲ ਸਿੱਖ ਬਸੜਿਆਂ ਵਾਸਤੇ ਔਰ ਗੁਰਮਤਿ ਦੀਆਂ ਜੋ ਵਿਚਾਰਾਂ ਨੇ ਜੋ ਅੱਜ ਦਾ ਸਮਾਂ ਹੈ ਉਹਦੇ ਲਈ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਔਰ ਸਟੇਜ 'ਤੇ ਗੁਰੂ ਕੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਹੋਰ ਸਾਰੇ ਸੰਤ ਮਹਾਤਮਾ ਟਕਸਾਲਾਂ ਦੇ ਮੁਖੀ ਸਾਰੇ ਬਿਰਾਜਮਾਨ ਨੇ ਕਿਉਂਕਿ ਮਹਾਂਪੁਰਖਾਂ ਦਾ ਜੀਵਨ ਜਿਹੜਾ ਹੁੰਦਾ ਉਹ ਬਹੁਤ ਪਰਉਪਕਾਰੀ ਜੀਵਨ ਹੁੰਦਾ ਲੋਕਾਂ ਲਈ ਆਪਣਾ ਸਾਰਾ ਜੀਵਨ ਜਿਹੜਾ ਉਹ ਸਮਰਪਿਤ ਹੁੰਦਾ ਸੰਗਤ ਵਾਸਤੇ ਸਾਰਾ ਜੀਵਨ ਲਾ ਕੇ ਜਾਂਦੇ ਨੇ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਐਸਾ ਜੀਵਨ ਜਿਹੜਾ ਮਨੁੱਖ ਨੂੰ ਮਿਲਦਾ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਡੇ ਭਾਗੀ ਪਾਏ ਕਿਸੇ ਵੱਡੇ ਭਾਗਾਂ ਵਾਲਿਆਂ ਦੇ ਹਿੱਸੇ ਜਿਹੜਾ ਐਸਾ ਜੀਵਨ ਹੁੰਦਾ ਸੋ ਮੈਂ ਸਮਝਦਾ ਹੋਰ ਵੀ ਬਹੁਤ ਵੱਡੀ ਖੁਸ਼ੀ ਹੈ ਕਿ ਅੱਜ ਦਮਦਮੀ ਟਕਸਾਲ ਤੋਂ ਬਰੋਸਾਏ ਹੋਏ ਔਰ ਉਹਨਾਂ ਤੋਂ ਵਿੱਦਿਆ ਪ੍ਰਾਪਤ ਕਰਕੇ ਸੰਤ ਬਾਬਾ ਬੰਤਾ ਸਿੰਘ ਜੀ ਸੰਤ ਬਾਬਾ ਜੀਵਾ ਸਿੰਘ ਜੀ ਔਰ ਜਿਹੜੇ ਸਿੱਖ ਸੰਗਤਾਂ ਦੀ ਬੜੀ ਸੇਵਾ ਕਰਦੇ ਨੇ ਜਿਵੇਂ ਹੁਣੇ ਕਹਿ ਕੇ ਗਏ ਨੇ ਕਿ ਉਹ ਕੌਮ ਦੇ ਹੀਰੇ ਕਹਿ ਲਈਏ ਤਾਂ ਅਤ ਕਥਨੀ ਨਹੀਂ ਔਰ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਕੇ ਕਥਾ ਵਿਖਿਆਰ ਦੇ ਨਾਲ ਗੁਰਮਤਿ ਦੇ ਨਾਲ ਸਿੱਖੀ ਦੇ ਨਾਲ ਸੰਗਤ ਨੂੰ ਜੋੜਨਾ ਇਹ ਵੀ ਵੱਡੇ ਕਰਮਾਂ ਦੀ ਵੀ ਨਿਸ਼ਾਨੀ ਹੋਇਆ ਕਿਸੇ ਕਿਸੇ ਦੇ ਹਿੱਸੇ ਵੀ ਆਉਂਦੀ ਹੈ ਔਰ ਮੈਂ ਸਮਝਦਾ ਸਿੱਖੀ ਦੀ ਬਹੁਤ ਵੱਡੀ ਜਿਹੜੀ ਹੈ ਇਹ ਸੇਵਾ ਹੈ ਸੋ ਅੱਜ ਆਪਾਂ ਸਾਰੇ ਬਹੁਤ ਵੱਡੀ ਲੋੜ ਹੈ ਜਿਵੇਂ ਅੱਜ ਨੌਜਵਾਨਾਂ ਨੂੰ ਔਰ ਸਾਡੀ ਨਵੀਂ ਜਨਰੇਸ਼ਨ ਨੂੰ ਸਿੱਖੀ ਦੇ ਨਾਲ ਜੋੜਨਾ ਗੁਰਮਤਿ ਦੇ ਧਾਰਨੀ ਬਣਨਾ ਸਿੱਖੀ ਦੇ ਧਾਰਨੀ ਬਣਨਾ ਬਾਣੀ ਔਰ ਬਾਣੀ ਦੇ ਨਾਲ ਜੋੜਨਾ ਮੈਂ ਸਮਝਦਾ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਟਕਸਾਲ ਦਾ ਹੈ ਔਰ 6 ਤਰੀਕ ਨੂੰ ਆਪਾਂ ਸਮਝਦਾ ਵੱਡਾ ਘੱਲੂਕਾਰਾ ਜਿਹੜਾ ਤੀਜਾ ਹੋਇਆ ਔਰ ਮਰਦੇ ਮੁਜਾਹਦ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਯਾਦ ਨੂੰ ਆਪਾਂ ਤਾਜ਼ਾ ਕਰਨਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਉੱਥੇ ਪਹੁੰਚ ਕੇ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਨਾ ਸੋ ਅੱਜ ਕਿਉਂਕਿ ਹੁਣੀ ਮੈਂ ਸੁਲਤਾਨਪੁਰ ਲੋਧੀ ਤੋਂ ਬਹੁਤ ਸਾਰੇ ਕਾਰਜਾਂ ਦੀ ਆਰੰਭਤਾ ਕਰਕੇ ਆਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਗੁਰਮਤਿ ਸਮਾਗਮ ਹੋ ਰਹੇ ਨੇ ਉਹ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਿਨ੍ਹਾਂ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਉਹ ਸ਼ਤਾਬਦੀ ਜਿਹੜੀ ਹੈ
ਅਗਲੇ ਸਾਲ ਆਉਣੀ ਹੈ, ਜਿਹੜੀਆਂ ਬੜੀਆਂ ਵਿਸ਼ਵ ਪੱਧਰ 'ਤੇ ਸਾਰੇ ਸਿੱਖ ਸੰਗਤਾਂ ਨੇ ਔਰ ਬਹੁਤ ਸਤਿਕਾਰ ਦੇ ਨਾਲ ਮਨਾਉਣਾ ਹੈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਵੱਡੀ ਸਿੱਖਿਆ ਦੇ ਕੇ ਗਏ ਨੇ, ਇੱਕ ਮਿਸ਼ਨ ਸੰਸਾਰ ਨੂੰ ਦੇ ਕੇ ਗਏ ਨੇ, ਇੱਕ ਵਿਚਾਰਧਾਰਾ ਸਾਨੂੰ ਦੇ ਕੇ ਗਏ ਨੇ, ਇੱਕ ਨਿਰਮਲ ਪੰਥ ਦੀ ਸਥਾਪਨਾ ਜੇ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਆਰੰਭਤਾ ਉਹ ਪੰਥ ਦੀ ਕੀਤੀ। ਸੋ ਅੱਜ ਸਾਨੂੰ ਲੋੜ ਹੈ ਕਿ ਅਸੀਂ ਉਸ ਮਿਸ਼ਨ ਦੇ ਨਾਲ ਜੁੜੀਏ, ਉਹਨਾਂ ਦੇ ਵਿਚਾਰਧਾਰਨਾ ਦੇ ਧਾਰਨੀ ਬਣੀਏ। ਇਹੀ ਸਭ ਤੋਂ ਅੱਜ ਮੈਂ ਸਮਝਦਾ ਸਮੇਂ ਦੀ ਵੱਡੀ ਲੋੜ ਹੈ, ਕਿਉਂਕਿ ਗੁਰੂ ਸਾਹਿਬ ਨੇ 10 ਜਾਮੇ ਧਾਰਨ ਕੀਤੇ। 10 ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਔਰ ਨਾਲ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ। ਅੱਜ ਵੀ ਟਕਸਾਲ ਦੇ 5 ਪਿਆਰੇ ਜਿਹੜੇ ਦਮਦਮੀ ਟਕਸਾਲ ਦੇ ਇੱਥੇ ਪਹੁੰਚੇ ਨੇ, ਬਹੁਤ ਸਾਰੇ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਣੀ ਹੈ। ਅੰਮ੍ਰਿਤ ਪਾਨ ਤਿਆਰ ਛੱਕ ਕੇ ਤਿਆਰ ਵਰਤਿਆਰ ਸਿੰਘਾਂ ਨੇ ਸਜਣਾ। ਅੱਜ ਲੋੜ ਹੈ ਕਿ ਅਸੀਂ ਬਾਣੀ ਅਤੇ ਧਾਰਨੀ ਬਣੀਏ, ਅੰਮ੍ਰਿਤ ਛੱਕ ਕੇ ਤਿਆਰ ਵਰਤਾਰ ਸਿੰਘ ਸਜੀਏ। ਸੋ ਇਹ ਹੀ ਇੱਥੇ ਸਾਡਾ ਆਪਣਾ ਜੀਵਨ ਵੀ ਚੰਗਾ ਬਣਦਾ, ਜੀਵਨ ਦੇ ਵਿੱਚ ਚੰਗੀਆਂ ਮਰਿਆਦਾ ਦਾ ਧਾਰਨੀ ਬਣਦੇ ਹਾਂ। ਉੱਥੇ ਮੈਂ ਸਮਝਦਾ ਸਾਡਾ ਸਮਾਜ ਦੇ ਵਿੱਚ ਜੋ ਕੁਰੀਤੀਆਂ ਨੇ, ਪੈੜਾਂ ਨੇ, ਉਹ ਸਾਰੀਆਂ ਦੂਰ ਹੁੰਦੀਆਂ ਨੇ। ਸਾਡੇ ਨੌਜਵਾਨ ਬੱਚੇ ਨੇ ਜਿਹੜੇ ਉਹ ਨਸ਼ਿਆਂ ਤੋਂ ਬਚਦੇ, ਨਸ਼ਿਆਂ ਤੋਂ ਰਹਿਤ ਹੁੰਦੇ ਨੇ। ਸੋ ਸਭ ਤੋਂ ਵੱਡੀ ਲੋੜ ਜਿਹੜੀ ਹੈ ਇਸ ਗੱਲ ਦੀ ਕਿ ਅਸੀਂ ਗੁਰਮੁਖ ਦੇ ਧਾਰਨੀ ਬਣੀਏ। ਸੋ ਮੈਂ ਜਿੱਥੇ ਇੱਥੇ ਆ ਕੇ ਆਪ ਨੂੰ ਬਹੁਤ ਧੰਨਤਾ ਦੇ ਯੋਗ ਸਮਝਦਾ ਸੰਤ ਬਾਬਾ ਜੀ ਨੂੰ, ਜਿਹੜੇ ਮਹਾਨ ਔਰ ਕਿਰਪਾ ਕਰਕੇ ਗਏ ਨੇ ਸਾਰੀ ਸੰਗਤ ਦੇ, ਜਿਨ੍ਹਾਂ ਦੇ ਇਸ ਸਥਾਨ 'ਤੇ ਆਏ ਹਾਂ, ਜਿਨ੍ਹਾਂ ਨੇ ਬੜੀ ਤਪੱਸਿਆ ਕੀਤੀ ਹੈ, ਉਹਨਾਂ ਨੂੰ ਵੀ ਆਪਣੇ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ਼ਰਧਾ ਦੇ ਸਤਿਕਾਰ ਭੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਤਿੰਨਾਂ ਨੂੰ ਜੋ ਗੁਰੂ ਘਰ ਦੀ ਬਖਸ਼ ਸਿਰੋ ਭਾਵ ਦੀ ਦਾਤ ਮਹਾਂਪੁਰਸ਼ ਬਖਸ਼ ਰਹੇ ਨੇ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਇਹਨਾਂ ਦੇ ਨਾਲ ਹੀ ਸਾਬਕਾ MLA ਸ਼੍ਰੋਮਣੀ ਅਕਾਲੀ ਦਲ ਸਰਦਾਰ ਰਵਿੰਦਰ ਸਿੰਘ ਜੀ ਬ੍ਰਹਮਪੁਰਾ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਪ੍ਰਧਾਨ ਸਾਹਿਬ ਦੇ ਨਾਲ ਭਾਈ ਜਗਸੀਰ ਸਿੰਘ ਜੀ, ਜਿਹੜੇ ਮੈਂਬਰ ਨੇ ਹਰਿਆਣੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਵੀ ਗੁਰੂ ਘਰ ਦੀ ਸਰੂਪਾਵ ਦੀ ਦਾਤ ਪ੍ਰਾਪਤ ਕਰਨ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਗੁਰਸੰਗਤ ਜੀ, ਇਹ ਸਨ ਮਾਣਯੋਗ ਪ੍ਰਧਾਨ ਸਾਹਿਬਾ। ਹੁਣ ਜੋ ਕੁਝ ਮਾਣਯੋਗ ਸ਼ਖਸੀਅਤਾਂ ਸਟੇਜ ਉੱਪਰ ਸੁਭਾਈਮਾਨ ਬੈਠੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਜਿਵੇਂ ਸਾਡੇ ਸਤਿਕਾਰਯੋਗ ਬਾਬਾ ਮੋਹਨ ਸਿੰਘ ਜੀ ਬੁੱਢਾ ਯੌੜ ਬਿਆਸ ਦਾ, ਇਸੇ ਤਰ੍ਹਾਂ ਜਥੇਦਾਰ ਭੀਰਾ ਸਿੰਘ ਜੀ ਸੰਪਰਦਾਇ ਸ੍ਰਿਹਾਲੀ ਸਾਹਿਬ ਵੱਲੋਂ। ਸੋ ਸਾਡੇ ਬੜੇ ਹੀ ਸਤਿਕਾਰਯੋਗ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਗੁਰਬਚਨ ਸਿੰਘ ਜੀ ਕਰਮਵਾਲਾ ਸਾਹਿਬ। ਸੋ ਹਨ ਜੋ ਸਾਡੇ ਬੜੇ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਬੀਰ ਸੇਵਾ ਕਾ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੈ ਨਾਮ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੁਗੋ ਜੁਗ ਅਟਲ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਬੜੇ ਲੰਮੇ ਸਮੇਂ ਤੋਂ ਮਹਾਨ ਪਰਉਪਕਾਰੀ ਪਵਿੱਤਰ ਆਤਮਾ ਨਿਰਮਲ ਆਤਮਾ ਸੇਵਾ ਦੀ ਮੂਰਤ ਤਿਆਗ ਵੈਰਾਗ ਦੇ ਧਨੀ ਮਹਾਂਪੁਰਖ ਜਥੇਦਾਰ ਬਾਬਾ ਅਮਰਜੀਤ ਸਿੰਘ ਜੀ ਮੁੰਡੇ ਪਿੰਡ ਵਾਲੇ ਤਿਨ੍ਹਾਂ ਦੀ ਸਾਲਾਨਾ ਯਾਦ ਨੂੰ ਆਪ ਸੰਗਤਾਂ ਤਾਜ਼ਾ ਕਰ ਰਹੇ ਹੋ, ਜਿੱਥੇ ਆਪ ਜੀ ਨੇ ਵੱਖ ਵੱਖ ਰਾਗੀ ਜਥਿਆਂ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ। ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਜੀ ਰਾਣਾ, ਜਿਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਬਹੁਤ ਹੀ ਸੰਖੇਪ ਸਮੇਂ ਦੇ ਅੰਦਰ ਬਹੁਤ ਹੀ ਭਾਵਪੂਰਤ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਉਸ ਤੋਂ ਉਪਰੰਤ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਉਹਨਾਂ ਨੇ ਵੀ ਆਪ ਸੰਗਤ ਦੇ ਦਰਸ਼ਨ ਕੀਤੇ, ਆਪ ਸੰਗਤ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ। ਸਟੇਜ ਉੱਤੇ ਬਹੁਤ ਹੀ ਸਤਿਕਾਰਤ ਸ਼ਖਸੀਅਤਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਖੇ ਜੁੜੀਆਂ ਹੋਈਆਂ ਹਨ। ਸਾਧ ਸੰਗਤ ਜੀ, ਸੰਤ ਬਾਬਾ ਅਮਰਜੀਤ ਸਿੰਘ ਜੀ ਮੁੰਡੇ ਪਿੰਡ ਵਾਲੇ, ਜਿਨ੍ਹਾਂ ਨੇ ਸਾਰਾ ਆਪਣਾ ਜੀਵਨ
ਸੰਗਤਾਂ ਦੀ ਸੇਵਾ ਲਈ, ਗੁਰੂ ਘਰ ਦੀ ਔਰ ਪੰਥ ਦੀ ਸੇਵਾ ਦੇ ਵਿੱਚ ਆਪਣਾ ਜੀਵਨ ਸੇਵਾ ਵਿੱਚ ਲਾ ਕੇ ਸਫਲ ਕਰਕੇ ਗਏ। ਸਤਿ ਸੰਗਤ ਜੀ, ਗੁਰਬਾਣੀ ਦਾ ਫਰਮਾਨ ਹੈ, ਤੇਰੇ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਹਰ ਸਿਉਂ ਲੈਣ ਮਿਲਾਏ। ਪਰਉਪਕਾਰੀ ਦਾ ਅਰਥ ਜਿਹੜਾ ਸੁਖੈਨ ਸ਼ਬਦਾਂ ਵਿੱਚ ਹਰ ਇੱਕ ਦੇ ਸਮਝ ਆ ਜਾਏ ਉਹ ਹੈ ਭਲਾ ਕਰਨਾ, ਭਲਾ ਜਤਵਣਾ ਔਰ ਹਮੇਸ਼ਾ ਭਲਾ ਕਰਨਾ ਔਰ ਭਲਾ ਕਰਨ ਵਿੱਚ ਸਦਾ ਵਾਸਤੇ ਇੱਕ ਇੱਕ ਕਦਮ ਆਪਣਾ ਭਲਾ ਕਰਮ ਭਲੇ ਕਰਮ ਕਰਨ ਵਾਸਤੇ ਚੁੱਕਣਾ, ਭਲੇ ਕਰਮਾਂ ਦੇ ਵਿੱਚ ਸੰਲਗਨ ਰਹਿਣਾ, ਭਾਵ ਲੀਨ ਰਹਿਣਾ। ਸੰਤ ਬਾਬਾ ਅਮਰਜੀਤ ਸਿੰਘ ਜੀ ਨੇ ਜਿੱਥੇ ਆਪਣੇ ਜੀਵਨ ਵਿੱਚ ਉਹਨਾਂ ਨੇ ਅਨੇਕਾਂ ਪ੍ਰਾਣੀਆਂ ਦਾ ਭਲਾ ਕੀਤਾ, ਇਹ ਬਹੁਤ ਵੱਡਾ ਉਹਨਾਂ ਨੇ ਪਰਉਪਕਾਰ ਕੀਤਾ। ਦੁਖੀਆਂ ਲੋੜਵੰਦਾਂ ਦੀ ਸੇਵਾ ਵਿੱਚ ਉਹ ਹਮੇਸ਼ਾ ਤਤਪਰ ਰਹਿੰਦੇ ਸਨ, ਕਿਸੇ ਦਾ ਦੁੱਖ ਦੇਖ ਕੇ ਉਹਨਾਂ ਤੋਂ ਸਹਾਰਿਆ ਨਹੀਂ ਜਾਂਦਾ ਸੀ, ਇੰਨੀ ਨਿਰਮਲ ਆਤਮਾ ਦੇ ਧਨੀ ਸਨ। ਜਿਸ ਹਿਰਦੇ ਵਿੱਚ ਇੰਨੀ ਦਇਆ ਹੁੰਦੀ ਹੈ, ਦੁਖੀ ਦੀਵਾ ਲਈ ਜਿਸ ਹਿਰਦੇ ਵਿੱਚ ਇੰਨਾ ਤਰਸ ਹੁੰਦਾ ਹੈ, ਇੰਨੀ ਦਿਆਲਤਾ ਹੁੰਦੀ ਹੈ, ਸਤਿਗੁਰੂ ਜੀ ਗੁਰਬਾਣੀ ਵਿੱਚ ਕਹਿੰਦੇ ਆ ਉਸੇ ਹਿਰਦੇ ਵਿੱਚ ਧਰਮ ਦਾ ਜਨਮ ਹੁੰਦਾ। ਧੌਲ ਧਰਮ ਦਇਆ ਕਾ ਪੋਤ, ਧਰਮ ਦੀ ਮਾਤਾ ਦਇਆ ਹੈ, ਦਇਆ ਦਇਆ ਵਿੱਚੋਂ ਧਰਮ ਪੈਦਾ ਹੁੰਦਾ ਹੈ। ਸੋ ਸਾਧ ਸੰਗਤ ਜੀ, ਬਾਬਾ ਜੀ ਦਾ ਬਹੁਤ ਦਿਆਲੂ ਹਿਰਦਾ ਸੀ, ਕੋਈ ਵੀ ਲੋੜਵੰਦ ਕਿਸੇ ਵੀ ਸਮੇਂ ਉਹਨਾਂ ਦੇ ਪਾਸ ਆਇਆ ਉਹਨਾਂ ਕੋਲੋਂ ਕਦੇ ਖਾਲੀ ਨਹੀਂ ਗਿਆ, ਬੜੀ ਸਾਦਗੀ ਉਹਨਾਂ ਦੀ ਰਹਿਣੀ ਸੀ ਔਰ ਨਿਮਰਤਾ ਦੇ ਪੁੰਜ ਸਨ। ਕਦੇ ਉਹ ਆਪਣਾ ਦਿਖਾਵਾ ਨਹੀਂ ਕਰਦੇ ਸਨ, ਕਦੇ ਉਹ ਵੱਡੇ ਬਣ ਕੇ ਨਹੀਂ ਸੰਗਤ ਵਿੱਚ ਬੈਠਦੇ ਸਨ, ਆਪਣੇ ਆਪ ਨੂੰ ਉਹ ਸਭ ਤੋਂ ਨੀਵਾਂ ਸਮਝਦੇ ਸਨ, ਇੰਨੀ ਨਿਮਰਤਾ ਦੇ ਉਹ ਧਨੀ ਸਨ। ਦੇ ਦਰਸ਼ਨ ਕੀਤੇ ਆਪਣੇ ਅੱਖੀਂ ਔਰ ਮੇਰੀ ਲੰਮਾ ਸਮਾਂ ਅੰਤਰੀਵ ਤੌਰ 'ਤੇ ਉਹਨਾਂ ਮਹਾਂਪੁਰਖਾਂ ਦੇ ਸਰੀਰ ਦੇ ਹੁੰਦਿਆਂ ਸਾਂਝ ਵੀ ਰਹੀ ਹੈ। ਜੋ ਕੁਝ ਮੈਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਤੱਕਿਆ, ਕਿਉਂਕਿ ਕਿਸੇ ਮਹਾਂਪੁਰਖ ਦੇ ਜੀਵਨ ਦੀ ਸੰਪੂਰਨ ਵਿਆਖਿਆ ਤਾਂ ਕਰ ਪਾਉਣੀ ਮੁਸ਼ਕਲ ਹੀ ਨਹੀਂ ਹੁੰਦੀ, ਬਹੁਤ ਕਠਿਨ ਹੋਇਆ ਕਰਦੀ ਹੈ, ਪਰ ਜਿੰਨਾ ਕੁ ਤੁਹਾਨੂੰ ਕੁਝ ਉਹਨਾਂ ਦੇ ਜੀਵਨ ਵਿੱਚੋਂ ਪ੍ਰਾਪਤ ਹੋਇਆ ਹੁੰਦਾ, ਜੋ ਕੁਝ ਉਹਨਾਂ ਦੇ ਜੀਵਨ ਵਿੱਚੋਂ ਤੱਕਿਆ ਹੁੰਦਾ, ਉਹਨਾਂ ਬਾਬਤ ਜ਼ਰੂਰ ਤੁਹਾਨੂੰ ਕੁਝ ਨਾ ਕੁਝ ਜੀਵਨ ਵਿੱਚ ਬਹੁਤ ਵੱਡਾ ਲਾਭ ਪ੍ਰਾਪਤ ਹੁੰਦਾ ਹੈ। ਸੰਤ ਬਾਬਾ ਅਮਰਜੀਤ ਸਿੰਘ ਜੀ ਬਹੁਤ ਹੀ ਨਿਰਮਲ ਆਤਮਾ ਸਨ ਔਰ ਇੱਥੋਂ ਤੱਕ ਮੈਂ ਉਹਨਾਂ ਦੇ ਜੀਵਨ ਵਿੱਚ ਵੇਖਿਆ
ਕਿ ਜੇ ਕੋਈ ਮਹਾਂਪੁਰਖ ਜਾਂ ਸਤਿਕਾਰਯੋਗ ਹਸਤੀ ਉਹਨਾਂ ਨੂੰ ਮਿਲਣ ਵਾਸਤੇ ਆਈ ਤਾਂ ਆਪਣਾ ਪਲੰਘਾ ਛੱਡ ਕੇ ਆਪ ਥੱਲੇ ਭੁੰਡੇ ਬੈਠ ਜਾਂਦੇ ਸਨ। ਆਈਆਂ ਹੋਈਆਂ ਸ਼ਖਸੀਅਤਾਂ ਦਾ ਮਹਾਂਪੁਰਖਾਂ ਦਾ ਦਿਲੋਂ ਮਨੋਂ ਅਤੇ ਜਾਨ ਤੋਂ ਬਹੁਤ ਵੱਡਾ ਸਤਿਕਾਰ ਕਰਦੇ ਸਨ। ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਔਰ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਉਹਨਾਂ ਦੀ ਬੜੀ ਅੰਤਰੀਬ ਸਾਂਝ ਸੀ। ਬਾਬਾ ਜੀ ਇੱਕ ਵਾਰੀ ਮੈਨੂੰ ਆਪ ਆਪਣੀ ਰਸਨਾ ਤੋਂ ਦੱਸ ਰਹੇ ਸਨ ਕਿ ਮੈਂ ਅੰਮ੍ਰਿਤਸਰ ਸਾਹਿਬ ਮਹਾਂਪੁਰਸ਼ਾਂ ਦੇ ਪਾਸ ਗਿਆ, ਬੇਨਤੀ ਕੀਤੀ ਕਿ ਕੌਮ ਦਾ ਬੜਾ ਵੱਡਾ ਸੰਘਰਸ਼ ਚੱਲ ਰਿਹਾ, ਸਾਨੂੰ ਹੁਕਮ ਕਰੋ ਕੋਈ ਸੇਵਾ ਦੱਸੋ, ਅਤੇ ਨਾਲ ਕੁਝ ਸਿੰਘ ਵੀ ਲੈ ਕੇ ਗਏ। ਕਹਿਣ ਲੱਗੇ, ਮਹਾਂਪੁਰਖੋ, ਇਹ ਸਿੰਘ ਅਸੀਂ ਤੁਹਾਨੂੰ ਸਮਰਪਿਤ ਕਰਨ ਵਾਸਤੇ ਆਏ ਹਾਂ ਔਰ ਇਹ ਤੁਹਾਡੇ ਨਾਲ ਰਹਿ ਕੇ ਸੇਵਾ ਕਰਨਗੇ। ਜੇ ਕਿਤੇ ਕੁਰਬਾਨੀ ਦੇਣ ਦੀ ਲੋੜ ਪਈ, ਸ਼ਹੀਦੀ ਦੇਣ ਦੀ ਲੋੜ ਪਈ ਤਾਂ ਕੁਰਬਾਨੀ ਕਰਨ ਤੋਂ ਵੀ ਇਹ ਪਿੱਛੇ ਨਹੀਂ ਹਟਣਗੇ। ਮਹਾਂਪੁਰਖ ਬਹੁਤ ਪ੍ਰਸੰਨ ਹੋਏ ਔਰ ਉਸ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ, ਬਾਬਾ ਅਮਰਜੀਤ ਸਿੰਘ ਜੀ, ਸਾਨੂੰ ਕੋਈ ਸੇਵਾ ਦੱਸੋ। ਮਹਾਂਪੁਰਸ਼ ਕਹਿਣ ਲੱਗੇ, ਤੁਸੀਂ ਆਪਣੇ ਇਲਾਕੇ ਵਿੱਚ, ਆਪਣੇ ਨਗਰ ਵਿੱਚ, ਆਪਣੇ ਇਲਾਕੇ ਦੇ ਵਿੱਚ ਵਿਚਰ ਕੇ ਗੁਰਮਤਿ ਸਿੱਖੀ ਦਾ ਪ੍ਰਚਾਰ ਕਰੋ ਔਰ ਸੰਗਤਾਂ ਦੀ ਸੇਵਾ ਕਰਨੀ ਆ, ਅੱਠੇ ਪੈਰ ਜਿੰਨੀ ਵੀ ਹੋ ਸਕੇ ਤੁਹਾਡੇ ਕੋਲੋਂ ਅਸੀਂ ਇਹੀ ਸੇਵਾਵਾਂ ਲੈਣੀਆਂ। ਸਾਧ ਸੰਗਤ ਜੀ, ਜਦੋਂ 20 ਸਤੰਬਰ 1981 ਨੂੰ ਮਹਿਤੇ ਨਗਰ ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੰਤਾਂ ਨੇ ਗ੍ਰਿਫਤਾਰੀ ਦਿੱਤੀ, ਲੱਖਾਂ ਦਾ ਇਕੱਠ ਸੀ ਔਰ ਸੰਤ ਬਾਬਾ ਅਮਰਜੀਤ ਸਿੰਘ ਜੀ ਆਪਣੇ ਇਲਾਕੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਨਾਲ ਲੈ ਕੇ ਗਏ ਔਰ ਉਸ ਸਮੇਂ ਵੀ ਬਾਬਾ ਅਮਰਜੀਤ ਸਿੰਘ ਜੀ ਇਹ ਗੱਲ ਦੱਸਦੇ ਸਨ ਕਿ ਜਦੋਂ ਸੰਤਾਂ ਨੇ ਆਪ ਆਪਣੀ ਸਵੈ ਇੱਛਾ ਨਾਲ ਗ੍ਰਿਫਤਾਰੀ ਦਿੱਤੀ ਤਾਂ ਸਾਡੇ ਕੋਲੋਂ ਸਹਾਰਿਆ ਨਹੀਂ ਜਾਂਦਾ ਸੀ, ਝੱਲਿਆ ਨਹੀਂ ਜਾਂਦਾ ਸੀ ਕਿ ਐਡੀ ਵੱਡੀ ਮਹਾਨ ਹਸਤੀ ਕੌਮ ਲਈ ਅੱਜ ਗ੍ਰਿਫਤਾਰੀ ਦੇ ਰਹੀ ਹੈ, ਇਹਨਾਂ ਦੀ ਤਾਂ ਕੌਮ ਨੂੰ ਵੱਡੀ ਅਗਵਾਈ ਦੀ ਲੋੜ ਹੈ। ਭਾਵ ਇਹਨਾਂ ਵਰਗਾ ਮਹਾਂਪੁਰਖ, ਇਹਨਾਂ ਵਰਗਾ ਕੌਮ ਦਾ ਧਾਰਮਿਕ ਆਗੂ, ਕੌਮ ਨੂੰ ਯੋਗ ਅਗਵਾਈ ਦੇਣ ਵਾਲਾ ਸਾਡੇ ਸਮੇਂ ਵਿੱਚ ਅੱਜ ਤੱਕ ਪੈਦਾ ਨਹੀਂ ਹੋਇਆ ਔਰ ਸਦੀਆਂ ਪਹਿਲਾਂ ਗੁਰਸਿੱਖ ਪੈਦਾ ਹੋਏ ਪਰ ਸਾਨੂੰ ਇਹ ਆਸ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਐਸਾ ਕੋਈ ਮਹਾਂਪੁਰਖ ਕੌਮ ਦੀ ਅਗਵਾਈ ਕਰਨ ਵਾਲਾ ਪੈਦਾ ਹੋਵੇ। ਅਸੀਂ ਨਹੀਂ ਚਾਹੁੰਦੇ ਸੀ ਕਿ ਸੰਤ ਗ੍ਰਿਫਤਾਰੀ ਦੇਣ, ਸੰਤਾਂ ਦੀ ਥਾਂ 'ਤੇ ਅਸੀਂ ਸਾਰੇ ਔਰ ਲੱਖਾਂ ਹੀ ਸੰਗਤਾਂ ਗ੍ਰਿਫਤਾਰੀਆਂ ਦੇਣ ਨੂੰ ਤਿਆਰ ਸਾਂ, ਪਰ ਮਹਾਂਪੁਰਖਾਂ ਦੀ ਨਿੱਜੀ ਇੱਛਾ ਸੀ, ਉਹਨਾਂ ਦੇ ਬਚਨ ਸਨ ਕਿ ਮੈਂ ਆਪਣੀ ਇੱਛਾ ਨਾਲ ਜੇਲ੍ਹ ਦੇ ਵਿੱਚ ਜਾ ਰਿਹਾ।
ਔਰ ਬਾਬਾ ਅਮਰਜੀਤ ਸਿੰਘ ਜੀ ਦੀ ਇਤਨੀ ਵੱਡੀ ਸ਼ਰਧਾ ਔਰ ਵਿਸ਼ਵਾਸ ਸੀ। ਕਹਿੰਦੇ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨਾ ਚਾਹੁੰਦੇ ਵੀ ਅਸੀਂ ਗ੍ਰਿਫਤਾਰੀ ਨਹੀਂ ਦੇਣੀ ਤਾਂ ਦੁਨੀਆਂ ਦੀ ਕੋਈ ਹਕੂਮਤ ਉਹਨਾਂ ਨੂੰ ਹੱਥ ਨਹੀਂ ਪਾ ਸਕਦੀ ਸੀ। ਕੁੱਲ ਸੰਸਾਰ ਸਮੁੱਚਾ ਸਿੱਖ ਜਗਤ ਉਹਨਾਂ ਨਾਲ ਦੀਵਾਰ ਬਣ ਕੇ ਖੜ ਚੁੱਕਾ ਸੀ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜੇਲ੍ਹਾਂ ਵਿੱਚ ਜਾ ਸਕਦੀਆਂ ਸਨ, ਉਹਨਾਂ ਦੀ ਥਾਂ 'ਤੇ ਉਹਨਾਂ ਨੂੰ ਕੋਈ ਵੀ ਗ੍ਰਿਫਤਾਰ ਨਹੀਂ ਕਰ ਸਕਦਾ ਸੀ। ਪਰ ਕਹਿੰਦੇ ਇਹ ਮਹਾਂਪੁਰਖਾਂ ਦਾ ਆਪਣਾ ਫੈਸਲਾ ਸੀ ਜਿਸ ਉੱਤੇ ਸਾਨੂੰ ਸਾਰਿਆਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਸਤ ਕਰਕੇ ਮੰਨਣਾ ਪਿਆ। ਸੋ ਸਾਧ ਸੰਗਤ ਜੀ, ਜਿਹੜੇ ਸਿੰਘ ਬਾਬਾ ਜੀ ਮਹਾਂਪੁਰਸ਼ਾਂ ਦੇ ਪਾਸ ਛੱਡ ਕੇ ਆਏ, ਉਹਨਾਂ ਸਿੰਘਾਂ ਨੇ ਜੂਨ 1984 ਦੇ ਘੱਲੂਘਾਰੇ ਵਿੱਚ ਆ ਜਿਹੜੇ ਦਿਨ ਚੱਲ ਰਹੇ ਆ 1 ਜੂਨ ਤੋਂ ਲੈ ਕੇ 6 ਜੂਨ ਤੱਕ, ਇਹ ਖਾਲਸਾ ਪੰਥ ਦੇ ਤੀਸਰੇ ਸ਼ਹੀਦੀ ਘੱਲੂਘਾਰੇ ਦੇ ਸ਼ਹੀਦੀ ਦਿਹਾੜਿਆਂ ਦੇ ਦਿਨ ਹਨ। ਇਹਨਾਂ ਦਿਨਾਂ ਵਿੱਚ ਸਮੇਂ ਦੀ ਜਾਬਰ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਲੱਖਾਂ ਦੀ ਫੌਜ ਚੜਾ ਕੇ ਹਮਲਾ ਕੀਤਾ ਔਰ ਬੇਅੰਤ ਸੰਗਤਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸ਼ਹੀਦ ਕੀਤਾ ਗਿਆ। ਉੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਬੇਅੰਤ ਸਿੰਘਾਂ ਨੇ ਜਿੱਥੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਉੱਥੇ ਬਾਬਾ ਅਮਰਜੀਤ ਸਿੰਘ ਜੀ ਜਿਹੜੇ ਸਿੰਘਾਂ ਨੂੰ ਛੱਡ ਕੇ ਆਏ ਉਹ ਸ਼ਹੀਦੀ ਡਾਇਰੈਕਟਰੀ ਵਿੱਚ ਸਾਰਾ ਵੇਰਵਾ ਮਿਲਦਾ 250-250 ਸਿੰਘਾਂ ਦਾ, ਅਤੇ ਉਹਨਾਂ ਸਿੰਘਾਂ ਨੇ ਵੀ ਨਾਲ ਆਪਣੇ ਜਾਨ ਨੂੰ ਆਪਣੀ ਜਾਨ ਨੂੰ ਤਲੀ 'ਤੇ ਰੱਖ ਕੇ ਉਹਨਾਂ ਨੇ ਵੀ ਉੱਥੇ ਸ਼ਹੀਦੀਆਂ ਦਿੱਤੀਆਂ। ਸੋ ਸਾਧ ਸੰਗਤ ਜੀ, ਕਿੰਨਾ ਸੁਨੇਹ ਕਿੰਨਾ ਪ੍ਰੇਮ ਹੋਏਗਾ ਕਿ ਜਿਹੜੇ ਅੱਠੇ ਪੈਰ ਉਹਨਾਂ ਦੇ ਨਾਲ ਪਰਛਾਵਾਂ ਬਣ ਕੇ ਰਹਿਣ ਵਾਲੇ ਸਿੰਘ ਸਨ, ਜਿਨ੍ਹਾਂ ਦੀ ਬਾਬਾ ਜੀ ਨੂੰ ਇੱਥੇ ਸੇਵਾਵਾਂ ਲਈ ਬਹੁਤ ਵੱਡੀ ਲੋੜ ਸੀ, ਉਹ ਸਿੰਘ ਵੀ ਉਹਨਾਂ ਨੇ ਸ਼ਹਾਦਤ ਲਈ ਮਹਾਂਪੁਰਖਾਂ ਨੂੰ ਸਮਰਪਿਤ ਕਰ ਦਿੱਤੇ। ਇੱਥੋਂ ਉਹਨਾਂ ਦੇ ਦਿਲੋਂ ਪ੍ਰੇਮ, ਦਿਲੋਂ ਮਹਾਂਪੁਰਖਾਂ ਪ੍ਰਤੀ ਉਹਨਾਂ ਦੀ ਸਮਰਪਿਤ ਭਾਵਨਾ ਸਾਡੇ ਸਾਹਮਣੇ ਆਉਂਦੀ ਹੈ। ਸੋ ਸਾਧ ਸੰਗਤ ਜੀ, ਫਿਰ ਉਹਨਾਂ ਨੇ ਗੁਰ ਅਸਥਾਨਾਂ ਦੀ ਸੇਵਾ ਕਰਵਾਈ। ਮੈਂ ਜਦੋਂ 2008 ਵਿੱਚ ਸਮੁੱਚੇ ਖਾਲਸਾ ਪੰਥ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 300 ਸਾਲਾ ਸ਼ਹੀਦੀ ਵਾਹਿਗੁਰੂ 300 ਸਾਲਾ ਜੋਤੀ ਜੋਤ ਗੁਰਪੁਰਬ ਉੱਥੇ ਮਨਾਇਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਗੁਰਤਾ ਗੱਦੀ ਸ਼ਤਾਬਦੀ ਮਨਾਈ, ਗੁਰਤਾ ਗੱਦੀ ਗੁਰਪੁਰਬ ਮਨਾਇਆ। ਉੱਥੇ ਸਿੱਖ ਪੰਥ ਦੇ ਮਹਾਨ ਮਹਾਂਪੁਰਖਾਂ ਨੇ, ਜਥੇਬੰਦੀਆਂ ਨੇ ਤਨ ਮਨ ਧਨ ਕਰਕੇ ਉਹ ਸ਼ਤਾਬਦੀ ਵਿੱਚ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਸਨ, ਲੰਗਰ ਵੀ ਲਾਏ ਸਨ। ਅਤੇ ਬਾਬਾ ਅਮਰਜੀਤ ਸਿੰਘ ਜੀ ਨੇ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਉੱਥੇ ਵੀ ਬਹੁਤ ਸੁੰਦਰ ਲੰਗਰਾਂ ਦਾ ਪ੍ਰਬੰਧ ਕੀਤਾ, ਸੰਗਤਾਂ ਨੂੰ ਨਾਲ ਲੈ ਕੇ ਗਏ। ਮੈਨੂੰ 2-3 ਵਾਰੀ ਬਾਬਾ ਜੀ ਦੇ ਉਦੋਂ ਦਰਸ਼ਨ ਕਰਨ ਦਾ, ਲੰਗਰ ਵਿੱਚ ਜਾਣ ਦਾ ਸੁਭਾਗ ਮਿਲਿਆ। ਜਦੋਂ ਵੀ ਜਾਣਾ ਉਹਨਾਂ ਨੇ ਕਮਰ ਕਸਾ ਕੀਤਾ ਹੋਇਆ ਹੋਣਾ ਔਰ ਲੰਗਰ ਦੇ ਵਿੱਚ ਸਜੇ ਹੋਇਆ ਕਰਦੇ ਸਨ, ਭਾਵ
ਲੰਗਰ ਦੀ ਸੇਵਾ ਬੜੀ ਤਤਪਰ ਹੋ ਕੇ ਉਹਨਾਂ ਨੇ ਕੀਤੀ ਔਰ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਕਰਵਾ ਰਹੇ ਸਨ। ਆਪ ਸੰਗਤਾਂ ਦੀ ਸੇਵਾ ਵਿੱਚ ਲੱਕ ਬੰਨ੍ਹ ਕੇ ਲੱਗੇ ਹੋਏ ਸਨ। ਅੱਠੇ ਅੱਠੇ ਪੈਰ ਲੰਗਰਾਂ ਵਿੱਚ ਉਹਨਾਂ ਨੇ ਸੇਵਾ ਕਰਨੀ। ਇੱਥੇ ਮੁੰਡੇ ਪਿੰਡ ਨਗਰ ਦੇ ਵਿੱਚ ਵੀ ਜਦੋਂ ਅਸਥਾਨ 'ਤੇ ਸੇਵਾ ਕਰਦੇ ਸਨ ਉਹਨਾਂ ਦਾ ਆਸਣੀ ਲੰਗਰ ਦੇ ਵਿੱਚ ਹੁੰਦਾ ਸੀ। ਸਾਧ ਸੰਗਤ ਜੀ ਤੁਸੀਂ ਵੇਖੋ ਸੰਗਤ ਦੀ ਸੇਵਾ ਲਈ ਉਹਨਾਂ ਦੇ ਮਨ ਵਿੱਚ ਕਿੰਨੀ ਭਾਵਨਾ ਸੀ ਕਿ ਉਹ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਲੰਗਰ ਦੇ ਵਿੱਚ ਆਪਣਾ ਆਸਣ ਰੱਖਣਾ, ਜਦੋਂ ਵੀ ਕੋਈ ਸੰਗਤਾਂ ਆਈਆਂ ਸੇਵਾਦਾਰਾਂ ਨੂੰ ਕਹਿ ਕੇ ਲੰਗਰ ਛਕਾਉਣਾ, ਜੇ ਨਹੀਂ ਕੋਈ ਕੋਲੇ ਸੇਵਾਦਾਰ ਤਾਂ ਆਪ ਹੱਥੀ ਹੱਥ ਪਵਿੱਤਰ ਕਰਾ ਕੇ ਸੰਗਤ ਨੂੰ ਲੰਗਰ ਛਕਾਉਣਾ, ਜਲ ਪਾਣੀ ਛਕਾਉਣਾ, ਇਹ ਉਹਨਾਂ ਨੇ ਸੇਵਾ ਕਰਨੀ। ਔਰ ਨਿਮਰਤਾ ਉਹਨਾਂ ਵਰਗੀ ਕਿਸੇ ਵਿਰਲੇ ਦੇ ਵਿੱਚ ਨਜ਼ਰ ਆ ਸਕਦੀ ਹੈ, ਉਹ ਨਿਮਰਤਾ ਦੇ ਪੁੰਜ ਸਨ। ਗੁਰਮਤਿ ਹਿਰਦੈ ਗਰੀਬੀ ਆਵੈ, ਜਿਹੜੇ ਗੁਰਸਿੱਖ ਦੇ ਅੰਦਰ ਗੁਰਮਤ ਦਾ ਨਿਵਾਸ ਹੈ ਉਸੇ ਅੰਦਰ ਹੀ ਗਰੀਬੀ ਦੀ ਭਾਵਨਾ, ਨਿਮਰਤਾ ਦੀ ਭਾਵਨਾ ਪੈਦਾ ਹੁੰਦੀ ਹੈ। ਨਹੀਂ ਤਾਂ ਸਾਧ ਸੰਗਤ ਜੀ ਸਤਿਕਾਰਯੋਗ ਪਦਵੀਆਂ ਪ੍ਰਾਪਤ ਹੋਣ ਤੋਂ ਬਾਅਦ ਜਾਂ ਸੰਗਤਾਂ ਜਿਨ੍ਹਾਂ ਦਾ ਬਹੁਤ ਸਨਮਾਨ ਕਰਨ ਲੱਗ ਜਾਣ, ਉਹ ਕਈ ਵਾਰੀ ਸੇਵਾ ਤੋਂ ਵਾਂਝੇ ਹੁੰਦੇ ਵੇਖੇ ਹੈ, ਪਰ ਬਾਬਾ ਅਮਰਜੀਤ ਸਿੰਘ ਜੀ ਨੂੰ ਜਿੱਥੇ ਹਜ਼ਾਰਾਂ ਸੰਗਤਾਂ ਉਹਨਾਂ ਦਾ ਸਨਮਾਨ ਕਰਦੀਆਂ ਉੱਥੇ ਉਹਨਾਂ ਵਿੱਚ ਨਿਮਰਤਾ ਵੀ ਅੱਤ ਦਰਜੇ ਦੀ ਮੈਂ ਵੇਖੀ ਹੈ। ਕਈ ਵਾਰੀ ਆਪਣੀ ਤੋਂ ਛੋਟੀ ਉਮਰ ਦੇ ਸਿੰਘਾਂ ਦੇ ਵੀ ਉਹਨਾਂ ਨੇ ਗੋਡੀ ਹੱਥ ਲਾ ਕੇ ਉਹਨਾਂ ਦਾ ਸਨਮਾਨ ਕਰਨਾ, ਸਤਿਕਾਰ ਕਰਨਾ, ਔਰ ਬਹੁਤ ਆਪਣੇ ਆਪ ਨੂੰ ਹਮੇਸ਼ਾ ਪਿੱਛੇ ਰੱਖ ਕੇ ਨਿਰਮਾਣ ਰੱਖ ਕੇ ਸੇਵਾ ਕਰਨੀ। ਮਹਾਂਪੁਰਖ ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਇੱਕ ਵਾਰੀ ਮੈਂ ਉਹਨਾਂ ਦੇ ਦਰਸ਼ਨ ਕਰਨ ਗਿਆ ਹੋਇਆ ਸੀ ਸੁਰ ਸਿੰਘ, ਅਤੇ ਮੇਰੇ ਤੋਂ ਪਹਿਲਾਂ ਬਾਬਾ ਅਮਰਜੀਤ ਸਿੰਘ ਜੀ ਦਰਸ਼ਨ ਕਰਕੇ ਜਾ ਚੁੱਕੇ ਸਨ। ਬਾਬਾ ਦਇਆ ਸਿੰਘ ਜੀ ਨੇ ਸੁਭਾਵਿਕ ਬਚਨ ਕੀਤਾ, ਕਹਿਣ ਲੱਗੇ ਮੁੰਡੇ ਪਿੰਡ ਵਾਲੇ ਬਾਬਾ ਜੀ ਆਏ ਸਨ। ਮੈਂ ਪੁੱਛਿਆ ਜੀ ਕਿਹੜੇ ਮਹਾਂਪੁਰਖ ਆਏ ਸਨ? ਕਹਿਣ ਲੱਗੇ ਬਾਬਾ ਅਮਰਜੀਤ ਸਿੰਘ ਜੀ। ਅਤੇ ਬਾਬਾ ਦਇਆ ਸਿੰਘ ਜੀ ਮਹਾਂਪੁਰਖ ਕਹਿਣ ਲੱਗੇ ਕਿ ਬਾਬਾ ਦਇਆ ਸਿੰਘ ਜੀ ਸੁਤੇ ਕਹਿਣ ਲੱਗੇ ਆਪਣੀ ਰਸਨਾ ਤੋਂ, ਕਹਿਣ ਲੱਗੇ ਬਾਬਾ ਅਮਰਜੀਤ ਸਿੰਘ ਜੀ ਵਿੱਚ ਇੰਨੀ ਨਿਮਰਤਾ, ਇੰਨੀ ਸਾਦਗੀ ਹੈ, ਇੰਨੀ ਸੇਵਾ ਦੀ ਭਾਵਨਾ, ਕਹਿੰਦੇ ਉਹ ਪੂਰਨ ਸਾਧੂਆਂ ਵਰਗਾ ਉਹਨਾਂ ਦਾ ਜੀਵਨ ਹੈ। ਔਰ ਹਮੇਸ਼ਾ ਬਾਬਾ ਜੀ ਕਹਿਣ ਲੱਗੇ ਕਦੇ ਉਹਨਾਂ ਨੇ ਆਪਣਾ ਆਪਾ ਨਹੀਂ ਜਣਾਇਆ, ਬੜੀ ਨਿਰਮਾਣਤਾ ਰੱਖੀ ਹੋਈ ਹੈ। ਸੋ ਸਾਧ ਸੰਗਤ ਜੀ ਇਹੋ ਜਿਹੇ ਮਹਾਂਪੁਰਖ ਵੀ ਉਹਨਾਂ ਦਾ ਬਹੁਤ ਵੱਡਾ ਸਨਮਾਨ ਕਰਦੇ ਸਨ। ਸੋ ਸਾਧ ਸੰਗਤ ਜੀ ਮੈਂ ਬਹੁਤਾ ਲੰਮਾ ਸਮਾਂ ਨਹੀਂ ਆਪ ਜੀ ਦਾ ਲੈਣਾ ਚਾਹੁੰਦਾ, ਜਿੱਥੇ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਉੱਥੇ ਉਹਨਾਂ ਨੇ ਆਪਣੇ ਦੋਨੋਂ ਭਟੰਗੀ ਪੰਥ ਦੀ ਸੇਵਾ ਵਿੱਚ ਦਿੱਤੇ। ਉਹਨਾਂ ਦੇ ਵੱਡੇ ਸਪੁੱਤਰ ਪੰਥ ਦੇ ਮਹਾਨ ਵਿਦਵਾਨ ਅੱਜ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ, ਸਤਿਕਾਰਯੋਗ ਜਥੇਦਾਰ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ। ਮੈਂ ਸਰਦਾਰ ਪਰਮਜੀਤ ਸਿੰਘ ਜੀ ਰਾਣਾ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ, ਉਹ ਮੇਰੇ ਨਾਲ ਹੀ ਮਹਿਤੇ ਤੋਂ ਆਏ,
ਉਹ ਮੈਨੂੰ ਆਉਂਦਿਆਂ ਆਉਂਦਿਆਂ ਦੱਸ ਰਹੇ ਸਨ ਕਿ ਬਾਬਾ ਬੰਤਾ ਸਿੰਘ ਜੀ ਸਾਡੇ ਉੱਥੇ ਦਿੱਲੀ ਵਿੱਚ ਜਾਂ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਵਿਦੇਸ਼ਾਂ ਤੱਕ ਕਹਿੰਦੇ ਮੈਨੂੰ ਸੰਗਤਾਂ ਦੇ ਸਿੱਧੇ ਫੋਨ ਆਉਂਦੇ ਹੈ, ਸਿੱਧੀਆਂ ਸੰਗਤਾਂ ਮੇਰੇ ਨਾਲ ਸੰਪਰਕ ਕਰਦੀਆਂ ਹਨ। ਕਈ ਵਾਰੀ ਪ੍ਰੋਗਰਾਮਾਂ ਦਾ ਬੜਾ ਰੁਝੇਵਾਂ ਹੁੰਦਾ ਬਾਬਾ ਬੰਤਾ ਸਿੰਘ ਜੀ ਦਾ, ਔਰ ਸੰਗਤਾਂ ਮੈਨੂੰ ਕਹਿੰਦੀਆਂ ਕਿ ਸਾਨੂੰ ਤੁਸੀਂ ਕੁਝ ਸਮੇਂ ਲਈ, ਕੁਝ ਦਿਨਾਂ ਲਈ ਬਾਬਾ ਬੰਤਾ ਸਿੰਘ ਜੀ ਨੂੰ ਸਾਡੇ ਕੋਲ ਕਥਾ ਕਰਨ ਵਾਸਤੇ ਭੇਜੋ। ਚੇਅਰਮੈਨ ਸਾਹਿਬ ਕਹਿ ਰਹੇ ਸਨ ਇੰਨੀ ਸੰਗਤਾਂ ਦੇ ਵਿੱਚ ਬਾਬਾ ਬੰਤਾ ਸਿੰਘ ਜੀ ਦੀ ਉਮੰਗ ਹੈ, ਇੰਨਾ ਉਤਸ਼ਾਹ, ਇੰਨੀ ਸੰਗਤਾਂ ਦੇ ਵਿੱਚ ਬਾਬਾ ਬੰਤਾ ਸਿੰਘ ਜੀ ਨੂੰ ਸੰਗਤ ਦੀ ਪ੍ਰਸੰਨਤਾ ਪ੍ਰਾਪਤ ਹੋਈ ਹੈ। ਇਹ ਸੰਗਤਾਂ ਦਾ ਮਾਣ ਕਿਸੇ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦਾ, ਸੰਗਤ ਦਾ ਸਤਿਕਾਰ, ਸੰਗਤ ਦਾ ਮਾਣ, ਸੰਗਤ ਦਾ ਪਿਆਰ ਕੋਈ ਕਰਮਾਂ ਵਾਲਾ ਜੀਵ ਲੈ ਸਕਦਾ। ਹਰ ਇੱਕ ਨੂੰ ਸੰਗਤ ਇੰਨਾ ਵੱਡਾ ਮਾਣ ਨਹੀਂ ਦੇ ਸਕਦੀ। ਸੋ ਬਾਬਾ ਬੰਤਾ ਸਿੰਘ ਜੀ ਨੂੰ ਬਹੁਤ ਵੱਡਾ ਸਿੱਖ ਪੰਥ ਨੇ ਮਾਣ ਸਨਮਾਨ ਦਿੱਤਾ, ਔਰ ਸਾਡੀ ਨੌਜਵਾਨ ਪੀੜ੍ਹੀ ਉਹ ਵੀ ਬਾਬਾ ਬੰਤਾ ਸਿੰਘ ਜੀ ਤੋਂ ਬਹੁਤ ਪ੍ਰਭਾਵਿਤ ਹੈ। ਨੌਜਵਾਨਾਂ ਦੀ ਖਾਸ ਇਹ ਮੰਗ ਹੁੰਦੀ ਹੈ ਕਿ ਸਾਡੇ ਨਗਰਾਂ ਸ਼ਹਿਰਾਂ ਵਿੱਚ ਬਾਬਾ ਬੰਤਾ ਸਿੰਘ ਜੀ ਜ਼ਰੂਰ ਆਉਣ। ਸੋ ਸਾਧ ਸੰਗਤ ਜੀ, ਕਹਿਣ ਤੋਂ ਭਾਵ ਬਾਬਾ ਅਮਰਜੀਤ ਸਿੰਘ ਜੀ ਨੇ ਆਪਣੇ ਵੱਡੇ ਸਪੁੱਤਰ ਬਾਬਾ ਬੰਤਾ ਸਿੰਘ ਜੀ ਨੂੰ ਪੰਥ ਦੀ ਸੇਵਾ ਵਿੱਚ ਹਾਜ਼ਰ ਕੀਤਾ, ਛੋਟੇ ਸਪੁੱਤਰ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ ਨੂੰ ਦਮਦਮੀ ਟਕਸਾਲ ਵਿੱਚ ਵਿੱਦਿਆ ਪੜ੍ਹਨ ਵਾਸਤੇ ਭੇਜਿਆ, ਔਰ ਨਾਲ ਉਹਨਾਂ ਨੇ ਤਾਕੀਦ ਕੀਤੀ ਕਿ ਜਥੇਬੰਦੀ ਵਿੱਚ ਰਹਿ ਕੇ ਜੋ ਜਥੇਬੰਦੀ ਵੱਲੋਂ ਸੇਵਾਵਾਂ ਲੱਗਣ ਉਹ ਸੇਵਾਵਾਂ ਤਤਪਰ ਹੋ ਕੇ ਕਰਨੀਆਂ। ਸਾਧ ਸੰਗਤ ਜੀ, ਮੈਨੂੰ ਉਹਨਾਂ ਦੇ ਬਚਨ ਬੜੇ ਕਈ ਵਾਰੀ ਯਾਦ ਆ ਕੇ ਬੜਾ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਦਾਨੇ ਮਹਾਂਪੁਰਸ਼ਾਂ ਦੇ ਜਿਹੜੇ ਬਚਨ ਹੈ ਬੰਦੇ ਦੀ ਜ਼ਿੰਦਗੀ ਵਿੱਚ ਬੜੀ ਅਗਵਾਈ ਕਰਦੇ ਹੈ। ਬਾਬਾ ਅਮਰਜੀਤ ਸਿੰਘ ਜੀ ਨੇ ਗਿਆਨੀ ਜੀਵਾ ਸਿੰਘ ਜੀ ਨੂੰ ਜਦੋਂ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਅਕਾਲ ਚਲਾਣਾ ਕਰ ਗਏ, ਉਦੋਂ ਸਾਰੇ ਜਥੇ ਵਿੱਚ ਬੜੇ ਵੈਰਾਗ ਦੇ ਦਿਨ ਸਨ, ਬੜੀ ਉਪਰਾਮਤਾ ਸ਼ਾਈ ਹੋਈ ਸੀ, ਔਰ ਗਿਆਨੀ ਜੀਵਾ ਸਿੰਘ ਜੀ ਨੂੰ ਆਪਣੇ ਕੋਲੇ ਬੁਲਾਇਆ, ਬੁਲਾ ਕੇ ਕਹਿਣ ਲੱਗੇ ਉਪਰਾਮ ਹੋਣ ਦੀ ਲੋੜ ਨਹੀਂ, ਕਿਤੇ ਹੋਰ ਜਾਣ ਦਾ ਜਾਂ ਇੱਥੇ ਆਉਣ ਦਾ ਮੁੰਡੇ ਪਿੰਡ ਆਉਣ ਦਾ ਮਨ ਵਿੱਚ ਖਿਆਲ ਨਹੀਂ ਕਰਨਾ, ਜਥੇਬੰਦੀ ਵਿੱਚ ਰਹਿ ਕੇ ਸੇਵਾ ਕਰਨੀ ਹੈ, ਔਰ ਪੂਰੀ ਦ੍ਰਿੜਤਾ ਨਾਲ ਸੇਵਾ ਕਰਨੀ ਹੈ, ਸਮਰਪਿਤ ਭਾਵਨਾ ਨਾਲ ਸੇਵਾ ਕਰਨੀ ਹੈ। ਔਰ ਜੇ ਜਥੇਬੰਦੀ ਦੇ ਵਿੱਚ ਨੇੜੇ ਲੱਗ ਕੇ ਸੇਵਾ ਕਰੋਗੇ ਤਾਂ ਕਲਗੀਧਰ ਪਾਤਸ਼ਾਹ ਜੀ ਦੀਆਂ ਬਹੁਤ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਕੌਣ ਮਾਂ ਬਾਪ ਇਹੋ ਜਿਹੀ ਸਿੱਖਿਆ ਦਿੰਦਾ ਆਪਣੇ ਪੁੱਤਰ ਨੂੰ? ਸਾਧ ਸੰਗਤ ਜੀ, ਭਾਵ ਮੋਹ ਨਹੀਂ ਕੀਤਾ ਮਨ ਵਿੱਚ, ਕੋਈ ਇੱਛਾ ਨਹੀਂ ਕੀਤੀ, ਉਲਟਾ ਇਹੋ ਹੀ ਪ੍ਰੇਰਨਾ ਦਿੱਤੀ ਔਰ ਇਹੋ ਹੀ ਨੇਕ ਸਲਾਹ ਦਿੱਤੀ ਕਿ ਜਥੇਬੰਦੀ ਵਿੱਚ ਰਹਿ ਕੇ ਸੇਵਾ ਕਰੋ। ਸਾਧ ਸੰਗਤ ਜੀ, ਉਹਨਾਂ ਦੇ ਬਚਨਾਂ ਦੀ ਇਹ ਕਿਰਪਾ ਹੋਈ ਕਿ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ ਨੂੰ ਜਥੇਬੰਦੀ ਵਿੱਚੋਂ ਬਹੁਤ ਵੱਡੀ ਗੁਰਮਤਿ ਦੀ ਵਿੱਦਿਆ ਪ੍ਰਾਪਤ ਹੋਈ ਹੈ।
ਸੋ ਉਹਨਾਂ ਨੇ ਆਪਣੇ ਪਰਿਵਾਰ ਨੂੰ ਪੰਥ ਨੂੰ ਸਮਰਪਿਤ ਕਰ ਦਿੱਤਾ। ਕੌਣ ਕਰਦਾ ਅੱਜ ਦੇ ਸਮੇਂ ਵਿੱਚ? ਪਰ ਉਹਨਾਂ ਨੇ ਦੋਨੋਂ ਸਪੁੱਤਰ ਗੁਰੂ ਘਰ ਦੀ ਪੰਥ ਦੀ ਸੇਵਾ ਵਿੱਚ ਸਮਰਪਿਤ ਕੀਤੇ ਹਨ। ਸੋ ਸਾਧ ਸੰਗਤ ਜੀ, ਐਸੇ ਉਹ ਮਹਾਂਪੁਰਖ ਸਨ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਜੁੜ ਕੇ ਬੈਠੇ ਹਾਂ। ਉਹਨਾਂ ਨੇ ਜੀਵਨ ਵਿੱਚ ਸੇਵਾ ਕੀਤੀ, ਪਰ ਉਪਕਾਰ ਕੀਤਾ ਔਰ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਕ ਬਣ ਕੇ, ਸੇਵਾਦਾਰ ਬਣ ਕੇ ਸੇਵਾ ਦੀ ਕਮਾਈ ਕੀਤੀ। ਐਡੀ ਵੱਡੀ ਉਹਨਾਂ ਨੇ ਨਿਮਰਤਾ ਆਪਣੇ ਜੀਵਨ ਵਿੱਚ ਰੱਖੀ। ਸੋ ਐਸੇ ਮਹਾਂਪੁਰਖਾਂ ਦੀ ਸਾਲਾਨਾ ਯਾਦ ਵਿੱਚ ਤੁਸੀਂ ਜੁੜ ਕੇ ਬੈਠੇ ਹੋ। ਦੂਸਰਾ, ਜਿਵੇਂ ਚੇਅਰਮੈਨ ਸਾਹਿਬ ਇੱਕ ਬੇਨਤੀ ਕਰਕੇ ਗਏ ਹੈ ਕਿ ਅੱਜ ਦੇ ਸਮੇਂ ਵਿੱਚ ਕੌਮ ਦੇ ਅੰਦਰ ਬਹੁਤ ਵੱਡਾ ਇੱਕ ਕੁਝ ਸ਼ਕਤੀਆਂ ਵੱਲੋਂ, ਕੁਝ ਏਜੰਸੀਆਂ ਵੱਲੋਂ ਕੁਝ ਐਸੇ ਅਨਸਰ ਜੋ ਪੰਥ ਦੀ ਚੜ੍ਹਦੀ ਕਲਾ ਨਹੀਂ ਦੇਖਣਾ ਚਾਹੁੰਦੇ, ਉਹਨਾਂ ਵੱਲੋਂ ਕੌਮ ਵਿੱਚ ਬਹੁਤ ਵੱਡੇ ਪਾੜੇ ਪਾਏ ਜਾ ਰਹੇ ਹੈ। ਕੌਮ ਵਿੱਚ ਬੜੀ ਵੱਡੀ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਸਾਧ ਸੰਗਤ ਜੀ, 1930 ਤੋਂ ਬਾਅਦ ਵੀ ਇੱਕ ਸਮਾਂ ਆਇਆ ਸੀ ਇਹੋ ਜਿਹੇ ਲੋਕ ਪੰਥ ਵਿੱਚ ਉੱਠੇ ਸਨ ਜਿਨ੍ਹਾਂ ਨੂੰ ਉਹ ਸਮੇਂ ਦੀ ਅੰਗਰੇਜ਼ ਸਰਕਾਰ ਦੀ ਬੜੀ ਸ਼ੈ ਸੀ। ਹਮਲੇ ਉਦੋਂ ਵੀ ਹੋਏ ਸਨ, ਪਰ ਉਹ ਸਮੇਂ ਸਮੁੱਚੀਆਂ ਸਿੱਖ ਸੰਪਰਦਾਵਾਂ ਨੇ, ਸੰਤਾਂ ਮਹਾਂਪੁਰਖਾਂ ਨੇ, ਸਿੱਖ ਜਥੇਬੰਦੀਆਂ ਨੇ, ਸਿੰਘ ਸਭਾਵਾਂ ਨੇ, ਚੀਫ ਖਾਲਸਾ ਦੀਵਾਨ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਆਗੂਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਬੜਾ ਵੱਡਾ ਹੰਭਲਾ ਮਾਰ ਕੇ ਕੌਮ ਨੂੰ ਇੱਕ ਥਾਂ ਇਕੱਤਰ ਕੀਤਾ ਔਰ ਕੌਮ 'ਤੇ ਮਾਰੂ ਹਮਲਿਆਂ ਨੂੰ ਰੋਕਣ ਲਈ ਵਿਉਂਤਬੰਦੀ ਉਲੀਕੀ, ਵਿਉਂਤਬੰਦੀ ਬਣਾਈ ਔਰ ਹਰ ਪੱਖ ਤੋਂ ਪੰਥ ਵਿਰੋਧੀ ਸ਼ਕਤੀਆਂ ਨੂੰ ਮੂੰਹ ਤੋੜ ਜਵਾਬ ਦਿੱਤੇ ਸਨ। ਉਹਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ ਨੇ ਆਪਣੀ ਕਲਮ ਇੰਨੀ ਚਲਾਈ, ਐਡਾ ਵੱਡਾ ਸਾਹਿਤ ਲਿਖਿਆ ਔਰ ਉਹਨਾਂ ਲੋਕਾਂ ਨੂੰ ਬਾਦਲੀਲ ਮੂੰਹ ਤੋੜ ਜਵਾਬ ਦਿੱਤੇ, ਜਿਸ ਦੇ ਫਲਸਰੂਪ ਉਹਨਾਂ ਲੋਕਾਂ ਦੇ ਜਿਹੜੇ ਉਦੇਸ਼ ਸਨ, ਜਿਹੜੀਆਂ ਉਹਨਾਂ ਲੋਕਾਂ ਦੀਆਂ ਚਾਲਾਂ ਸਨ ਪੰਥ ਨੂੰ ਖੇਰੂ ਖੇਰੂ ਕਰਨ ਦੀਆਂ, ਉਹਨਾਂ ਨੂੰ ਪੂਰਨ ਤੌਰ 'ਤੇ ਠੱਲ ਪਾਈ। ਕੌਮ ਨੇ ਦੀਵਾਰ ਬਣ ਕੇ ਉਹਨਾਂ ਸ਼ਕਤੀਆਂ ਨੂੰ ਰੋਕਿਆ। ਅੱਜ ਦੇ ਸਮੇਂ ਵਿੱਚ ਵੀ ਐਸੇ ਹਾਲਾਤ ਪਿਛਲੇ ਕੁਝ ਸਾਲਾਂ ਤੋਂ ਬਣਾਏ ਗਏ ਹੈ। ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਿਸ਼ਾਨਾ ਬਣਾਇਆ ਜਾਂਦਾ, ਕਦੇ ਦਸਮ ਪਾਤਸ਼ਾਹ ਜੀ ਦੀ ਬਾਣੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ, ਅਰਦਾਸ ਨੂੰ ਵੀ, ਅੰਮ੍ਰਿਤ ਸੰਚਾਰ ਨੂੰ ਵੀ, ਗੁਰੂ ਕੇ ਅਸਥਾਨਾਂ ਨੂੰ ਵੀ, ਗੁਰੂ ਕੇ ਤਖਤਾਂ ਨੂੰ ਵੀ, ਸਿੱਖ ਪਰੰਪਰਾਵਾਂ ਨੂੰ ਵੀ, ਸਿੱਖੀ ਸਿਧਾਂਤਾਂ ਨੂੰ ਵੀ ਅੱਜ ਭੰਡਿਆ ਜਾ ਰਿਹਾ ਔਰ ਬੜੇ ਟੇਢੇ ਢੰਗ ਦੇ ਨਾਲ ਇਹ ਲੋਕ ਦਾਅਵਾ ਕਰਦੇ ਹੈ ਕਿ ਅਸੀਂ ਬੜੇ ਕੌਮ ਦੇ, ਸਿੱਖ ਪੰਥ ਦੇ ਤੱਤ ਦੇ ਪ੍ਰਚਾਰਕ ਹੈ। ਆਖੇ ਸਭ ਤੋਂ ਵੱਡਾ ਸਿੱਖੀ ਦਾ ਜਿਹੜਾ ਤੱਤ ਪ੍ਰਚਾਰ ਕਰਨ ਵਾਲਾ ਉਹ ਸਾਡੇ ਕੋਲ ਹੀ ਅਧਿਕਾਰ ਹੈ, ਅਸੀਂ ਕੌਮ ਦੇ
ਸਿੱਖੀ ਦੇ ਤੱਤ ਪ੍ਰਚਾਰਕ ਹਾਂ। ਹਾਲਾਂਕਿ ਉਹ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਹੈ, ਕੌਮ ਦੇ ਸਿਧਾਂਤਾਂ ਨੂੰ ਆਏ ਦਿਨ ਉਹ ਲੋਕ ਚੁਣੌਤੀ ਦੇ ਰਹੇ ਹੈ। ਸੋ ਖਾਲਸਾ ਜੀ, ਮੈਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ, ਸਿੱਖ ਸੰਪਰਦਾਵਾਂ ਨੂੰ, ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੂੰ, ਮਹਾਂਪੁਰਖਾਂ ਨੂੰ, ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਇਹ ਸਮਾਂ ਚੁੱਪ ਕਰਕੇ ਬੈਠਣ ਦਾ ਨਹੀਂ। ਸਾਡਾ ਇੱਕ ਸੁਭਾਅ ਬਣ ਗਿਆ ਜਾਂ ਸਾਡੇ ਵਿੱਚ ਇੱਕ ਐਸਾ ਖਿਆਲ ਪੈਦਾ ਹੋ ਗਿਆ ਕਿ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਂਦੇ ਹਾਂ, ਔਰ ਦੂਸਰੀ ਗੱਲ ਅਸੀਂ ਇੱਕ ਐਸੀ ਸੋਚ ਸਾਡੇ ਅੰਦਰ ਪ੍ਰਵੇਸ਼ ਕਰ ਗਈ ਕਿ ਸਾਨੂੰ ਕੀ ਲੱਗੇ, ਸਾਨੂੰ ਕੋਈ ਪਰਸਨਲ ਥੋੜ੍ਹੋ ਕੋਈ ਗੱਲ ਕਰਦਾ, ਇਹ ਕਾਰਜ ਜਿਨ੍ਹਾਂ ਦਾ ਹੈ ਉਹ ਕਰਨ। ਸਾਧ ਸੰਗਤ ਜੀ, ਜਿਹੜੀ ਐਸੀ ਸੋਚ ਹੈ ਨਾ, ਐਸੀ ਵਿਚਾਰ ਹੈ ਜਾਂ ਇਹੋ ਜਿਹੇ ਖਿਆਲ ਸਾਡੇ ਮਨ ਵਿੱਚ ਜਦੋਂ ਆਉਂਦੇ ਹੈ, ਇਹ ਕੌਮ ਲਈ ਇੱਕ ਦਿਨ ਬੜੇ ਘਾਤਕ ਸਾਬਤ ਹੋਣਗੇ। ਮੇਰੀ ਇਹ ਬੇਨਤੀ ਹੈ, ਜਿਵੇਂ ਉਦੋਂ ਸਾਰੇ ਪੰਥ ਨੇ ਇੱਕਜੁੱਟ ਹੋ ਕੇ ਉਹਨਾਂ ਸ਼ਕਤੀਆਂ ਨੂੰ ਜਵਾਬ ਦਿੱਤੇ ਸਨ, ਅੱਜ ਵੀ ਸਾਨੂੰ ਇੱਕਜੁੱਟ ਹੋ ਕੇ ਉਹਨਾਂ ਦਾ ਮੁਕਾਬਲਾ ਕਰਨਾ ਪਏਗਾ, ਲਿਖਤੀ ਰੂਪ ਵਿੱਚ ਵੀ, ਪ੍ਰਚਾਰਕ ਰੂਪ ਦੇ ਵਿੱਚ ਵੀ, ਅਤੇ ਸੰਗਤਾਂ ਨੂੰ ਸੁਚੇਤ ਕਰਨ ਵਿੱਚ ਵੀ। ਸਾਨੂੰ ਸਾਰਿਆਂ ਨੂੰ ਤਕੜਿਆਂ ਹੋ ਕੇ ਉਹਨਾਂ ਸ਼ਕਤੀਆਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਜਿਹੜੀਆਂ ਸ਼ਕਤੀਆਂ ਅੱਜ ਕੌਮ ਨੂੰ ਧਾਰਮਿਕ ਤੌਰ 'ਤੇ ਵੀ ਖੇਰੂ ਖੇਰੂ ਕਰਨੀਆਂ, ਔਰ ਕੌਮ ਦੀ ਰਾਜਸੀ ਸ਼ਕਤੀ ਲਈ ਵੀ ਉਹ ਚੁਣੌਤੀ ਬਣੀਆਂ ਹੋਈਆਂ ਹਨ। ਸਾਨੂੰ ਖੇਰੂ ਖੇਰੂ ਕਰਕੇ ਕੌਮ ਦੀ ਰਾਜਸੀ ਸ਼ਕਤੀ ਨੂੰ ਵੀ ਇੱਕਮੁੱਠ ਨਹੀਂ ਹੋਣ ਦੇਣਾ ਚਾਹੁੰਦੇ, ਧਾਰਮਿਕ ਸ਼ਕਤੀ ਨੂੰ ਵੀ ਇੱਕ ਕੇਂਦਰਿਤ ਨਹੀਂ ਹੋਣ ਦੇਣਾ ਚਾਹੁੰਦੇ। ਸਾਡੇ ਤਖਤਾਂ ਨੂੰ ਵੀ ਉਹਨਾਂ ਨੇ ਬੜੀ ਵੱਡੀ ਅੱਜ ਚੁਣੌਤੀ ਦਿੱਤੀ ਹੋਈ ਹੈ। ਸਿੰਘ ਸਾਹਿਬਾਨਾਂ ਨੂੰ ਵੀ ਨੀਵਾਂ ਦਿਖਾਉਣ ਦੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਸੋ ਉਹਨਾਂ ਸ਼ਕਤੀਆਂ ਦਾ ਮੁਕਾਬਲਾ ਆਪਾਂ ਨੂੰ ਬੜੀ ਸਿਆਣਪ ਨਾਲ, ਦੂਰ ਅੰਦੇਸ਼ੀ ਨਾਲ, ਇੱਕਜੁੱਟ ਹੋ ਕੇ ਕਰਨ ਦੀ ਲੋੜ ਹੈ। ਜਿਹੜੇ ਲੋਕ ਕੌਮ ਵਿੱਚ ਦੁਬਧਾ ਪਾ ਰਹੇ ਹੈ, ਉਹਨਾਂ ਲੋਕਾਂ ਨੂੰ ਕੌਮ ਦੇ ਵਿੱਚ ਨਸ਼ਰ ਵੀ ਕਰੀਏ, ਔਰ ਕੌਮ ਨੂੰ ਸੁਚੇਤ ਵੀ ਕਰੀਏ, ਔਰ ਆਪਣੀ ਕੌਮ ਦਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਭਵਿੱਖ ਹੈ, ਜੋ ਸਾਨੂੰ ਕਲਗੀਧਰ ਪਾਤਸ਼ਾਹ ਬਾਣੀ ਬਾਣਾ ਮਰਿਆਦਾ ਬਖਸ਼ ਕੇ ਸਾਡੇ 'ਤੇ ਮਹਾਨ ਰਹਿਮਤਾਂ ਕਰਕੇ ਗਏ ਹੈ, ਉਸ ਉੱਤੇ ਬਹੁਤਾ ਸਮਾਂ ਨਹੀਂ ਲੈਣਾ। ਸਾਧ ਸੰਗਤ ਜੀ, 6 ਜੂਨ ਪਰਸੋਂ ਨੂੰ ਇਸ ਸ਼ਹੀਦੀ ਘੱਲੂਘਾਰੇ ਦਾ ਸਭ ਤੋਂ ਵੱਡਾ ਦਿਹਾੜਾ ਹੈ। 8 ਵਜੇ ਤੋਂ ਲੈ ਕੇ ਲਗਭਗ 8:30 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਮਹਾਂਪੁਰਖਾਂ ਨੂੰ ਅਤੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਦਿਹਾੜੇ ਦੀ ਅਰਦਾਸ ਹੁੰਦੀ ਹੈ, ਔਰ ਉੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਮੁੱਖ ਰੂਪ ਦੇ ਵਿੱਚ ਇਹ ਦਿਹਾੜਾ ਬੜੀ ਸ਼ਰਧਾ ਨਾਲ, ਸਤਿਕਾਰ ਨਾਲ ਮਨਾਇਆ ਜਾਂਦਾ। ਔਰ ਸਾਰੀ ਕੌਮ ਨੂੰ ਮੇਰੀ ਅਪੀਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਆਪਾਂ ਏਕਤਾ ਦਾ ਸਬੂਤ ਦਿੰਦੇ ਹੋਏ, ਔਰ ਆਪਸੀ ਪਿਆਰ ਦਾ ਸਬੂਤ ਦਿੰਦੇ ਹੋਏ, ਬੜੀ ਸ਼ਾਂਤੀ ਨਾਲ ਇਹ ਦਿਹਾੜਾ ਮਨਾਈਏ। ਔਰ ਉਸ ਤੋਂ ਉਪਰੰਤ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਇਹ ਦਿਹਾੜਾ ਪਿਛਲੇ 1 ਜੂਨ
ਅਪ੍ਰੈਲ ਤੋਂ ਇਹ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮਾਂ ਦੀਆਂ ਹਨ ਔਰ 6 ਜੂਨ ਨੂੰ 9 ਵਜੇ 9:30 ਵਜੇ ਅਖੰਡ ਪਾਠ ਸਾਹਿਬਾਨਾਂ ਦੇ ਭੋਗ ਪੈਣਗੇ, ਉਸ ਤੋਂ ਉਪਰੰਤ ਦੀਵਾਨ ਸਜਣਗੇ। ਇਸ ਇਲਾਕੇ ਵਿੱਚੋਂ ਜਿਵੇਂ ਹਰ ਸਾਲ ਬਾਬਾ ਬੰਤਾ ਸਿੰਘ ਜੀ ਵੱਲੋਂ ਸੰਗਤਾਂ ਨੂੰ ਲਿਜਾਣ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਂਦੇ ਹੈ, ਸੋ ਤੁਸੀਂ ਸਾਰੀਆਂ ਸੰਗਤਾਂ ਨੇ ਹੁੰਮ ਹੁਮਾ ਕੇ 6 ਜੂਨ ਨੂੰ ਪਰਸੋਂ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਸਮਾਗਮਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ, ਬੇਨਤੀ ਪ੍ਰਵਾਨ ਕਰਨੀ ਹੈ। ਸਾਧ ਸੰਗਤ ਜੀ, ਅੰਮ੍ਰਿਤ ਸੰਚਾਰ ਹੋ ਰਿਹਾ, ਜਿਨ੍ਹਾਂ ਮਾਈਆਂ ਭਾਈਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਮਨ ਬਣਾਓ ਅਤੇ 5 ਪਿਆਰਿਆਂ ਦੇ ਪਾਸ ਪਹੁੰਚ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਕੇਸ ਕਟਾਏ ਹੈ ਸਾਬਤ ਸੂਰਤ ਕੇਸ ਰੱਖੋ, ਛੋਟੇ ਛੋਟੇ ਬੱਚਿਆਂ ਦੇ ਕੇਸ ਨਹੀਂ ਕੱਟਣੇ, ਇਹ ਮਾਵਾਂ ਦੀ ਜ਼ਿੰਮੇਵਾਰੀ ਹੈ, ਮਾਪਿਆਂ ਦਾ ਫਰਜ਼ ਹੈ ਕਿ ਸਿੱਖ ਪਰਿਵਾਰਾਂ ਦੇ ਵਿੱਚ ਪੈਦਾ ਹੋਏ ਬੱਚਿਆਂ ਦੇ ਕੇਸ ਅਸੀਂ ਸੰਭਾਲ ਕੇ ਰੱਖੀਏ ਔਰ ਬੱਚਿਆਂ ਦੇ ਕੇਸਾਂ ਨੂੰ ਭੁੱਲ ਕੇ ਵੀ ਕੈਂਚੀ ਨਾ ਲਾਈਏ। ਇਹ ਬੇਨਤੀ ਪ੍ਰਵਾਨ ਕਰਨੀ ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰਨਾ। ਇਸ ਸਮੇਂ ਮਹਾਂਪੁਰਖ ਬ੍ਰਹਮ ਗਿਆਨੀ ਬਹਾਦਰ ਧੰਨ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਅੰਸ ਮੰਸ, ਮਹਾਂਪੁਰਖ ਜਥੇਦਾਰ ਬਾਬਾ ਗੁਰਬਚਨ ਸਿੰਘ ਜੀ ਦਲ ਪੰਥ ਜਥੇਬੰਦੀ ਸੁਰ ਸਿੰਘ ਵਾਲੇ ਉਚੇਚੇ ਤੌਰ 'ਤੇ ਉਹ ਇਹਨਾਂ ਸਮਾਗਮਾਂ ਵਿੱਚ ਬੜੇ ਲੰਮੇ ਸਮੇਂ ਤੋਂ ਹਾਜ਼ਰੀ ਭਰ ਰਹੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਆਪਣੇ ਇਸ ਇਲਾਕੇ ਦੀ ਬਹੁਤ ਸਤਿਕਾਰਤ ਸ਼ਖਸੀਅਤ ਜਥੇਦਾਰ ਸਰਦਾਰ ਗੁਰਬਚਨ ਸਿੰਘ ਜੀ ਕਰਮੂ ਵਾਲਾ, ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹਿਬ ਵਾਲੇ, ਸੰਤ ਬਾਬਾ ਕਰਮਜੀਤ ਸਿੰਘ ਜੀ, ਸੰਤ ਬਾਬਾ ਬਲਬੀਰ ਸਿੰਘ ਜੀ ਗੁਰਦੁਆਰਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਾਲੇ, ਇਸ ਤੋਂ ਇਲਾਵਾ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਅਤੇ ਹੋਰ ਵੀ ਮਹਾਂਪੁਰਖ। ਸਾਧ ਸੰਗਤ ਜੀ, ਸਿੱਖ ਕੌਮ ਦਾ ਮਹਾਨ ਸ਼ਹੀਦਾਂ ਦਾ ਪਰਿਵਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ ਅਤੇ ਚੱਕ ਰਾਜੂ ਬਹੁਤ ਹੀ ਸਨਮਾਨਯੋਗ ਅਮਰ ਸ਼ਹੀਦ ਗਿਆਨੀ ਜੋਗਿੰਦਰ ਸਿੰਘ ਜੀ ਦੇ ਧਰਮ ਸੁਪਤਨੀ ਮਾਤਾ ਕੁਲਵੰਤ ਕੌਰ ਜੀ ਪਹੁੰਚੇ ਹੈ, ਕਨੇਡਾ ਤੋਂ ਭਾਈ ਸਰਬਜੀਤ ਸਿੰਘ ਜੀ, ਭਾਈ ਮਨਧੀਰ ਸਿੰਘ ਜੀ ਪਹੁੰਚੇ ਹਨ, ਦਿੱਲੀ ਤੋਂ ਬੜੀਆਂ ਸੰਗਤਾਂ ਪਹੁੰਚੀਆਂ ਹਨ, ਸ਼ਹੀਦ ਪਰਿਵਾਰ ਪਹੁੰਚੇ ਹੈ, ਬੰਬੇ ਤੋਂ ਬੇਅੰਤ ਸੰਗਤ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰ ਰਹੀ ਹੈ, ਜਿੰਨੀਆਂ ਵੀ ਸੰਗਤਾਂ ਪਹੁੰਚੀਆਂ, ਸਤਿਕਾਰਤ ਹਸਤੀਆਂ ਪਹੁੰਚੀਆਂ, ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਮਾਤਾ ਕੁਲਵੰਤ ਕੌਰ ਜੀ, ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ, ਗਿਆਨੀ ਜੀਵਾ ਸਿੰਘ ਜੀ, ਸਾਰੇ ਪਰਿਵਾਰ ਦਾ ਹੀ ਬਹੁਤ ਬਹੁਤ ਧੰਨਵਾਦ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਬਾਬਾ ਅਮਰਜੀਤ ਸਿੰਘ ਜੀ ਦੇ ਜੀਵਨ ਪਰ ਸਾਂਝ ਪਾਈ ਹੈ। ਸੋ ਹੁਣ ਮੈਂ ਬੇਨਤੀ ਕਰਾਂ ਬਾਬਾ ਬੰਤਾ ਸਿੰਘ ਜੀ ਔਰ ਸੰਤ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਸ਼
ਕਿ ਉਹ ਜੋ ਗੁਰੂ ਘਰ ਦੀ ਦਾਤ ਸਿਰੋਂ ਪਾਵ ਦੀ ਬਖਸ਼ਿਸ਼ ਆ ਉਹ ਮਹਾਂਪੁਰਸ਼ਾਂ ਨੂੰ ਦੇਣਾ। ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਮੈਂ ਨਾਲ ਹੀ ਬੇਨਤੀ ਕਰਾਂ ਕਿ ਸੰਤ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਨੂੰ ਜਿਹੜੇ ਸਿਰੋਂ ਪਾਵ ਦੀ ਦਾਤ ਆ ਉਹ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਬਾਬਾ ਬੰਤਾ ਸਿੰਘ ਜੀ ਮਹਾਂਪੁਰਸ਼ਾਂ ਨੂੰ ਵੀ ਜੋ ਸਿਰੋਂ ਪਾਵ ਦੀ ਦਾਤ ਬਖਸ਼ਣ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ ਉਹ ਵੀ ਸਿਰੋਂ ਪਾਵ ਦੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮਹਾਂਪੁਰਸ਼। ਬੋਲੇ ਸੋ ਨਿਹਾਲ ਸੰਤਾਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਜੀ ਉਹ ਵੀ ਮਹਾਂਪੁਰਸ਼ਾਂ ਦੇ ਪਾਸੋਂ ਸਿਰੋਂ ਪਾਵ ਦੀ ਦਾਤ ਪ੍ਰਾਪਤ ਕਰਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਾਬਾ ਸੱਜਣ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਆ ਕਿ ਮਹਾਂਪੁਰਸ਼ਾਂ ਦੇ ਪਾਸੋਂ ਸਿਰੋਂ ਪਾਵ ਦੀ ਦਾਤ ਪ੍ਰਾਪਤ ਕਰ ਲੈਣ ਬਾਬਾ ਸੱਜਣ ਸਿੰਘ ਜੀ ਬੇਰ ਸਾਹਿਬ ਵਾਲੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਾਬਾ ਗੱਜਣ ਸਿੰਘ ਜੀ ਬਾਬਾ ਚੋਜਾ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਆ। ਭਾਈ ਗੁਰਪ੍ਰੀਤ ਸਿੰਘ ਜੀ ਬਠਿੰਡੇ ਤੋਂ ਉਹਨਾਂ ਨੂੰ ਵੀ ਬੇਨਤੀ ਆ ਕਿ ਮਹਾਂਪੁਰਸ਼ਾਂ ਦੇ ਪਾਸੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਵ ਦੀ ਦਾਤ ਪ੍ਰਾਪਤ ਕਰਨ ਜੀ। ਸੋ ਇਸੇ ਤਰ੍ਹਾਂ ਗਿਆਨੀ ਸਰੂਪ ਸਿੰਘ ਜੀ ਗੁਰਦੁਆਰਾ ਭੱਟ ਸਾਹਿਬ ਤੋਂ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਸਿਰੋਂ ਪਾਵ ਦੀ ਦਾਤ ਮਹਾਂਪੁਰਸ਼ਾਂ ਦੇ ਪਾਸੋਂ ਪ੍ਰਾਪਤ ਕਰ ਲੈਣ। ਸੋ ਇਹਨਾਂ ਮਹਾਂਪੁਰਸ਼ਾਂ ਨੂੰ ਬੇਨਤੀ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਾਬਾ ਚੋਜਾ ਸਿੰਘ ਜੀ ਉਹਨਾਂ ਨੂੰ ਬੇਨਤੀ ਸਰੂਪ ਆਪ ਦੀ ਦਾਤ ਪ੍ਰਾਪਤ ਕਰੋ। ਬਾਬੇ ਮਾਲੂ ਵਾਲੀਏ ਮਹਾਂਪੁਰਖ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਿਰੋਂ ਪਾਵ ਦੀ ਦਾਤ ਪ੍ਰਾਪਤ ਕਰ ਲੈਣ। ਗਿਆਨੀ ਗੁਰਦੀਪ ਸਿੰਘ ਜੀ ਮੁਦਕੀ ਤੋਂ ਉਹਨਾਂ ਨੂੰ ਵੀ ਬੇਨਤੀ ਆ ਮਹਾਂਪੁਰਸ਼ਾਂ ਦੇ ਪਾਸੋਂ ਸਿਰੋਂ ਪਾਵ ਦੀ ਦਾਤ ਪ੍ਰਾਪਤ ਕਰਨ। ਬੋਲੇ ਸੋ ਨਿਹਾਲ ਸਤਿ ਸ੍ਰੀ। ਬਾਬਾ ਘੋਲਾ ਸਿੰਘ ਜੀ ਤਿੰਨਾਂ ਦੇ ਭਰਾਤਾ ਬਾਬਾ ਕਸ਼ਮੀਰ ਸਿੰਘ ਜੀ ਤਿੰਨਾਂ ਨੂੰ ਬੇਨਤੀ ਉਹ ਵੀ ਸਿਰੋਂ ਪਾਵ ਦੀ ਦਾਤ ਪ੍ਰਾਪਤ ਕਰਨ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਗੁਰਸੰਗਤ ਜੀ ਇਹ ਸਾਨੂੰ ਸੰਤ ਮਹਾਂਪੁਰਸ਼ ਮਾਣਯੋਗ ਸ਼ਖਸੀਅਤਾਂ ਜੋ ਸਟੇਜ ਉੱਪਰ ਸੁਭਾਏਮਾਨ ਲੰਮੇ ਸਮੇਂ ਤੋਂ ਹਾਜ਼ਰੀਆਂ ਭਰੀਆਂ ਨੇ ਮਹਾਂਪੁਰਸ਼ਾਂ ਨੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਗੁਰਬਚਨ ਸਿੰਘ ਜੀ ਕਰਮਵਾਲਾ ਉਹਨਾਂ ਨੂੰ ਵੀ ਸਿਰੋਂ ਪਾਵ ਦੀ ਦਾਤ ਦੇ ਦਿੱਤੀ ਆ। ਸੋ ਮੈਂ ਟਿੱਬਾ ਸਾਹਿਬ ਵਾਲੇ ਮਹਾਂਪੁਰਸ਼ ਉਹ ਵੀ ਬਾਬਾ ਜੀ ਉਹਨਾਂ ਦੇ ਪਾਸੋਂ ਸਿਰੋਂ ਪਾਵ ਦੀ ਦਾਤ ਪ੍ਰਾਪਤ ਕਰ ਲੈਣ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਝੰਡੇਰਾਂ ਵਾਲੇ ਮਹਾਂਪੁਰਖ ਤਿੰਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਬਾਬਾ ਜੀ ਹੁਣਾਂ ਦੇ ਪਾਸੋਂ ਸਿਰੋਂ ਪਾਉ ਦੀ ਦਾਤ ਗੁਰੂ ਘਰ ਦੀ ਜੋ ਬਖਸ਼ਿਸ਼ ਹੈ ਪ੍ਰਾਪਤ ਕਰ ਲੈਣ। ਸੋ ਗੁਰਸੰਗਤ ਜੀ ਇਹ ਸਨ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਸ਼ ਜਿਨ੍ਹਾਂ ਨੇ ਆਪ ਸੰਗਤਾਂ ਨੂੰ 6 ਜੂਨ ਨੂੰ ਮਹਿਤਾ ਸਾਹਿਬ ਪਹੁੰਚਣ ਵਾਸਤੇ ਬੇਨਤੀ ਕੀਤੀ ਹੈ। ਸੋ ਜੋ ਬਾਬਾ ਬੰਤਾ ਸਿੰਘ ਜੀ ਹੁਣਾਂ ਵੱਲੋਂ ਬੱਸਾਂ ਦੇ ਉੱਪਰ ਸੰਗਤਾਂ ਨੂੰ ਖੜਿਆ ਜਾਵੇਗਾ, ਜਿਹੜੇ ਵੀ ਪਿੰਡ ਦੀਆਂ ਸੰਗਤਾਂ ਜਾਂ ਗੁਰਮੁਖ ਪਿਆਰੇ
ਮਹਿਤਾ ਸਾਹਿਬ 6 ਜੂਨ ਨੂੰ ਪਹੁੰਚਣਾ ਚਾਹੁੰਦੇ ਹਨ। ਉਹਨਾਂ ਨੂੰ ਬੇਨਤੀ ਆ ਕਿ ਬਾਬਾ ਜੀ ਉਹਨਾਂ ਨੂੰ ਮਿਲ ਸਕਦੇ ਨੇ। ਸੋ ਮੈਂ ਹੁਣ ਬੇਨਤੀ ਕਰਾਂ ਸਾਡੇ ਬੜੇ ਹੀ ਸਤਿਕਾਰਯੋਗ ਸਰਦਾਰ ਗੁਰਬਚਨ ਸਿੰਘ ਜੀ ਕਰਮੂਵਾਲਾ ਜਨਰਲ ਸਕੱਤਰ, ਉਹ ਕੁਝ ਸਮਾਂ ਵਾਸਤੇ ਆਪ ਸੰਗਤਾਂ ਦੇ ਨਾਲ ਗੁਰਮਤ ਸੁਜੈਦਰ ਸਾਹਿਬ ਹੁਣੀ ਕਹਿੰਦੇ ਕਿ ਪਹਿਲਾਂ ਸਾਡੇ ਬੜੇ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਪ ਸੰਗਤਾਂ ਦੇ ਨਾਲ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਗੁਰ ਸ਼ਬਦ ਦੀ ਵਿਚਾਰ ਕਥਾ ਵਿਚਾਰ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਉਣਗੇ ਜੀ। ਸ਼੍ਰਵਣ ਕਰੀਏ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਬਾਥ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ, ਆਪਾਂ ਜਿਸ ਸਮਾਜ ਵਿੱਚ ਵਿਚਰ ਰਹੇ ਹਾਂ ਇਹਨੂੰ ਸਰਾਂ ਲਿਖਿਆ ਵਿਦਵਾਨਾਂ ਨੇ। ਪੰਜਾਬੀ ਦਾ ਮਹਾਨ ਸ਼ਾਇਰ ਸ਼ਾਹ ਮੁਹੰਮਦ ਬੜੀ ਸੁੰਦਰ ਗੱਲ ਲਿਖਦਾ ਹੈ। ਉਹ ਕਹਿੰਦਾ ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ ਸ਼ਦਾਦ ਨਮਰੂਦ ਫਰਾਉਣ ਜਾਏ ਦਾਵਾ ਬੰਨ ਖੁਦਾ ਘਾ ਗਏ। ਅਕਬਰ ਸ਼ਾਹ ਦੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਪਣਜਾਰਿਆਂ ਪਾ ਗਏ ਸ਼ਾਹ ਮਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾ ਗਏ। ਇਹ ਸੰਸਾਰ ਦੀ ਤਸ਼ਬੀਹ ਸਰਾਂ ਨਾਲ ਕੀਤੀ ਸਰਾਂ ਨਾਲ। ਤੁਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ
ਉੱਥੇ ਤਿੰਨ ਦਿਨ ਸਰਾਮ ਚ ਰਹਿਣ ਦੀ ਆਗਿਆ ਹੈ, ਇਹਦੇ ਤੋਂ ਵੱਧ ਨਹੀਂ। ਮੈਂ ਕੁਝ ਸਮਾਂ ਇਸ ਗੱਲ ਤੇ ਬੜਾ ਪਰੇਸ਼ਾਨ ਰਿਹਾ, ਇਤਰਾਜ਼ ਵੀ ਕੀਤਾ ਕਿ ਇਹ ਗੱਲ ਠੀਕ ਨਹੀਂ, ਪਰ ਗ੍ਰੰਥਾਂ ਨੂੰ ਪੜ੍ਹਨ ਕਰਕੇ ਮੇਰਾ ਸ਼ੰਕਾ ਨਿਵਰਤ ਹੋ ਗਿਆ। ਤੁਸੀਂ ਗੁਰੂ ਰਾਮਦਾਸ ਰਾਮ ਚ ਰਹਿਣਾ ਚਾਹੋ ਤੇ ਤੁਹਾਨੂੰ ਤਿੰਨ ਦਿਨ ਲਈ ਚਾਬੀਆਂ ਮਿਲ ਗਿਆ, ਚੌਥੇ ਦੀ ਨਹੀਂ। ਮੇਰੇ ਮਨ ਵਿੱਚ ਸ਼ੰਕਾ ਸੀ, ਪਰ ਸ਼ੰਕਾ ਇਸ ਕਰਕੇ ਕਿਉਂਕਿ ਮੈਨੂੰ ਸਮਝ ਨਹੀਂ ਸੀ। ਉਹ ਤਿੰਨ ਦਿਨ ਰਹਿਣ ਲਈ ਤਾਂ ਕਿਹਾ ਜਾਂਦਾ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਬਾਲ ਜਵਾਨੀ ਔਰ ਬਿਰਧ ਫੁੱਲ ਤੀਨ ਅਵਸਥਾ ਜਾਣ। ਆਪ ਆਮ ਕਰਕੇ ਵੀ ਪੜ੍ਹਦੇ ਹਾਂ ਕਿ ਦੁਨੀਆਂ ਕੀ ਸੋਭਾ ਚਾਰ ਦਿਹਾੜੇ, ਇੱਥੇ ਚਾਰ ਦਿਨ ਲਿਖਿਆ। ਇਹਦੇ ਮੈਂ ਅਰਥ ਆਪਣੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਕੋਲ ਇਹ ਪੜ੍ਹੇ ਨੇ, ਜਿਦਨ ਸਾਡਾ ਜਨਮ ਹੋਇਆ ਇੱਕ ਦਿਨ ਉਹ, ਇੱਕ ਦਿਨ ਅੱਜ ਦਾ, ਇੱਕ ਜਿਹੜਾ ਕੱਲ ਲੰਘਿਆ ਜਿਹਨੂੰ ਆਪਾਂ ਯੈਸਟਰਡੇ ਕਹਿੰਦੇ ਹਾਂ ਉਹ, ਤੇ ਚੌਥਾ ਗੁਰਮੋਸ ਹੋ ਸਕਦਾ ਕਿ ਟੂ ਮਾਰੋ ਦੀ ਥਾਂ ਤੇ ਸਾਡਾ ਮੌਤ ਦਾ ਦਿਨ ਹੋਵੇ। ਦੁਨੀਆਂ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲ ਬਣਾਏ। ਬਾਬਾ ਅਮਰਜੀਤ ਸਿੰਘ ਦੇ ਬਾਰੇ ਵਿਦਵਾਨਾਂ ਨੇ ਆਪੋ ਆਪਣੇ ਅਨੁਭਵ ਦੇ ਮੁਤਾਬਕ ਜਿਵੇਂ ਜਿਵੇਂ ਮਿਲਾਪ ਹੋਇਆ ਕਿਹਾ। ਇੱਕ ਇਹ ਗੱਲ ਨੂੰ ਰਿਪੀਟ ਕਰਨਾ ਫੱਬਦਾ ਨਹੀਂ, ਪਰ ਫਿਰ ਵੀ ਮੈਂ ਕਹਾਂ ਉਹਨਾਂ ਦਾ ਜੀਵਨ ਇਸ ਤਰ੍ਹਾਂ ਸੀ, ਮੇਰੀ ਛੁਪੇ ਰਹਿਣ ਦੀ ਚਾਹ ਨਾ ਪੂਰੀ ਹੁੰਦੀ। ਮੈਂ ਤਰਲੇ ਪਾ ਰਿਹਾ ਭਾਈ ਵੀਰ ਸਿੰਘ ਦੀ ਲਿਖਤ। ਕਈ ਮਨੁੱਖ ਸੰਸਾਰ ਵਿੱਚ ਆਉਂਦੇ ਨੇ ਔਰ ਉਪਲਾਲਾ ਕਰਦੇ ਨੇ ਕਿ ਮੈਂ ਛੁਪ ਕੇ ਰਹਾਂ, ਪਰ ਹਾਲਾਤ ਉਹਨਾਂ ਨੂੰ ਛੁਪਣ ਨਹੀਂ ਦਿੰਦੇ, ਉਹ ਆਖਰ ਨੰਗੇ ਹੋ ਜਾਂਦੇ ਨੇ। ਜਿਨ੍ਹਾਂ ਨੂੰ ਆਪਾਂ ਚੇਤੇ ਕਰ ਰਹੇ ਹਾਂ, ਇੱਕ ਲਫ਼ਜ਼ ਹੈ ਵਿਸ਼ੇਸ਼ਣ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਐਡਜੈਕਟਿਵ, ਉਸ ਐਡਜੈਕਟਿਵ ਦੇ ਮੁਤਾਬਕ ਉਹਨਾਂ ਨੂੰ ਕਿਤੇ ਗੁਰਮੁਖ ਲਿਖਿਆ ਗਿਆ, ਕਿਤੇ ਉਹਨਾਂ ਨੂੰ ਭਗਤ ਕਰਕੇ ਲਿਖਿਆ ਗਿਆ, ਕਿਤੇ ਬ੍ਰਹਮ ਗਿਆਨੀ ਕਰਕੇ ਲਿਖਿਆ ਗਿਆ, ਕਿਤੇ ਉਹਨਾਂ ਨੂੰ ਸੰਤ ਆਖਿਆ ਗਿਆ, ਕਿਤੇ ਉਹਨਾਂ ਨੂੰ ਸਾਧ ਆਖਿਆ ਗਿਆ, ਇਤ ਆਦਿਕ ਇਹ ਅਪਾਧੀਆਂ ਇਹ ਵਿਸ਼ੇਸ਼ਣ ਹਨ। ਪਰ ਸੰਤ ਕਿਹੋ ਜਿਹਾ, ਇਹਦੇ ਨਾਲ ਇੱਕ ਵਿਦਾਨ ਦੀ ਪੰਕਤੀ ਮੈਂ ਕਿਤੇ ਭੁੱਲ ਨਾ ਜਾਵਾਂ। ਦੁਨੀਆਂ ਦੇ ਕੀਮਤੀ ਪਦਾਰਥਾਂ ਵਿੱਚੋਂ ਸਭ ਤੋਂ ਕੀਮਤੀ ਪਦਾਰਥ ਪਾਰਸ ਹੈ, ਸਭ ਤੋਂ ਕੀਮਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਕਿ ਤਾਂਬਾ ਪਾਰਸ ਪਰਸੀਏ ਹੋਈ ਕੰਚਨ ਸੋਈ, ਸੋਈ ਤਾਂਬਾ ਜਸਤ ਮਿਲ ਪਿੱਤਲ ਅਬਲੋਈ। ਪਾਰਸ ਨਾਲ ਅੱਠ ਧਾਤਾਂ ਵਿੱਚੋਂ ਕੋਈ ਵੀ ਧਾਤੂ ਸ਼ੋਹ ਜਾਏ ਤੇ ਸੋਨਾ ਬਣਾ ਦਿੰਦੀ ਹੈ, ਭਾਵੇਂ ਸ਼ੀਸ਼ਾ ਹੋਵੇ, ਭਾਵੇਂ ਉਹ ਜਿਸਤ ਹੋਵੇ, ਭਾਵੇਂ ਕਲੀ ਹੋਵੇ, ਭਾਵੇਂ ਪਿੱਤਲ ਹੋਵੇ, ਭਾਵੇਂ ਤਾਂਬਾ, ਭਾਵੇਂ ਚਾਂਦੀ, ਪਰ ਪਾਰਸ ਤੋਂ ਅੱਗੇ ਪਾਰਸ ਨਹੀਂ ਬਣਦਾ। ਪਾਰਸ ਅੱਠਾਂ ਧਾਤਾਂ ਦੇ ਵਿੱਚੋਂ ਜਿਹਨੂੰ ਵੀ ਸ਼ੋਹ ਜਾਏ ਸੋਨਾ ਬਣਾ ਦੇਗਾ, ਲੇਕਿਨ ਸੋਨੇ ਤੋਂ ਅੱਗੇ ਸੋਨਾ ਨਹੀਂ ਬਣਦਾ, ਪਾਰਸ ਤੋਂ ਅੱਗੇ ਪਾਰਸ ਨਹੀਂ ਬਣਦਾ। ਵਿਦਾਂਤ ਵਿੱਚ ਇੱਕ ਪੰਕਤੀ ਆਉਂਦੀ, ਕਹਿੰਦੇ ਪਾਰਸ ਮੈਂ ਅਰ ਸੰਤ ਮੈਂ, ਵੱਡੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੇ ਵਹਿ ਕਰੇ ਆਪ ਸਵਾਲ। ਭਾਈ ਦੁਨੀਆਂ ਦੇ ਲੋਕੋ,
ਪਰ ਸੰਤ ਨਾਲੋਂ ਉੱਚਾ ਜੇ ਮਹਾਨ ਜੇ ਕਿਉਂ ਪਾਰਸ ਨੇ ਲੋਹੇ ਨੂੰ ਸੋਨਾ ਬਣਾਇਆ ਪਿੱਤਲ ਨੂੰ ਸੋਨਾ ਬਣਾਇਆ ਪਰ ਪਾਰਸ ਤੋਂ ਪਾਰਸ ਨਹੀਂ ਬਣਿਆ ਜਿਹੜਾ ਸੰਤ ਹੈ ਨਾ ਉਹ ਆਪਣੇ ਤੋਂ ਅੱਗੇ ਸੰਤ ਬਣਾ ਦਿੰਦਾ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਮੇਰੇ ਭਰਾ ਨੇ ਮੈਂ ਇੱਕ ਦਿਨ ਉਹਨਾਂ ਨੂੰ ਗੱਲ ਕਹੀ ਵੀ ਮੇਰੇ ਭਰਾਵਾ ਛੋਟਿਆ ਵੀਰਾ ਹੀਰਿਆ ਆਪਾਂ ਸੰਤ ਬਾਬਾ ਕਰਤਾਰ ਸਿੰਘ ਦਾ ਧੰਨਵਾਦ ਕਰੀਏ ਜਿਹੜੇ ਪਿੰਡ ਨੂੰ ਕਦੇ ਚੋਰਾਂ ਵਾਲੇ ਭੂਰੇ ਕਹਿੰਦੇ ਸਨ ਸੰਤਾਂ ਦੇ ਭੂਰੇ ਬਣ ਗਏ ਅੱਜ ਤੱਕ ਰਿਕਾਰਡ ਹੈ ਇੱਕ ਪਿੰਡ ਵਿੱਚੋਂ ਦਰਬਾਰ ਸਾਹਿਬ ਦੇ ਦੋ ਗ੍ਰੰਥੀ ਦੇ ਕਥਾ ਵਾਚਕ ਨਹੀਂ ਪਰ ਉਸ ਮਹਾਂਪੁਰਸ਼ ਦੀ ਬਦੌਲਤ ਇਹ ਆਪਾਂ ਨੂੰ ਮਾਣ ਮਿਲਿਆ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਦੀ ਮਿਹਰਬਾਨੀ ਸਦਕਾ ਪਰ ਸੰਤ ਦਾ ਬਦਲ ਨਹੀਂ ਇਹਦੇ ਨਾਲ ਮੈਂ ਇਹ ਗੱਲ ਕਲੀਅਰ ਕਰਕੇ ਸਮਾਪਤੀ ਕਰਾਂ ਕਿਉਂਕਿ ਤੁਸੀਂ ਕਾਹਲੇ ਪੈ ਗਏ ਹੋ ਤੇ ਮੇਰੀ ਵਾਰੀ ਟੇਲਾਂ ਤੇ ਮੈਨੂੰ ਮੇਰੇ ਮਨ ਚ ਆਇਆ ਵੀ ਮੈਨੂੰ ਵਾਰੀ ਲੇਟ ਕਿਉਂ ਦਿੱਤੀ ਹੈ ਸ਼ੰਕਾ ਆਇਆ ਕਿਉਂਕਿ ਸ਼ੰਕਾ ਸੁਭਾਅ ਹੈ ਸਾਡਾ ਇਲਾਕਾ ਖਾਰਾ ਮੱਝ ਹੈ ਤੇ ਟੇਲਾਂ ਤੇ ਪਾਣੀ ਬੜਾ ਔਖਾ ਪਹੁੰਚਦਾ ਮੈਂ ਕਿਹਾ ਜਸਵੰਤ ਸਿੰਘ ਹੁਣ ਜਿਹੜਾ ਹਿੰਦੁਸਤਾਨ ਦਾ ਟੇਲਾਂ ਨੇ ਉਹ ਖੇਮ ਕਰਨ ਤੇ ਪੂਰਾ ਖੋਨਾ ਹੈ ਉਹ ਤੇਰਾ ਪਿੰਡ ਟੇਲਾਂ ਤੇ ਤੇਰੀ ਵਾਰੀ ਵੀ ਟੇਲਾਂ ਵਾਲੇ ਹਿਸਾਬ ਤੇ ਆਉਣੀ ਹੋ ਤੇ ਕਾੜਾ ਨਾ ਪਾ ਪਰ ਆ ਤਾਂ ਗਈ ਨਾ ਮਸ਼ਹੂਰ ਕੀਤਾ ਵੀ ਟੇਲਾਂ ਦੇ ਪਾਣੀ ਅੱਪੜ ਗਿਆ ਹੋ ਸਕਦਾ ਸੀ ਟੇਲਾਂ ਦੇ ਪਾਣੀ ਅੱਪੜਦਾ ਨਾ ਪਹਿਲੇ ਬੰਨ ਲੈਂਦੇ ਇਹ ਵੀ ਧੰਨਵਾਦ ਗੁਰੂ ਕਿਰਪਾ ਕਰੇ ਇਹ ਮੈਂ ਤੁਹਾਨੂੰ ਤਾਂ ਖੁਸ਼ ਕੀਤਾ ਵੀ ਤੂੰ ਸਲਾਬੇ ਜੇ ਮੈਂ ਤਾਂ ਗਰਮ ਕੀਤਾ ਹੋਰ ਗੱਲ ਕੋਈ ਨਹੀਂ ਸੰਤ ਉਹ ਹੈ ਜਿਵੇਂ ਆਪਾਂ ਕਹਿੰਦੇ ਸ਼ਰਾਬੀ ਹੱਥ ਲਾ ਗਿਆ ਤੇ ਮੈਂ ਪਿੱਟਿਆ ਗਿਆ ਸੰਤ ਨਹੀਂ ਜੇ ਸੰਤ ਉਹ ਹੈ ਜਿਹੜਾ ਬੁਰੇ ਨੂੰ ਲਾ ਕੇ ਲਿਆ ਕੇ ਤੇ ਉਹਦੀ ਕਾਇਆ ਬਦਲਦੇ ਆਪਾਂ ਬਾਬੇ ਅਦਲੀ ਨੂੰ ਚੇਤੇ ਕਰਦੇ ਹਾਂ ਬਾਬੇ ਬਿਧੀ ਚੰਦ ਨੂੰ ਚੇਤੇ ਕਰਦੇ ਹਾਂ ਅਗਰ ਭਾਈ ਅਦਲੀ ਵਰਗਾ ਮਹਾਨ ਗੁਰਮੁਖ ਨਾ ਹੁੰਦਾ ਤੇ ਸ਼ਾਇਦ ਬਾਬੇ ਬਿਧੀ ਚੰਦ ਦਾ ਇਤਿਹਾਸ ਨਾ ਬਣਦਾ ਮੈਂ ਕਲੀਅਰ ਕੱਟ ਦੇਸੀ ਜੀ ਗੱਲ ਕਰਾਂ ਦਸਮ ਗ੍ਰੰਥ ਦੀਆਂ ਪੰਕਤੀਆਂ ਨੇ ਮੇਰੋ ਹੀ ਧਿਆਨ ਧਰੋ ਨਿਸ ਬਾਸਰ ਔਰ ਕੋ ਭੂਲ ਕੇ ਨਾਮ ਨਾ ਲੀਜੈ ਨਕਲੀ ਤੇ ਅਸਲੀ ਸੰਤ ਆਈਡੈਂਟੀਫਿਕੇਸ਼ਨ ਕੀ ਹੈ ਜਿਹੜਾ ਨਕਲੀ ਹੈ ਨਾ ਉਹ ਆਖੇਗਾ ਮੇਰਾ ਧਿਆਨ ਧਰੋ ਮੇਰੀ ਫੋਟੋ ਲੈ ਜਾਓ ਮੇਰਾ ਲਾਲਟ ਲੈ ਜਾਓ ਪਰ ਜਿਹੜਾ ਅਸਲੀ ਗੁਰਸਿੱਖ ਸੰਤ ਹੈ ਨਾ ਉਹ ਐਸ ਗੁਰੂ ਨਾਲ ਜੋੜਦਾ ਜੇ ਐਸ ਗੁਰੂ ਨਾਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਾਲ ਕਿਉਂ ਭਾਈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੀ ਵਾਅਦਾ ਹੈ ਆਪਾਂ ਮਹਾਂਪੁਰਸ਼ਾਂ ਦੇ ਦਿਨ ਮਨਾਉਂਦੇ ਹਾਂ ਕਿਸੇ ਦੀ 15ਵੀਂ ਬਰਸੀ ਕਿਸੇ ਦੀ 50ਵੀਂ ਬਰਸੀ ਪਰ ਐਸ ਬਾਪੂ ਦੀ ਬਰਸੀ ਹੈ ਨਹੀਂ ਜੇ ਨਾ ਇਹ ਮਰੇ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੂਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋਆ ਨਾ ਕੋਏ ਇਹ ਏਡਾ ਮਹਾਨ ਹੈ ਕਿ ਮੈਂ ਕ੍ਰਿਸਚੈਨਿਟੀ ਦੀ ਐਜੂਕੇਸ਼ਨ ਲਈ ਹੈ ਤੇ ਇੱਕ ਗੱਲ ਮੈਂ ਥਾਂ ਥਾਂ ਤੇ ਕਹਿੰਦਾ ਮੈਂ ਆਪਣੀ ਡਿਊਟੀ ਭੁੱਲ ਨਾ ਜਾਵਾਂ ਇੱਕ ਕ੍ਰਿਸਚਨ ਡਿਊਰਾਂਟ ਨਾਮ ਦਾ ਵਿਦਵਾਨ ਕਹਿੰਦਾ ਦੁਨੀਆਂ ਦੇ ਲੋਕੋ ਧਿਆਨ ਦਿਓ ਉਹ ਕ੍ਰਿਸਚਨ ਜੇ ਕਹਿੰਦਾ ਦੁਨੀਆਂ ਦੇ ਲੋਕੋ ਧਿਆਨ ਦਿਓ ਜਦੋਂ ਦੁਨੀਆਂ ਵਿੱਚ ਕੁਝ ਨਾ ਰਿਹਾ ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ ਕਹਿੰਦਾ ਜੇ ਕ੍ਰਿਸਚਨ ਕਹਿੰਦਾ ਜੇ ਈਸਾਈ ਭਰਾ ਉਹਨੂੰ ਪੁੱਛਿਆ ਭਲਿਆ
ਤੂੰ ਕਿਸ ਬੇਸ ਨਾਲ ਗੱਲ ਕੀ, ਤੇਰਾ ਆਪਣਾ ਬਿਆਨ ਹੀ ਨਹੀਂ ਲੜਦਾ, ਤੂੰ ਕਹਿੰਦਾ ਜਦੋਂ ਦੁਨੀਆਂ ਚ ਰਿਹਾ ਕੁਝ ਨਾ, ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਿਵੇਂ ਰਹਿਣਗੇ? ਮੈਂ ਸਦਕੇ ਜਾਵਾਂ ਉਸ ਭਰਾ ਦੇ, ਉਹ ਕਹਿੰਦਾ ਦੁਨੀਆਂ ਦੇ ਤਮਾਮ ਦਾਨੇ ਧਾਰਮਿਕ ਸ੍ਰੇਸ਼ਟ ਪੁਰਸ਼ ਉਹਨਾਂ ਦੀ ਇੱਕ ਰਾਏ ਹੈ, ਟਰੁੱਥ ਇਜ਼ ਯੂਨੀਵਰਸਲ, ਟਰੁੱਥ ਇਜ਼ ਯੂਨੀਵਰਸਲ, ਸੱਚਾਈ ਸਦੀਵੀ ਹੈ, ਤੇ ਜੇ ਸੱਚਾਈ ਸਦੀਵੀ ਹੈ ਨਾ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੀ ਹੈ? ਆਦਿ ਸੱਚ। ਜੇ ਕੋਈ ਪੁੱਛਣਾ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੌਣ ਨੇ, ਇਹਨਾਂ ਦੀ ਜਾਤੀ ਕੀ, ਜਿਵੇਂ ਆਪਾਂ ਕਹਿੰਦੇ ਜੀ ਫਲਾਣਾ ਚੌਹਾਨ ਹੈ, ਫਲਾਣਾ ਗਿੱਲ ਹੈ, ਫਲਾਣਾ ਹੋਰ ਜਾਤੀ ਦਾ, ਪੁੱਛੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਜਾਤੀ ਕੀ ਹੈ? ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਜਾਤੀ ਹੈ ਟਰੁੱਥ ਇਜ਼ ਯੂਨੀਵਰਸਲ, ਸੱਚਾਈ ਸਦੀਵੀ ਹੈ। ਬਾਕੀ ਦੇ ਧਰਮ ਗ੍ਰੰਥਾਂ ਦਾ ਮੈਂ ਸਤਿਕਾਰ ਕਰਦਾ, ਕਿਉਂਕਿ ਸਾਡਾ ਗੁਰੂ ਕਹਿੰਦਾ ਲਿਵ ਐਂਡ ਲੈਟ ਲਿਵ, ਲਵ ਦਾਈ ਨੇਵਰ।
ਵੇਸਵਾ ਨੂੰ ਧੀ ਸੰਤ ਕਹਿ ਸਕਦਾ, ਆਪਾਂ ਤਾਂ ਭਤੀਜੀ ਨੂੰ ਵੀ ਕਹਿੰਦੇ ਗਰਕ ਗਏ ਆਪਾਂ ਗਰਕ। ਅੱਗੇ ਪਿੰਡਾਂ ਦੀ ਧੀ, ਗਰੀਬਾਂ ਦੀ ਧੀ ਵੀ ਸਾਡੀ ਧੀ ਹੁੰਦੀ ਸੀ, ਅੱਜ ਸਾਡੇ ਭਰਾ ਦੀ ਧੀ, ਸਾਡੇ ਭਰਾ ਦਾ ਜਵਾਈ ਜਾ ਰਿਹਾ ਤੇ ਪੁੱਛੇ ਤੁਹਾਡਾ ਪ੍ਰਾਹੁਣਾ ਜਾਂਦਾ, ਕਹਿੰਦਾ ਛੋਟੇ ਦਾ ਪ੍ਰਾਹੁਣਾ, ਉਹ ਤੇਰਾ ਬੇੜਾ ਗਰਕ ਹੋ ਜੇ ਮਸੰਦਾ, ਆਪਣੇ ਖਾਨਦਾਨ ਤੋਂ ਵੀ ਕਿਉਂ। ਸਾਨੂੰ ਹਦਾਇਤ ਹੈ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਗੁਰੂ ਕੇ ਸਿੱਖ ਵਾਸਤੇ ਦੁਨੀਆਂ ਦੀਆਂ ਤਮਾਮ ਬੀਬੀਆਂ ਭੈਣਾਂ ਮਾਵਾਂ ਤੇ ਧੀਆਂ ਨੇ। ਅਗਰ ਅਸੀਂ ਨਹੀਂ ਸਮਝਦੇ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ, ਗੁਰੂ ਨਾਨਕ ਦੇ ਚੋਰ ਹਾਂ। ਸਾਡੇ ਬਾਪੂ ਨੇ ਆਖਿਆ ਪਰਤਰੇ ਰੂਪ ਨਾ ਪੇਕੇ ਨੇ ਤੇਤਰ, ਸੰਤ ਕੀ ਟਹਿਲ ਸੰਤ ਸੰਗ ਹੇਤ ਰੋ ਵਿਚਾਰ। ਜਦੋਂ ਆਖਿਆ ਧੀਏ ਅਸੀਂ ਚਲੇ ਜਾਣਾ, ਬੀਬੀ ਥੱਲੇ ਆਈ ਤੇ ਭੁੱਬਾਂ ਮਾਰ ਕੇ ਰੋਪੀ ਰੋਈ ਕਾਹਦੀ, ਉਹਦਾ ਪਾਪ ਅੱਖਾਂ ਥਾਣੀ ਬਾਹਰ ਨਿਕਲ ਗਿਆ। ਆਖਿਆ ਬਾਬਾ ਮੈਨੂੰ ਪਹਿਲੀ ਵਾਰ ਕਿਸੇ ਨੇ ਧੀ ਆਖਿਆ, ਤੇ ਜੇ ਧੀ ਆਖਿਆ ਹੈ ਨਾ ਤੇ ਮਾਪੇ ਹਮੇਸ਼ਾ ਬੱਚੀਆਂ ਧੀਆਂ ਪੁੱਤਰਾਂ ਨੂੰ ਕੁਝ ਦਿੰਦੇ, ਮੈਨੂੰ ਦੇ ਕੇ ਜਾ। ਭਾਈ ਸਾਹਿਬ ਭਾਈ ਗੁਰਦਾਸ ਜੀ ਪੰਕਤੀਆਂ ਮੈਨੂੰ ਬਰਿੰਦਰ ਜਾਂਦੀਆਂ ਨੇ, ਅੱਠੇ ਪੈਰ ਮੇਰੇ ਅੰਦਰ ਇਹ ਕਰਮ ਕਰਦੀਆਂ ਨੇ। ਭਾਈ ਜੀ ਲਿਖਦੇ ਨੇ ਮਹਾਂਪੁਰਖ ਅਚਾਨ ਚੱਕ ਕਣਕਾਂ ਵਾਲੇ ਆਏ ਖਲੋਤਾ, ਜਾਣ ਕੇ ਨੀ ਸੁਭਾਵਕ। ਉਹਨੇ ਆਖਿਆ ਬੀਬਿਆ ਤੂੰ ਕੌਣ ਹੈ? ਕਹਿੰਦੀ ਵੇਸਵਾ। ਵੇਸਵਾ ਸ਼ਬਦ ਜਿੰਨੇ ਵੀ ਸ਼ਬਦ ਬਣੇ ਨੇ ਨਾ ਕਿਤੇ ਡਿਸਕਸ ਕਰਨਾ ਤੇ ਪ੍ਰਾਈਵੇਟ ਕਰਿਆ ਜੇ, ਹਰ ਸ਼ਬਦ ਦੇ ਪਿੱਛੇ ਕੋਈ ਫਲਸਫਾ ਕੋਈ ਸਿਧਾਂਤ ਹੈ। ਮੈਂ ਵੇਸਵਾ ਲਫ਼ਜ਼ ਬਾਰੇ ਖੋਜ ਕੀਤੀ ਹੈ, ਮਨੂ ਸਿਮਰਤੀ ਤੋਂ ਲਫ਼ਜ਼ ਵੇਸਵਾ ਬਣਿਆ ਜੇ, ਮਨੂ ਸਿਮਰਤੀ ਤੋਂ। ਮਨੂ ਜਿਹਨੇ ਮਨੁੱਖ ਦੀ ਚਾਰ ਭਾਗਾਂ ਵਿੱਚ ਵੰਡ ਕੀਤੀ, ਬ੍ਰਾਹਮਣ ਖੱਤਰੀ ਸ਼ੂਦ ਤੇ ਵੈਸ, ਵੈਗਦਾ ਭਾਵ ਵਪਾਰੀ ਜਿਹੜਾ ਥੋੜਾ ਦੇ ਕੇ ਤੇ ਬਹੁਤਾ ਲੈਣਾ ਚਾਹੁੰਦਾ, ਇਹ ਵੈਸਵਾ ਲਫ਼ਜ਼ ਤਾਂ ਬਣਿਆ, ਉਹ ਆਪਣਾ ਤਨ ਦੇ ਕੇ ਤਨ ਲੈਂਦੀ ਹੈ। ਮੈਂ ਬੜੀ ਕਰੜੀ ਗੱਲ ਕਹਿਣ ਲੱਗਾ ਪਰ ਹੈ ਸੱਚੀ, ਮੈਂ ਕਥਾ ਕਰਦਾ, ਅਗਰ ਮੇਰਾ ਨਿਸ਼ਾਨਾ ਕੇਵਲ ਨੋਟਾਂ ਤੱਕ ਹੈ ਤੇ ਮੈਂ ਵੇਸਵਾ ਤੋਂ ਘੱਟ ਨਹੀਂ। ਜ਼ਿੰਦਗੀ ਦਾ ਟਾਰਗੇਟ ਚਾਹੀਦਾ ਹੈ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜ਼ਿੰਦਗੀ ਦਾ ਟਾਰਗੇਟ ਚਾਹੀਦਾ ਵਿਣ ਤੋਂ ਦੂਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਗੁਰੂ ਨਾਨਕ ਦਾ ਬਰੀਦ ਬਣਿਆ, ਭਾਈ ਮਰਦਾਨਾ ਪੂਜਿਆ ਗਿਆ। ਆਪਾਂ ਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਕਥਾ ਤੇ ਕੀਰਤਨ ਕਰਾਂਗੇ, ਮਾਇਆ ਮਗਰ ਮਗਰ ਆਏਗੀ, ਇਹ ਨਹੀਂ ਅਸੀਂ ਭੁੱਖੇ ਮਰਾਂਗੇ। ਗੁਰੂ ਦਾ ਹੋਣਾ ਬੜਾ ਔਖਾ ਹੈ, ਗੁਰੂ ਇਹੋ ਜਿਹਾ ਸਮਰੱਥ ਹੈ। ਖਿਲਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਇਹ ਤਾਂ ਗਰੀਬਾਂ ਨੂੰ ਅੱਜ ਨਾ ਆਪਾਂ ਪੜ੍ਹਦੇ ਹਾਂ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਰੀਤੇ ਭਰੇ ਭਰੇ ਸਗਨਾਵੈ, ਯੈ ਤਾ ਕੋ ਬਵਹਾਰੇ। ਖਿਲਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਕਿਤੇ ਆਪਾਂ ਗਰੀਬ ਬਣਦੇ ਨਹੀਂ। ਗੁਰੂ ਕਿਰਪਾ ਕਰੇ ਕਿਤੇ ਮਨ ਦੀ ਗਰੀਬੀ ਆ ਜਾਏ। ਮਾਂ ਪੁਰਖ ਚਾਣ ਚੱਕ ਗਣਕਾ ਵਾੜੇ ਆਏ ਖਲੋਤਾ, ਬੀਬੀ ਆਈ ਕਹਿਣ ਲੱਗੀ ਬਾਬਾ ਜੀ ਤੁਸੀਂ ਮੈਨੂੰ ਧੀ ਆਖਿਆ ਤੇ ਧੀ, ਇਸ ਵਿੱਚ ਗਲਤ ਕਿਹੜੀ ਗੱਲ ਹੈ? ਕਹਿੰਦੀ ਮੈਂ ਵੇਸਵਾ ਹਾਂ। ਨਾ ਨਾ ਧੀਏ, ਸਾਡੇ ਕੋਲ ਵੇਸਵਾ ਦਾ ਕੀ ਕੰਮ? ਭਾਈ ਸਾਹਿਬ ਲਿਖਦੇ ਨੇ ਕਹਿੰਦੇ ਗੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸੁੱਤੋ ਤਾਂ ਸੱਸੇ ਥੱਲੇ ਔਂਕੜ ਹੈ। ਇਹ ਨਹੀਂ ਆਖਿਆ ਦਫਾ ਹੁੰਦਾ
ਇਹ ਨਹੀਂ ਆਖਿਆ ਮਗਰੋਂ ਲੈ ਜਾ, ਇਹ ਨਹੀਂ ਆਖਿਆ ਤੂੰ ਚੜੇ ਲੈ ਨਾ। ਕਹਿੰਦੇ ਤੂੰ ਮੇਰੀ ਧੀ ਹੈ, ਤੇ ਕਹਿਣ ਲੱਗੀ ਜੇ ਧੀ ਕਿਹਾ ਜੇ ਮੈਨੂੰ ਕੁਝ ਦੇ ਕੇ ਜਾਓ। ਮਹਾਂਪੁਰਸ਼ਾਂ ਕੋਲ ਤੋਤਾ ਸੀ, ਕਹਿੰਦੇ ਲੈ ਧੀਏ ਸਵੇਰੇ ਉੱਠ ਕੇ ਇਸ਼ਨਾਨ ਕਰੀ, ਅੱਗੇ ਅੱਗੇ ਰਾਮ ਕਹੀ ਤੇ ਮਗਰ ਮਗਰ ਤੋਤਾ ਬੋਲੇਗਾ ਤੋਤਾ। ਇੱਥੇ ਇੱਕ ਥੋੜਾ ਜਿਹਾ ਹੋਰ ਮੈਂ ਕੰਮ ਦੀ ਗੱਲ ਕਹਿ ਦਿਆਂ, ਕਈ ਕਿੰਤੂ ਕਰਦੇ ਨੇ, ਕਹਿਣਾ ਜ਼ਰੂਰੀ ਹੈ। ਕਈ ਬੰਦੇ ਕਹਿੰਦੇ ਗਿਆਨੀ ਜੀ ਅਸੀਂ ਬਾਣੀ, ਤੁਸੀਂ ਕਹਿੰਦੇ ਬਾਣੀ ਪੜ੍ਹੋ ਤੇ ਸਭ ਕੁਝ ਮਿਲੇਗਾ, ਸਾਨੂੰ ਤਾਂ ਕੱਖ ਨਹੀਂ ਮਿਲਿਆ। ਅਸੀਂ ਮੂਲ ਮੰਤਰ ਵੀ ਜਪਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਗੁਰਮੁਖੋਂ ਮਿਲਦਾ, ਪਰ ਸਾਡੇ ਬਾਣੀ ਪੜ੍ਹਨ ਵਿੱਚ ਫਰਕ ਜੀ ਥੋੜ੍ਹਾ ਜਿਹਾ। ਕੀ ਫਰਕ ਹੈ ਭਾਈ? ਪੁਰਾਣੇ ਜ਼ਮਾਨੇ 'ਚ ਸਾਡੀ ਭਾਰਤੀ ਰਵਾਇਤ ਸੀ ਕਿ ਮਹਾਤਮਾ ਜਨ ਭਾਦੋ ਦੇ ਸਾਉਣ ਦੇ ਮਹੀਨੇ 'ਚ ਇੱਕ ਥਾਂ 'ਤੇ ਟਿਕਦੇ ਸਨ, ਜਿਹਨੂੰ ਚਮਾਸਾ ਕੱਟਣਾ ਕਹਿੰਦੇ ਨੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਜਿਹੜਾ ਬਹਾਦਰ ਗੱਲ ਕਿਹਾ ਨਾ, ਸਾਹਿਬ ਦੀਨ ਦੇ ਘਰ ਗੁਰਦੇਵ ਨੇ ਚਮਾਸਾ ਕੱਟਿਆ, ਸਾਹਿਬ ਦੇ ਰੰਗਦੇਵ ਦਾ ਮਾਸਰ ਸੀ, ਇਹ ਅੜਦਾ ਵਿਸ਼ਾ। ਇੱਕ ਅਮੀਰ ਆਦਮੀ ਨੇ ਆਖਿਆ ਮਹਾਂਪੁਰਸ਼ੋ, ਗੁਰਮੰਤ ਦੀਆਂ ਵਿਚਾਰਾਂ ਸਰਵਣ ਕਰ ਰਹੇ ਜੋ, ਦੂਸਰਾ ਇਹ ਵੀ ਵੱਡਿਆਂ ਭਾਗਾਂ ਵਾਲੇ ਜੋ ਕਿ ਜੋ ਮਹਾਨ ਸੇਵਾ ਦੇ ਪੁੰਜ ਬਾਣੇ ਤੇ ਬਾਣੀ ਦੇ ਧਾਰਨੀ ਪਰਉਪਕਾਰੀ ਸੰਤ ਬਾਬਾ ਅਮਰਜੀਤ ਸਿੰਘ ਜੀ ਹੋਣੀ, ਜੋ ਉਹਨਾਂ ਦੀ ਮਿੱਠੀ ਯਾਦ ਵਿੱਚ ਜੁੜ ਕੇ ਬੈਠੇ ਜੋ ਤੇ ਸਤ ਸੰਗਤ ਕਰ ਰਹੇ ਜੋ, ਸਤ ਸੰਗਤ। ਸੋ ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਜੋ ਕੌਮ ਦੇ ਮਹਾਨ ਪ੍ਰਚਾਰਕ ਨੇ ਗਿਆਨੀ ਜਸਵੰਤ ਸਿੰਘ ਜੀ ਹੋਣੀ, ਜੋ ਮੰਜੀ ਸਾਹਿਬ ਤੋਂ ਕਥਾ ਕਰਦੇ ਨੇ, ਅਤੇ ਸਰਵ ਸੰਗਤਾਂ ਬੜੀਆਂ ਉਤਾਵਲੀਆਂ ਰਹਿੰਦੀਆਂ ਕਿ ਕਿੱਦਣ ਉਹਨਾਂ ਨੇ ਕਥਾ ਕਰਨੀ ਆ, ਕਿਉਂਕਿ ਜਿਵੇਂ ਉਹ ਦੱਸ ਕੇ ਗਏ ਨਾ, ਸੰਤ ਵੀ ਐਸਾ ਹੋਣਾ ਚਾਹੀਦਾ ਹੈ ਜੋ ਜਿਹਦੇ ਵਿੱਚ ਸੱਤ ਹੋਵੇ ਤੇ ਸੰਤੋਖ ਹੋਵੇ, ਔਰ ਇਹਨਾਂ ਵਿੱਚ ਸੱਤ ਵੀ ਆ, ਸੰਤੋਖ ਵੀ ਆ ਤੇ ਯੁਰਤ ਵੀ ਆ। ਸੱਚੀ ਗੱਲ ਹਰ ਇੱਕ ਬੰਦਾ ਨਹੀਂ ਕਰ ਸਕਦਾ, ਉਹ ਦੱਸ ਕੇ ਗਏ ਆ ਵੀ ਸੰਤ ਅਸਲ ਉਹੋ ਹੀ ਹੁੰਦਾ ਜੋ ਜਿਹਦਾ ਜੀਵਨ ਵਿਗੜਿਆ ਹੋਵੇ, ਖਰਾਬ ਹੋਇਆ ਹੋਵੇ, ਜ਼ਿੰਦਗੀ ਖਰਾਬ ਹੋਈ ਹੋਵੇ, ਤੇ ਸੰਤ ਕੋਲ ਜਾਣ ਨਾਲ ਉਹਦਾ ਜੀਵਨ ਸੁਧਰ ਜਾਵੇ, ਚੰਗੇ ਬਣੇ ਲੱਗ ਜਾਵੇ, ਇਹ ਸੰਤ ਦੀ ਇੱਕ ਪਛਾਣ ਹੈ। ਉਸ ਤਰ੍ਹਾਂ ਸੰਤ ਜਿੰਨੇ ਮਰਜ਼ੀ ਬਣੇ ਫਿਰਨ, ਐਸੇ ਸੰਤ ਵੀ ਲੋਕ ਹੈ ਜੋ ਲੋਕਾਂ ਦਾ ਜੀਵਨ ਬਰਬਾਦ ਵੀ ਕਰਦੇ ਨੇ, ਖਰਾਬ ਵੀ ਕਰਦੇ ਨੇ। ਤੁਸੀਂ ਕਈ ਜਿਹੜੇ ਅਖਬਾਰਾਂ ਟੀਵੀ ਪੜ੍ਹੀਆਂ ਸੁਣੀਆਂ ਕਿ ਉਹ ਲੋਕ ਅੱਜ ਜੇਲ੍ਹਾਂ 'ਚ ਬੈਠੇ ਨੇ ਜਿਨ੍ਹਾਂ ਨੇ ਲੋਕਾਂ ਦਾ ਜੀਵਨ ਬਰਬਾਦ ਕਰ ਦਿੱਤਾ, ਲੋਕਾਂ ਦੀ ਇੱਜ਼ਤ ਵੀ ਬਰਬਾਦ ਕਰ ਦਿੱਤੀ, ਪਰ ਉਹ ਵੀ ਆਪਣੇ ਆਪ ਨੂੰ ਸੰਤ ਘੁਮਾਉਂਦੇ ਸਨ। ਮੇਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਮੈਨੂੰ ਮਾਫ਼ ਕਰ ਦਿਓ, ਕਿਤੇ ਬਾਣਾ ਵੇਖ ਕੇ ਸੰਤ ਨਾ ਮੰਨ ਦਿਓ, ਉਹਦੇ ਕਰਮ ਵੇਖੋ, ਉਹਦੇ ਕੰਮ ਵੇਖੋ, ਉਹਦੇ ਅਸੂਲ ਵੇਖੋ, ਉਹਦੇ ਨਿਯਮ ਵੇਖੋ, ਫਿਰ ਉਹਨੂੰ ਸੰਤ ਮੰਨੋ, ਐਵੇਂ ਸੰਤ ਨਾ ਮੰਨੋ। ਬਾਬਾ ਗਿਆਨੀ ਜੀ ਦੱਸ ਕੇ ਗਏ ਨੇ ਕਿ ਉਹਨੂੰ ਸੰਤ ਨਹੀਂ ਮੰਨਣਾ ਆਪਾਂ, ਜਿਹੜਾ ਕਵੇ ਮੈਨੂੰ ਮੰਨੋ, ਮੇਰੀ ਗੱਲ ਮੰਨੋ, ਉਹਨੂੰ ਸੰਤ ਨਹੀਂ ਮੰਨਣਾ, ਉਹਦੀ ਗੱਲ ਮੰਨਣੀ ਆ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਾਉਂਦਾ ਤੇ ਕਹਿੰਦਾ ਜੋ ਇਹਦੇ ਵਿੱਚ ਗੁਰੂ ਕੀ ਬਾਣੀ ਦਰਜ ਹੈ ਉਹਨੂੰ ਪੜ੍ਹੋ ਤੇ ਉਹਦੇ 'ਤੇ ਅਮਲ ਕਰੋ, ਉਹਦੇ ਹਿਸਾਬ ਨਾਲ ਜੀਵਨ ਬਤੀਤ ਕਰੋ, ਉਹਨੂੰ ਸੰਤ ਆਪਾਂ ਮੰਨਣਾ ਹੈ। ਸੋ ਮੈਂ ਬਹੁਤਾ ਦੂਰ ਨਾ ਜਾਵਾਂ, ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ, ਮੈਂ ਉਹਨਾਂ ਨੂੰ ਵੇਖਿਆ, ਤੁਸੀਂ ਉਹਨਾਂ ਨੂੰ ਵੇਖਿਆ,
ਕੱਚਾ ਧਾਰ ਕੇ ਰੱਖਦੇ ਸਨ, ਬਾਣੀ ਨਹੀਂ ਪੜ੍ਹਦੇ ਸਨ ਤੇ ਸੱਚ ਬੋਲਦੇ ਸਨ ਸੱਚ, ਤੇ ਗਰੀਬ ਗੁਰਬੇ ਦੀ ਮਦਦ ਕਰਦੇ ਸਨ ਬਹੁਤ ਜ਼ਿਆਦਾ। ਜਿਹੜਾ ਵੀ ਉਹਨਾਂ ਕੋਲ ਆਇਆ, ਭਾਵੇਂ ਉਹਨਾਂ ਨੇ ਕੋਈ ਉਹਨੂੰ ਬੇਨਤੀ ਕੀਤੀ, ਕੋਈ ਸਵਾਲ ਕੀਤਾ, ਕੋਈ ਮੰਗ ਕੀਤੀ, ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ ਉਹਨਾਂ ਨੇ ਉਸੇ ਵੇਲੇ ਪੂਰਨ ਉਹਨੂੰ ਮਨ ਮੰਗ ਪ੍ਰਵਾਨ ਕੀਤੀ। ਜੋ ਉਹਨੂੰ ਚਾਹੀਦਾ ਹੁੰਦਾ ਸੀ ਉਹ ਉਹਨਾਂ ਨੂੰ ਦਿੰਦੇ ਸਨ, ਉਹਦੀ ਸੇਵਾ ਕਰਦੇ ਸਨ। ਸੋ ਐਸਾ ਜੀਵਨ ਸੀ ਉਹਨਾਂ ਦਾ। ਸੋ ਉਹਨਾਂ ਦਾ ਜੀਵਨ ਚੰਗਾ ਜੀਵਨ ਹੋਣ ਕਰਕੇ, ਗੁਰੂ ਘਰ ਦੀ ਸੇਵਾ ਕਰਨ ਕਰਕੇ, ਗੁਰੂ ਕੇ ਲੰਗਰਾਂ ਦੀ ਸੇਵਾ ਕਰਨ ਕਰਕੇ ਉਹਨਾਂ ਨੇ ਜੋ ਹੀਰੇ ਕੌਮ ਨੂੰ ਦਿੱਤੇ, ਦੋ ਹੀਰੇ ਬਹੁਤ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ, ਸਤਿਕਾਰਯੋਗ ਬਾਬਾ ਜੀਵਾ ਸਿੰਘ ਜੀ, ਐਸੇ ਹੀਰੇ ਜੋ ਪੰਜਾਬ ਵਿੱਚ ਹੀ ਨਹੀਂ, ਹਿੰਦੁਸਤਾਨ ਵਿੱਚ ਹੀ ਨਹੀਂ, ਦੂਸਰਿਆਂ ਦੇਸ਼ਾਂ ਵਿੱਚ ਜਾ ਕੇ ਸਿੱਖੀ ਦਾ ਐਸਾ ਪ੍ਰਚਾਰ ਕਰਦੇ ਆ। ਇੰਨੀ ਮੰਗ ਆ ਉਹਨਾਂ ਦੀ, ਇੰਨੀ ਡਿਮਾਂਡ ਵਾ ਲੋਕਾਂ ਦੇ ਵਿੱਚ ਕਿ ਸਾਲ ਸਾਲ ਡੇਢ ਡੇਢ ਸਾਲ ਉਹਨਾਂ ਨੂੰ ਲੋਕਾਂ ਨੂੰ ਉਹਨਾਂ ਨੂੰ ਸੁਣਨ ਦਾ ਸਮਾਂ ਨਹੀਂ ਮਿਲਦਾ। ਉਹ ਬੇਨਤੀਆਂ ਕਰਦੇ, ਬਾਬਾ ਜੀ ਸਾਡੇ ਦੇਸ਼ ਵਿੱਚ ਆਓ, ਸਾਡੀ ਸਟੇਟ ਵਿੱਚ ਆਓ, ਇਸ ਗੁਰਦੁਆਰੇ ਵਿੱਚ ਆਓ, ਆ ਕੇ ਸੰਗਤਾਂ ਨੂੰ ਸਿੱਖੀ ਦਾ ਪ੍ਰਚਾਰ ਕਰੋ, ਗੁਰੂ ਕੀ ਬਾਣੀ ਦਾ ਪ੍ਰਚਾਰ ਕਰੋ, ਸੰਗਤਾਂ ਨੂੰ ਉਪਦੇਸ਼ ਦਿਓ। ਐਸਾ ਜੀਵਨ ਸੀ ਬਾਬਾ ਅਮਰਜੀਤ ਸਿੰਘ ਜੀ ਹੋਣਾ ਦਾ ਕਿ ਉਹਨਾਂ ਨੇ ਐਸੇ ਹੀਰੇ ਕੌਮ ਨੂੰ ਦਿੱਤੇ। ਮੈਂ ਤੇ ਤੁਸੀਂ ਇਹਨਾਂ ਦੇ ਜੋ ਵੱਡੇ ਮਹਾਂਪੁਰਸ਼ ਹਨ, ਬਾਬਾ ਲਕਸ਼ਮਣ ਸਿੰਘ ਜੀ ਹੋਣੀ, ਉਹਨਾਂ ਦੇ ਦਰਸ਼ਨ ਕੀਤੇ ਆ, ਉਹਨਾਂ ਦਾ ਜੀਵਨ ਆਪਾਂ ਵੇਖਿਆ, ਐਸਾ ਜੀਵਨ ਉਹਨਾਂ ਦਾ ਕਿ ਉਹਨਾਂ ਨੇ ਪਰਉਪਕਾਰ ਕਰੀ ਜਾਣਾ, ਮਿੱਠਾ ਬੋਲੀ ਜਾਣਾ, ਸੰਗਤਾਂ ਦੀ ਸੇਵਾ ਕਰੀ ਜਾਣੀ, ਤੇ ਕਿਤੇ ਕਿਤੇ ਗਰਾਈ ਨੂੰ ਜਾਣਾ। ਸੰਗਤ ਜੀ ਕਦੀ ਉਹਨਾਂ ਇਹ ਨਹੀਂ ਸਿੱਖਿਆ ਵੀ ਆ ਦਿਓ, ਸੰਗਤਾਂ ਦਾ ਭਲਾ ਕਰਨ ਵਾਸਤੇ ਪਿੰਡਾਂ ਦੇ ਵਿੱਚ ਜਾਂਦੇ ਸਨ ਉਹ, ਤੇ ਜੋ ਗਰਾਈ ਸੰਗਤਾਂ ਨੇ ਦੇਣੀ, ਜਿੱਥੇ ਕੋਈ ਲੋੜਵੰਦ ਮਿਲਣਾ, ਜਿਹੜਾ ਜਿਹੜਾ ਮਿਲੀ ਜਾਣਾ, ਉਹਨੂੰ ਵੰਡੀ ਜਾਣੀ, ਵੰਡੀ ਜਾਣੀ, ਵੰਡੀ ਜਾਣੀ। ਐਸਾ ਜੀਵਨ ਸੀ ਉਹਨਾਂ ਦੇ ਵਿੱਚੋਂ, ਉਹਨਾਂ ਦੇ ਸੁਭਾਅ ਵਿੱਚੋਂ ਹੀ। ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਉਹਨਾਂ ਨੇ ਇਹ ਤਰ੍ਹਾਂ ਹੀ ਉਹ ਕਰਦੇ ਸਨ, ਵੰਡੀ ਜਾਂਦੇ ਸਨ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਹੁਣੇ ਉਹ ਦਿਹਾੜੇ ਚੱਲ ਰਹੇ, ਸਾਰੇ ਪ੍ਰਚਾਰਕਾਂ ਨੇ, ਸਾਰੇ ਬੋਲਣ ਵਾਲਿਆਂ ਨੇ ਆਪ ਜੀ ਨੂੰ ਬੇਨਤੀ ਕੀਤੀ ਆ ਕਿ ਹੁਣ ਵੀ ਉਹ ਘੱਲੂਘਾਰਾ ਜੋ 1984 ਦੇ ਵਿੱਚ ਹੋਇਆ, ਸੰਗਤ ਜੀ 6 ਜੂਨ ਨੂੰ ਉਹਦਾ ਅਖੀਰਲਾ ਦਿਹਾੜਾ ਮਨਾਉਣਾ, ਸਾਰੀਆਂ ਕੌਮਾਂ ਨੇ, ਸਾਰੀ ਸਿੱਖ ਕੌਮ ਨੇ ਮਨਾਉਣਾ ਹੈ। ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿਵੇਂ ਪਹਿਲਾਂ ਦੱਸ ਕੇ ਗਏ ਨੇ ਨਾ, ਖਾਸ ਕਰਕੇ ਸਾਡੀ ਕੌਮ ਦੇ ਵਿੱਚ ਥੋੜੀ ਦੁਬਧਾ ਪਾਈ ਜਾ ਰਹੀ ਆ, ਧੜੇਬੰਦੀ ਬਣਾਈ ਜਾ ਰਹੀ ਆ, ਮੈਂ ਸਾਰੇ ਕੌਮ ਜਿਹੜੀ ਸਿੱਖ ਕੌਮ ਦੇ ਲੀਡਰ ਨੇ ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਸਾਡੇ ਕੌਮ ਦੇ ਲੀਡਰਾਂ ਨੂੰ, ਇਹਨਾਂ ਨੂੰ ਸਮੰਤ ਬਖਸ਼ੋ, ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਇਕੱਠੇ ਹੋਣ, ਇਕੱਠੇ ਹੋ ਕੇ ਕੌਮ ਦੀ ਸੇਵਾ ਕਰਨ, ਤੇ ਜੋ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੌਮ ਦਾ ਜੋ ਅਸੀਂ ਰੋਸ ਕਰਦੇ ਹਾਂ, ਮੁਜ਼ਾਹਰਾ ਕਰਦੇ ਹਾਂ ਕਿ ਜੋ ਸਰਕਾਰ ਨੇ ਕੀਤਾ, ਪਾਪ ਕੀਤਾ, ਜ਼ੁਲਮ ਕੀਤਾ, ਅਨਿਆਂ ਕੀਤਾ, ਤੇ ਉਹ ਏਕਤਾ ਦੇ ਨਾਲ ਕਰੀਏ, ਏਕਤਾ ਦੇ ਨਾਲ। ਜਦੋਂ ਤੁਸੀਂ ਏਕਤਾ ਦੇ ਨਾਲ ਕਰਾਂਗੇ, ਇਹ ਜਿਹੜੀਆਂ ਸਰਕਾਰਾਂ ਵਾ, ਸਿੱਖ ਕੌਮ ਦੇ ਗਾੜੀ ਕੀ ਚੀਜ਼ ਨੇ, ਕੋਈ ਚੀਜ਼ ਨਹੀਂ ਹੈ। ਸੋ ਮੇਰੀ ਸਾਰੇ ਲੀਡਰ ਸਾਹਿਬਾਨਾਂ ਨੂੰ, ਸਾਰੇ ਮਹਾਂਪੁਰਸ਼ਾਂ ਨੂੰ, ਸਾਰੀਆਂ ਟਕਸਾਲਾਂ ਨੂੰ, ਸਾਰੀਆਂ ਸਭਾ ਸੁਸਾਇਟੀਆਂ ਨੂੰ ਇਹ ਬੇਨਤੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਸ਼ਾਂਤੀ ਨਾਲ
ਸਰਕਾਰਾਂ ਨੂੰ ਦੱਸੋ ਕਿ ਤੁਸੀਂ ਪਾਪ ਕੀਤਾ, ਤੁਸੀਂ ਜ਼ੁਲਮ ਕੀਤਾ, ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਜੋ ਦੇਲਾ ਸਿੱਖ ਕੌਮ ਦਾ ਜੋ ਸਾਡਾ ਤੁਸੀਂ ਗੋਲੀਆਂ ਮਾਰੀਆਂ, ਤੋਪਾਂ ਚਲਾਈਆਂ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ, ਉਹਨਾਂ ਸਰੋਵਰ ਦੇ ਵਿੱਚ ਜਲ ਨਹੀਂ ਜਿੰਨਾ ਤੁਸੀਂ ਕੌਮ ਦਾ ਖੂਨ ਵਹਾ ਦਿੱਤਾ ਉੱਥੇ। ਸੋ ਇਕੱਠੇ ਹੋ ਕੇ ਏਕਤਾ ਨਾਲ ਉੱਥੇ ਜਾ ਕੇ ਸ਼ਾਂਤੀ ਨਾਲ ਉੱਥੇ ਮਨਾਓ ਤੇ ਸਰਕਾਰਾਂ ਝੁਕ ਜਾਣਗੀਆਂ, ਉਹ ਵੀ ਆ ਕੇ ਅਕਾਲ ਤਖ਼ਤ ਸਾਹਿਬ ਤੇ ਆ ਕੇ ਮਾਫ਼ੀ ਮੰਗਣਗੀਆਂ। ਸੋ ਮੇਰੀ ਸੰਗਤਾਂ ਨੂੰ ਬੇਨਤੀ ਆ ਕਿ ਦੁਬਧਾ ਵਿੱਚ ਨਹੀਂ ਪੈਣਾ। ਬੜੇ ਲੋਕ ਖਰੀਦੇ ਹੋਏ ਨੇ, ਏਜੰਸੀਆਂ ਦੇ ਖਰੀਦੇ ਹੋਏ ਲੋਕ ਨੇ, ਉਹ ਬੜੀਆਂ ਆ ਸੋਸ਼ਲ ਮੀਡੀਆ ਤੇ ਹੋਰ ਅਖਬਾਰਾਂ ਵਿੱਚ ਕਈ ਥਾਂ ਖਬਰਾਂ ਲਾਉਂਦੇ ਆ, ਨਹੀਂ ਉਹਨਾਂ ਨੂੰ ਆਪਾਂ ਨਹੀਂ ਮੰਨਣਾ। ਆਪਾਂ ਮੰਨਣਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ, ਤੇ ਜੋ ਉਹਦੇ ਵਿੱਚ ਗੁਰੂ ਕੀ ਬਾਣੀ ਦਰਜ ਆ ਉਹਨੂੰ ਉੱਤੇ ਅਮਲ ਕਰਨਾ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਾ ਛਤਰ ਹੇਠਾਂ ਆਪਾਂ ਇਕੱਤਰ ਹੋ ਕੇ ਇਹ ਜੋ ਘੱਲੂਘਾਰਾ ਵਾ ਇਹਨੂੰ ਆਪਾਂ ਮਨਾਉਣਾ ਵਾ। ਸੋ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ, ਮਹਾਂਪੁਰਸ਼ਾਂ ਦਾ ਜਿਹੜੇ ਮਹਾਂਪੁਰਸ਼ਾਂ ਦਾ ਦਿਹਾੜਾ ਮਨਾਉਂਦੇ ਨੇ, ਸੰਗਤਾਂ ਦੇ ਦਰਸ਼ਨ ਕਰਾਉਂਦੇ ਨੇ। ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਮਹਾਂਪੁਰਸ਼ਾਂ ਦਾ ਸਟੇਜ 'ਤੇ ਬਿਰਾਜਮਾਨ ਨੇ, ਬਾਬਾ ਸ਼ਿੰਦਰ ਸਿੰਘ ਜੀ ਜੋ ਸਤਿਕਾਰਯੋਗ, ਬਾਬਾ ਕੋਲਾ ਸਿੰਘ ਜੀ ਉਹਨਾਂ ਦੇ ਜਥੇਦਾਰ ਨੇ, ਹੋਰ ਵੀ ਮੰਤ ਬਾਬਾ ਮਨਜੀਤ ਸਿੰਘ ਜੀ, ਹੋਰ ਵੀ ਉਹਨਾਂ ਦੇ ਜਥੇਦਾਰ ਸਾਹਿਬ ਬਾਬਾ ਰਾਣਾ ਜੀ ਬੈਠੇ ਨੇ, ਬੜਾ ਸਤਿਕਾਰ ਵਾ ਇਹਨਾਂ ਦਾ ਵੀ, ਕਿਉਂਕਿ ਮਹਾਂਪੁਰਸ਼ ਸੇਵਾ ਕਰਦੇ ਨੇ, ਗੱਲਾਂ ਨਹੀਂ ਕਰਦੇ, ਲੋਕਾਂ ਨੂੰ ਫਸਾਉਂਦੇ ਨਹੀਂ ਗਏ। ਸਤਿਕਾਰਯੋਗ ਬਾਬਾ ਸ਼ਿੰਦਰ ਸਿੰਘ ਜੀ ਉੱਥੇ ਸੁਭਰਾਵਾਂ ਵਿਖੇ ਜਾ ਕੇ ਵੇਖੋ, ਜੋ ਬਹੁਤ ਯੋਧਾ ਸੂਰਮਾ ਬਾਬਾ ਸ਼ਾਮ ਸਿੰਘ ਅਟਾਰੀ ਵਾਲੇ ਜਿਨ੍ਹਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ, ਉੱਥੇ ਉੱਥੇ ਸੇਵਾ ਕਰਦੇ ਨੇ। ਜਿਵੇਂ ਗਿਆਨੀ ਜੀ ਨੇ ਕਿਹਾ, ਜਿਹਨਾਂ ਲੋਕਾਂ ਦਾ ਕੋਈ ਨਹੀਂ, ਜਿਹਨਾਂ ਨੂੰ ਕੋਈ ਨਹੀਂ ਚੱਲਦਾ, ਉਹਨਾਂ ਨੂੰ ਬਾਬਾ ਜੀ ਗੱਲ ਨਾਲ ਲਾ ਕੇ ਉਹਨਾਂ ਨੂੰ ਵਿਦਿਆ ਵੀ ਦਿੰਦੇ ਆ, ਉਹਨਾਂ ਨੂੰ ਕੱਪੜੇ ਵੀ ਦਿੰਦੇ ਆ, ਉਹਨਾਂ ਦੀ ਸੇਵਾ ਵੀ ਕਰਦੇ ਨੇ। ਐਸੇ ਸੰਤ, ਐਸੇ ਜਥੇਦਾਰ ਹੋਣੇ ਚਾਹੀਦੇ ਕੌਮ ਦੇ ਵਿੱਚ। ਹੋਰ ਬਾਬਾ ਮਨਜੀਤ ਸਿੰਘ ਜੀ ਹੁਣੀ ਮਹਾਨ ਸੇਵਾਵਾਂ ਕਰਾ ਰਹੇ ਨੇ, ਸਤਿਕਾਰਯੋਗ ਮੈਂ ਧੰਨਵਾਦ ਕਰਦਾ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਹੋਣਾ ਦਾ। ਇਹ ਜਿਹੜੀ ਟਕਸਾਲ ਆ ਜਿਹਨਾਂ ਦਾ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ, ਬਾਬਾ ਕੋਲਾ ਸਿੰਘ ਜੀ ਹੋਣੀ ਸਤਿਕਾਰਯੋਗ ਮਾਂ ਸੇਵਾ ਦੇ ਪੁੰਜ, ਬਾਬਾ ਸਤਿਕਾਰਯੋਗ ਬਾਬਾ ਤਾਰਾ ਸਿੰਘ ਜੀ ਹੋਣੀ ਉਹ ਮੁਖੀ ਸਨ, ਉਹਨਾਂ ਦੇ ਜਥੇਦਾਰ ਸਾਹਿਬ ਨੇ, ਅਤੇ ਸਤਿਕਾਰਯੋਗ ਬਾਬਾ ਤਾਰਾ ਸਿੰਘ ਜੀ ਉਹ ਮਹਾਨ ਬ੍ਰਹਮ ਗਿਆਨੀ ਸਨ, ਸੇਵਾ ਦੇ ਪੁੰਜ ਸਨ। ਉਹਨਾਂ ਨੂੰ ਕੌਣ ਨਹੀਂ ਜਾਣਦਾ, ਉਹਨਾਂ ਨੂੰ ਪੰਜਾਬ ਕੀ ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਬਹੁਤ ਵੱਡਾ ਸਤਿਕਾਰ ਕਰਦੇ ਨੇ। ਕਦੇ ਵੀ ਮੈਂ ਕਿਸੇ ਨੂੰ ਉਹਨਾਂ ਦੇ ਜੀਵਨ ਤੇ ਉਹਨਾਂ ਦੀ ਸੇਵਾ ਤੇ ਕਿਸੇ ਨੂੰ ਕਿੰਤੂ ਪਰੰਤੂ ਕਰਦਾ ਨਹੀਂ ਸੁਣਿਆ। ਸੋ ਉਹ ਵੀ ਆਏ ਨੇ, ਧੰਨਵਾਦ, ਸਾਰੀਆਂ ਸੰਗਤਾਂ ਆਈਆਂ ਨੇ, ਧੰਨਵਾਦ, ਖਾਸ ਕਰਕੇ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ, ਸਤਿਕਾਰਯੋਗ ਬਾਬਾ ਜੀਵਾ ਸਿੰਘ ਜੀ, ਜੋ ਕੌਮ ਦੇ ਹੀਰੇ ਨੇ, ਹੀਰੇ, ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੇ ਚਰਨਾਂ, ਸੱਚੇ ਪਾਤਸ਼ਾਹ ਮਿਹਰ ਕਰੋ, ਰਹਿਮ ਕਰੋ, ਤਰਸ ਕਰੋ, ਇਹਨਾਂ ਨੂੰ ਹੋਰ ਵੱਡੀ ਵਿਦਿਆ, ਵੱਡੀਆਂ ਸੇਵਾਵਾਂ ਇਹਨਾਂ ਨੂੰ ਬਖਸ਼ੋ, ਕਿਉਂਕਿ ਕੌਮ ਦੀ ਸੇਵਾ ਕਰ ਰਹੇ ਨੇ, ਹੋਰ ਕੌਮ ਦੀ ਸੇਵਾ ਕਰਨ। ਸੋ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਮੇਰੀ ਜ਼ਰੂਰੀ ਮੈਂ ਬੇਨਤੀ ਕਰਦਾ ਨਾ, ਉਹ ਵੀ ਪ੍ਰਵਾਨ ਕਰਿਓ, ਕਿਉਂਕਿ ਮੇਰੀ ਤੁਸੀਂ ਡਿਊਟੀ ਲਾਈ ਆ। ਆਪਾਂ ਨੂੰ ਸਾਰਿਆਂ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗਣਾ ਚਾਹੀਦਾ ਹੈ, ਅਤੇ ਬਾਣੀ ਅਤੇ ਬਾਣੀ ਦੇ ਧਾਰਨੀ ਹੋ, ਖੰਡੇ ਬਾਟੇ ਦਾ ਅੰਬਰ ਛੱਕ ਕੇ ਤਿਆਰ ਬਰ ਤਿਆਰ ਹੋ, ਨਸ਼ਿਆਂ ਦਾ ਤਿਆਗ ਕਰੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੋ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ,
ਮੇਰੀ ਹੱਥ ਜੋੜ ਕੇ ਬੇਨਤੀ ਆ, ਕੋਈ ਵੀ ਬੋਲਣ ਵਾਲਾ ਜਾਂ ਉਸ ਤਰ੍ਹਾਂ ਵੀ ਕੋਈ ਮਿਲ ਕੇ ਫਤਿਹ ਅਰਜ ਕਰਦਾ, ਫਤਿਹ ਗੁਰੂ ਸਾਹਿਬ ਦੀ ਆ। ਫਤਿਹ ਗੱਜ ਵੱਜ ਕੇ ਬੁਲਾ ਕਰੋ, ਕਦੀ ਢਿੱਲੀ ਫਤਿਹ ਨਾ ਬੁਲਾ ਕਰੋ, ਸਤਿਕਾਰ ਨਾਲ ਤੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਗੁਰਬਚਨ ਸਿੰਘ ਜੀ, ਕਰਮਵਾਲਾ ਜਨਰਲ ਸਕੱਤਰ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਿੰਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸਾਨੂੰ ਕੇਵਲ ਤੇ ਕੇਵਲ ਨਾਮ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਜੁੜਨ ਵਾਸਤੇ ਦਰਸਾਇਆ ਹੈ। ਸੋ ਸਟੇਜ ਉੱਪਰ ਬਹੁਤ ਹੀ ਸਤਿਕਾਰਯੋਗ ਬਾਬਾ ਸ਼ਿੰਦਰ ਸਿੰਘ ਜੀ, ਫਤਿਹਗੜ੍ਹ ਪਾਰਲੇ ਸਭਰਾਵਾਂ ਵਾਲੇ ਮਹਾਂਪੁਰਸ਼ ਪਹੁੰਚੇ ਹਨ। ਬਾਬਾ ਜਗਤਾਰ ਸਿੰਘ ਜੀ ਸ਼ਹੀਦਾਂ ਦੇ ਸਥਾਨ ਤੋਂ ਚੋਹਲਾ ਸਾਹਿਬ ਤੋਂ ਪਹੁੰਚੇ ਨੇ। ਇਸੇ ਤਰ੍ਹਾਂ ਬਾਬਾ ਗੁਰਭੇਜ ਸਿੰਘ ਜੀ, ਬਾਬਾ ਲੂਹਾਂ ਜੀ ਦੇ ਸਥਾਨ ਤੋਂ ਚੋਹਲਾ ਸਾਹਿਬ ਤੋਂ ਪਹੁੰਚੇ ਨੇ। ਸੋ ਤਿੰਨਾਂ ਦਾ ਧੰਨਵਾਦ। ਹੁਣ ਜੋ ਸਾਡੇ ਕੋਲ ਬੜੇ ਹੀ ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਤਾਰੀ ਕਵੀ, ਜੋ ਆਪ ਸੰਗਤਾਂ ਦੇ ਨਾਲ ਇਹ ਕਵਿਤਾ ਦੀ ਸਾਂਝ ਪਾਉਣਗੇ, ਉਸ ਤੋਂ ਪਹਿਲਾਂ ਕੁਝ ਕੁ ਨਾਂ ਜਿਹੜੇ ਸਿੰਘ ਬੱਸਾਂ 'ਤੇ ਸੰਗਤਾਂ ਲੈ ਕੇ ਆਏ ਨੇ, ਉਹ ਨਾਮ ਮੈਂ ਆਪ ਸੰਗਤਾਂ ਦੇ ਨਾਲ ਇੱਕ ਵਾਰ ਸਾਂਝੇ ਕਰ ਦੇਵਾਂ। ਭਾਈ ਮਨਜੀਤ ਸਿੰਘ ਜੀ ਗ੍ਰੰਥੀ ਰਸੂਲਪੁਰ, ਇਹ ਉਹ ਸਿੰਘ ਨੇ ਜਿਹੜੇ ਬੱਸਾਂ 'ਤੇ ਸੰਗਤਾਂ ਲਿਆਏ ਨੇ। ਇਸੇ ਤਰ੍ਹਾਂ ਭਾਈ ਅੰਗਰੇਜ਼ ਸਿੰਘ, ਭਾਈ ਹੀਰਾ ਸਿੰਘ ਕਰਮੂਵਾਲ ਤੋਂ, ਭਾਈ ਦਲਬੀਰ ਸਿੰਘ ਕੰਬੋਲ ਢਾਏ ਵਾਲੇ ਤੋਂ, ਖਜਾਨ ਸਿੰਘ ਸਰਪੰਚ, ਭਾਈ ਪ੍ਰਭਜੋਤ ਸਿੰਘ ਰੂੜੀ ਵਾਲੇ ਤੋਂ, ਭਾਈ ਸਾਹਿਬ ਸਿੰਘ ਚੰਬਾ ਕਲਾ, ਭਾਈ ਦੇਬਾ ਸਿੰਘ ਪੱਖੋਪੁਰ, ਭਾਈ ਬੁੱਧਾ ਸਿੰਘ ਜੌਲਾ ਨਗਰਾਂ ਤੋਂ, ਬਾਬਾ ਸਰਦਾਰਾ ਸਿੰਘ ਜੀ ਛਾਪੜੀ ਸਾਹਿਬ ਵਾਲੇ ਮਹਾਂਪੁਰਸ਼, ਭਾਈ ਜੈਮਲ ਸਿੰਘ ਜੀ ਰਾਹਲਾ ਚਾਲਾ ਤੋਂ, ਭਾਈ ਬਲਕਾਰ ਸਿੰਘ ਜੀ ਮੱਲ ਮੋਰੀ, ਭਾਈ ਅਵਤਾਰ ਸਿੰਘ ਜੀ ਰੱਤੋ ਕੇ, ਭਾਈ ਗੁਰਬਚਨ ਸਿੰਘ ਜੀ ਡੇਰਾ ਸਾਹਿਬ ਤੋਂ, ਇਸੇ ਤਰ੍ਹਾਂ ਬਾਬਾ ਲੱਖਾ ਸਿੰਘ ਜੀ ਨੱਥੂਪੁਰ ਠੱਟੀਆਂ ਮਹੰਤਾਂ ਤੋਂ, ਨਿਸ਼ਾਨ ਸਿੰਘ ਜੀ ਬੁਰਜ ਦੇਵਾ ਸਿੰਘ ਤੋਂ ਸੰਗਤ, ਭਾਈ ਗੁਰਪ੍ਰੀਤ ਸਿੰਘ ਜੀ ਅਲੀਪੁਰ ਤੋਂ, ਭਾਈ ਰਾਮ ਸਿੰਘ ਜੀ ਸੰਗਤਪੁਰ ਤੋਂ, ਭਾਈ ਕੁਲਦੀਪ ਸਿੰਘ ਜੀ ਕਾਲਵਾਂ ਤੋਂ, ਰਾਣੀ ਬਲਾ ਤੋਂ, ਭਾਈ ਅਵਤਾਰ ਸਿੰਘ ਜੀ ਝੰਡੇਰ ਪੈਲ ਇਹਨਾਂ ਘਟਕਾ ਆਦਿਕ ਨਗਰਾਂ ਤੋਂ ਸੰਗਤਾਂ ਚੱਲ ਕਰਕੇ ਆਈਆਂ ਨੇ। ਸੋ ਹੁਣ ਜੋ ਸਾਡੇ ਕੋਲ ਬਾਬਾ ਚਰਨ ਸਿੰਘ ਜੀ ਦਿਆਲਪੁਰ ਵਾਲੇ ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਪਹੁੰਚੇ ਹਨ, ਇਸ ਬਾਬਾ ਗੁਲਾਬ ਸਿੰਘ ਜੀ ਠੱਠੀਖਾਰਾ ਵਾਲੇ ਮਹਾਂਪੁਰਸ਼ ਉਹ ਵੀ ਪਹੁੰਚੇ ਹਨ, ਭਾਈ ਹਰਵਿੰਦਰ ਸਿੰਘ ਜੀ ਧੁੰਦਾ ਪੱਤਰਕਾਰ ਅਜੀਤ ਅਖਬਾਰ, ਕਪੂਰ ਸਿੰਘ ਜੀ ਸਰਪੰਚ ਘੜਕਾ, ਉਜਾਗਰ ਸਿੰਘ ਸਰਪੰਚ ਸਾਬਕਾ ਘੜਕਾ, ਜਸਬੀਰ ਸਿੰਘ ਜਸ ਕਾਲਵਾ, ਜਸਬੀਰ ਸਿੰਘ ਚੇਅਰਮੈਨ ਢੋਟੀਆਂ, ਸਾਹਿਬ ਸਿੰਘ ਬੁੱਟਰ ਜੀਰੇ ਤੋਂ ਪੰਜਾਬ ਸਿੰਘ, ਭਾਈ ਕੁਲਦੀਪ ਸਿੰਘ ਜੀ ਸਰਪੰਚ ਜਾਮਾ ਰਾਏ, ਬਾਬਾ ਅਮਰੀਕ ਸਿੰਘ ਜੀ ਵਕੀਲ ਜੀਰਾ, ਸਰਦਾਰ ਸੁਖਵਿੰਦਰ ਸਿੰਘ ਜੀ ਅਲੀਪੁਰ, ਸਰਦਾਰ ਗੁਰਦਿਆਲ ਸਿੰਘ ਜੀ ਚੇਅਰਮੈਨ ਮੁੰਡਾ ਪਿੰਡ, ਭਾਈ ਦਿਲਬਾਗ ਸਿੰਘ ਜੀ ਨਾਗੋਕੇ, ਸਰਦਾਰ ਸੁਖਵਿੰਦਰ ਸਿੰਘ ਜੀ ਕਾਕਾ ਪ੍ਰਧਾਨ ਚੋਹਲਾ ਸਾਹਿਬ, ਪ੍ਰਗਟ ਸਿੰਘ ਜੀ ਮਨੈਂਜਰ ਰੱਤੋਕੇ, ਚੈਂਦਲ ਸਿੰਘ ਜੀ ਚੋਹਲਾ ਸਾਹਿਬ, ਭਾਈ ਪ੍ਰਿਤਪਾਲ ਸਿੰਘ ਜੀ ਲਾਲੀ ਸੈਕਟਰੀ ਕੰਬੋਟ ਆਇਵਾ, ਸਰਦਾਰ ਪਿਸ਼ੌਰਾ ਸਿੰਘ ਜੀ ਸਰਪੰਚ ਗੁੱਜਰਪੁਰਾ, ਭਾਈ ਮੁਖਤਿਆਰ ਸਿੰਘ ਜੀ ਸਰਪੰਚ, ਭਾਈ ਬਲਵਿੰਦਰ ਸਿੰਘ ਜੀ ਸਰਪੰਚ ਖਵਾਸਪੁਰਾ, ਭਾਈ ਗੁਰਪ੍ਰੀਤ ਸਿੰਘ ਜੀ ਬਠਿੰਡੇ ਤੋਂ, ਭਾਈ ਜਗਜੀਤ ਸਿੰਘ ਜੀ ਸਰਪੰਚ ਘੜਕਾ, ਭਾਈ ਰਾਜਵੀਰ ਸਿੰਘ ਜੀ ਸਰਹਾਲੀ ਆੜਤੀਆ ਸਾਹਿਬ, ਭਾਈ ਗੌਰ ਨਵੀਨ ਸਿੰਘ ਰਾਜਸਥਾਨ ਤੋਂ, ਸੋ ਕੁਝ ਬੰਬੇ ਤੋਂ, ਭਾਈ ਜਸਪਾਲ ਸਿੰਘ ਜੀ, ਭਾਈ ਹਰਭਜਨ ਸਿੰਘ ਜੀ, ਨਿਸ਼ਾਨ ਸਿੰਘ ਆਦਿਕ ਸੰਗਤਾਂ ਚੱਲ ਕੇ ਆਈ।
ਗਈਆਂ। ਸੋ ਜਿੰਨੇ ਵੀ ਗੁਰਮੁਖ ਪਿਆਰੇ ਸਾਰੀਆਂ ਸੰਗਤਾਂ ਭਾਵੇਂ ਬੱਸਾਂ ਤੇ ਸੰਗਤਾਂ ਲਿਆਏ ਨੇ, ਆਪ ਚੱਲ ਕੇ ਆਏ ਨੇ, ਪੰਚ ਸਰਪੰਚ ਸਾਰਿਆਂ ਦਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਮੈਂ ਬੇਨਤੀ ਕਰਾਂ ਸਾਡੇ ਬੜੇ ਹੀ ਸਤਿਕਾਰਯੋਗ ਕਵੀ ਸਾਹਿਬ ਭਾਈ ਅਵਤਾਰ ਸਿੰਘ ਜੀ ਤਾਰੀ, ਉਹਨਾਂ ਨੂੰ ਬੇਨਤੀ ਆ ਕਿ ਉਹ ਆਪ ਸੰਗਤਾਂ ਦੇ ਨਾਲ ਇਹ ਕਵਿਤਾ ਦੀ ਸਾਂਝ ਪਾਉਣ। ਉਸ ਤੋਂ ਬਾਅਦ ਸਾਡੇ ਕੋਲ ਕੇਵਲ ਇੱਕ ਹੀ ਜਥਾ ਹੈ, ਗਿਆਨੀ ਕੇਵਲ ਸਿੰਘ ਜੀ ਮਹਿਤਾ ਸੋਹੀ ਬ੍ਰਦਰਜ, ਤਿੰਨਾਂ ਨੇ ਆਪ ਸੰਗਤਾਂ ਦੇ ਨਾਲ ਕਵੀਸ਼ਰੀ ਦੇ ਦੁਆਰਾ ਗੁਰ ਇਤਿਹਾਸ ਦੀ ਸਾਂਝ ਪਾਉਣੀ ਹੈ। ਸੋ ਆਓ ਸ਼੍ਰਵਣ ਕਰੀਏ ਜੀ, ਭਾਈ ਅਵਤਾਰ ਸਿੰਘ ਜੀ ਤਾਰੀ ਕਵੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਗੁਰੂਆਂ ਦੀ ਜੋਤ, ਚਵਰ ਤਖਤ ਦੇ ਮਾਲਿਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀਓ, ਆਓ ਮਰਿਆਦਾ ਅਨੁਸਾਰ ਫਤਿਹ ਦੀ ਸਾਂਝ ਪਾਈਏ, ਕੋਈ ਰਸਨਾ ਖਾਲੀ ਨਾ ਰਹੇ। ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਰਿਣੀ ਹਾਂ, ਹਰ ਸਾਲ ਦੀ ਤਰ੍ਹਾਂ ਹਮੇਸ਼ਾ ਦੀ ਤਰ੍ਹਾਂ ਬਾਬਾ ਬੰਤਾ ਸਿੰਘ ਜੀ ਔਰ ਗਿਆਨੀ ਜੀਵਾ ਸਿੰਘ ਜੀ ਹੁਕਮ ਲਾਉਂਦੇ ਆ, ਇਸ ਵਾਰ ਵੀ ਉਹਨਾਂ ਨੇ ਹੁਕਮ ਲਾਇਆ। ਆਪ ਸੰਗਤਾਂ ਦੇ ਚਰਨ ਪਰਸ ਰਿਹਾ ਹਾਂ। ਸਟੇਜ 'ਤੇ ਬਹੁਤ ਸਤਿਕਾਰਯੋਗ ਸਤਿਕਾਰਤ ਰੂਹਾਂ ਸੰਤ ਮਹਾਂਪੁਰਸ਼ ਬੈਠੇ ਹਨ ਸਾਧ ਸੰਗਤ। ਸਮੇਂ ਦੀ ਬਹੁਤ ਸੀਮਾ ਹੈ, ਆਓ ਇੱਕ ਰਚਨਾ ਮੈਂ ਜੋ ਚੁਣੀ ਹੈ, ਇਸ ਰਚਨਾ ਦਾ ਨਾਂ ਹੈ ਤਸਵੀਰ। ਮੁਸੱਵਰ ਮਨ ਬਣਾਉਂਦਾ ਹੈ ਕਿ ਮੈਂ ਇੱਕ ਤਸਵੀਰ ਬਣਾਵਾਂ, ਤਸਵੀਰ ਵੀ ਸਿੱਖੀ ਦੀ ਤਸਵੀਰ ਬਣਾਵਾਂ। ਜਦੋਂ ਇਹ ਸਿੱਖ ਇਤਿਹਾਸ ਪੜ੍ਹਦਾ ਹੈ, ਜਦੋਂ ਸਿੱਖ ਇਤਿਹਾਸ ਨੂੰ ਵਾਸਤਾ ਹੈ ਤਾਂ ਕੀ ਦੇਖਦਾ ਹੈ, ਸਾਰਾ ਹੀ ਸਿੱਖ ਇਤਿਹਾਸ ਖੂਨ ਨਾਲ ਲੱਥ ਪੱਥ ਹੈ। ਉਹ ਇੱਕ ਹੱਥ ਵਿੱਚ ਦਵਾਤ ਔਰ ਦੂਸਰੇ ਹੱਥ ਵਿੱਚ ਕਲਮ ਲੈ ਕੇ ਇਹ ਸੋਚਾਂ ਵਿੱਚ ਪੈ ਜਾਂਦਾ ਹੈ ਕਿ ਮੈਂ ਇਹ ਸਿੱਖੀ ਦੀ ਤਸਵੀਰ ਕਿੱਥੋਂ ਸ਼ੁਰੂ ਕਰਾਂ ਅਤੇ ਕਿੱਥੇ ਸਮਾਪਤ ਕਰਾਂ। ਆਓ ਜਿੰਨਾ ਸਮਾਂ ਮਿਲਿਆ ਇਹ ਸਿੱਖੀ ਦੀ ਤਸਵੀਰ ਰਚਨਾ ਮੈਂ ਆਪ ਜੀ ਨਾਲ ਸਾਂਝੀ ਕਰਾਂ। ਇੱਕ ਵਾਰ ਫਿਰ ਫਤਿਹ ਦੀ ਅਸ਼ੀਸ ਦਿਓ ਸਾਧ ਸੰਗਤ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਿੱਖੀ ਖੰਡਿਓ ਤਿੱਖੀ ਦੀ, ਇਸ ਸਿੱਖੀ ਖੰਡਿਓ ਤਿੱਖੀ ਦੀ, ਕਿਵੇਂ ਤਸਵੀਰ ਬਣਾਵਾਂ ਸਾੜੀ ਦੇ ਵੇਖਣ ਲਈ, ਕਿਹੋ ਜਿਹੀ ਜੋਤ ਜਗਾਵਾਂ ਮੈਂ,
ਇਸ ਸਿੱਖੀ ਖੰਡਿਓ ਤਿੱਖੀ ਦੀ ਕੋਈ ਰੱਬੀ ਬਾਣੀ ਪੜਦਾ ਏ ਨਾਲੇ ਰੱਬੀ ਬਾਣੀ ਪੜਦਾ ਏ ਕਿੰਜ ਜਹਾਂਗੀਰ ਸੜ ਸਿੱਖੀ ਖੰਡਿਓ ਤਿੱਖੀ ਦੀ ਦੂਸਰਾ ਬੰਦ ਦੇਖਣਾ ਸਤਸੰਗੀ ਉਹ ਮੁਸਵਰ ਕੀ ਕਹਿੰਦਾ ਹੈ ਇੱਕ ਚੌਂਕ ਬਣਾਉਣਾ ਸਤਿਗੁਰ ਨੂੰ ਬਠਾਉਣਾ ਪੈਣਾ ਸਤਿਗੁਰ ਨੂੰ ਬਠਾਉਣਾ ਪੈਣਾ ਸਿਰ ਲੱਥਦਾ ਜਗ ਦੇ ਵਾਲੀ ਸਿਰ ਲੱਥਦਾ ਜਗ ਦੇ ਵਾਲੀ ਦਾ ਕਿਹੜੇ ਜਿਗਰੇ ਨਾਲ ਵਖਾਵਾਂ ਮੈਂ ਇਸ ਸਿੱਖੀ ਖੰਡਿਓ ਤਿੱਖੀ ਫਿਰ ਇੱਕ ਇਤਿਹਾਸ ਦਾ ਵਰਕਾ ਫੋਲਿਆ ਮੁਸ਼ਵਰ ਨੇ ਕੀ ਦੇਖਦਾ ਹੈ ਸਤਸੰਗੀਓ ਆਓ ਇੱਕ ਬੰਦ ਆਪ ਜੀ ਨਾਲ ਸਾਂਝਾ ਕਰਨ ਲੱਗਾ ਹਾਂ ਆਰੇ ਦੇ ਦੰਦੇ ਇੱਕ ਪਾਸੇ ਕੁਝ ਸਿੱਧਕੀ ਪਾਸੇ ਬੰਦਿਆਂ ਦੇ ਸਿਰ ਤੇ ਦੰਦਿਆਂ ਦਾ ਬੰਦਿਆਂ ਦੇ ਸਿਰ ਤੇ ਦੰਦਿਆਂ ਦਾ ਹਾਏ ਕਿਵੇਂ ਨਾਚ ਨਚਾਵਾਂ ਸਿੱਖੀ
ਖੰਡਿਓ ਤਿੱਖੀ ਦੀ। ਔ ਸਤਸੰਗ ਇੱਕ ਹੋਰ ਇਤਿਹਾਸ ਦਾ ਵਰਕਾ ਫੁੱਲਿਆ ਮੁਸ਼ਵਰ ਨੇ ਤਾਂ ਕੀ ਦੇਖਦਾ ਹੈ। ਬਹੁਤ ਹੀ ਬਹਾਬੂਰਤ ਬੰਦ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਹਾਂ। ਆਸਾ ਪ੍ਰਣ ਕਰੋਗੇ ਸਤਸੰਗੀਓ। ਇੱਕ ਪਾਸੇ ਇੱਕ ਚਮਕੌਰ ਗੜੀ, ਇੱਕ ਪਾਸੇ ਇੱਕ ਚਮਕੌਰ ਗੜੀ, ਇੱਕ ਪਾਸੇ ਸਿੱਖੀ ਖੰਡਿਓ ਤਿੱਖੀ ਦੀ। ਇਸ ਰਚਨਾ ਦੇ ਆਖਰੀ ਦੋ ਬੰਦ ਕਹਿ ਕੇ ਸਤਸੰਗ ਜੀ ਮੈਂ ਆਪਣੀ ਥਾਂ ਲੈ ਲੈਣੀ ਹੈ। ਰੱਤ ਰੰਗ ਬਰੰਗੀ ਹੱਬ ਜਾਏ, ਫੋਟੋ ਫੇਰ ਚੰਗੀ ਹੱਬ ਜਾਏ। ਮਤੀ ਦਾਸ ਦੇ ਪਾਟੇ ਚਿਹਰੇ ਨੂੰ, ਮਤੀ ਦਾਸ ਦੇ ਸਿੱਖੀ ਖੰਡਿਓ ਤਿੱਖੀ ਦੀ। ਆਖਰੀ ਬੰਦ ਦੇਖਣਾ ਸਾ ਸੰਗਤ, ਮੁਸ਼ਵਰ ਕਹਿੰਦਾ ਕਿ ਇੱਕ ਬਹੁਤ ਜ਼ਰੂਰੀ ਬਾਤ ਰਹਿੰਦੀ ਹੈ, ਜੇ ਉਹ ਜ਼ਰੂਰੀ ਬਾਤ ਰਹਿੰਦੀ ਹੈ ਤੇ ਤਸਵੀਰ ਵੀ ਅਧੂਰੀ ਰਹਿੰਦੀ ਹੈ। ਆਓ ਇੱਕ ਸ਼ੇਰ ਆਪ ਜੀ ਨਾਲ ਸਾਂਝਾ ਕਰਾਂ। ਉਹ ਅਧੂਰੀ ਬਾਤ ਕਿਹੜੀ ਹੈ, ਤਸਵੀਰ ਅਧੂਰੀ ਕਿਉਂ ਹੈ। ਆਖਰੀ ਸ਼ੇਰ ਕਹਿ ਕੇ ਫਿਰ ਮੈਂ ਆਪਣੀ ਥਾਂ ਲੈ ਲੈਣੀ ਹੈ ਸਤਸੰਗੀਓ। ਇੱਕ ਬਾਤ ਜ਼ਰੂਰੀ ਰਹਿੰਦੀ ਏ, ਇੱਕ ਬਾਤ ਜ਼ਰੂਰੀ ਰਹੀ
ਰਹਿੰਦੀ ਤਸਵੀਰ ਅਧੂਰੀ ਰਹਿੰਦੀ ਨਹੀਂ ਲੱਭਦੇ ਟੋਟੇ ਬੱਚਿਆਂ ਦੇ ਨਹੀਂ ਲੱਭਦੇ ਸਿੱਖੀ ਖੰਡਿਓ ਤਿੱਖੀ ਦੀ ਕਿਵੇਂ ਤਸਵੀਰ ਸੰਗਤ ਬਹੁਤ ਬਹੁਤ ਧੰਨਵਾਦ। ਸਮੇਂ ਦੀ ਸੀਮਾ ਮੈਂ ਕਦੀ ਵਕਤ ਨਾਲ ਬੇਇਨਸਾਫ਼ੀ ਨਹੀਂ ਕੀਤੀ, ਕਦੀ ਸਟੇਜ ਨਾਲ ਬੇਇਨਸਾਫ਼ੀ ਨਹੀਂ ਕੀਤੀ। ਸਤਸੰਗਤ ਜੀ, ਉਹ ਮੇਰਾ ਇੱਕ ਅਸੂਲ ਹੈ, ਜਿੰਨਾ ਸਮਾਂ ਮਿਲਿਆ ਮਹਾਂਪੁਰਸ਼ਾਂ ਵੱਲੋਂ ਉਹਨਾਂ ਦਾ ਧੰਨਵਾਦ, ਆਪ ਸੰਗਤਾਂ ਦਾ ਬਹੁਤ ਧੰਨਵਾਦ, ਕੋਟਾਨ ਕੋਟਾਨ ਧੰਨਵਾਦ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਆਓ, ਜਿੰਨੇ ਪਿਆਰ ਨਾਲ ਸਰਵਣ ਕੀਤਾ ਉਹਨੇ ਪਿਆਰ ਨਾਲ ਦਾਸ ਦੀ ਝੋਲੀ 'ਚ ਫਤਿਹ ਦੀਆਂ ਸੀਸਾਂ ਪਾਇਓ, ਗੱਜ ਕੇ ਆਖੋ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਾਬਾ ਜੀਵਾ ਸਿੰਘ ਜੀ ਹੁਣਾਂ ਵੱਲੋਂ ਕਵੀ ਭਾਈ ਅਵਤਾਰ ਸਿੰਘ ਜੀ ਨੂੰ ਗੁਰੂ ਘਰ ਦੀ ਬਖਸ਼ ਸਿਰੂਪਾਵ ਦੀ ਦਾਤ ਦਿੱਤੀ ਗਈ ਆ। ਕਵੀ ਜੀ ਦਾ ਬਹੁਤ ਬਹੁਤ ਧੰਨਵਾਦ। ਸਾਡੇ ਕੋਲ ਸਟੇਜ ਦੇ ਉੱਪਰ ਬੜੇ ਹੀ ਸਤਿਕਾਰਯੋਗ ਬਾਬਾ ਮਾਨ ਸਿੰਘ ਜੀ, ਗੁਰੂ ਨਾਨਕ ਦਲ ਮੜੀਆਂ ਵਾਲੇ ਮਹਾਂਪੁਰਸ਼ ਪਹੁੰਚੇ ਹਨ, ਤਿੰਨਾਂ ਦੇ ਇੱਥੇ ਪਹੁੰਚਣ ਤੋਂ ਜੀਓ ਆਇਆ ਧੰਨਵਾਦ ਆਖਦੇ ਹਾਂ। ਸੋ ਹੁਣ ਮੈਂ ਬੇਨਤੀ ਕਰਾਂ ਸਾਡੇ ਸਤਿਕਾਰਯੋਗ ਗਿਆਨੀ ਕੇਵਲ ਸਿੰਘ ਜੀ ਮਹਿਤਾ, ਸੋਹੀ ਬ੍ਰਦਰਜ਼, ਤਿੰਨਾਂ ਦਾ ਕਵੀਸ਼ਰੀ ਜਥਾ ਜੋ ਆਪ ਸੰਗਤਾਂ ਨੂੰ ਕਵੀਸ਼ਰੀ ਦੇ ਦੁਆਰਾ ਗੁਰ ਇਤਿਹਾਸ ਸ਼੍ਰਵਣ ਕਰਾ ਕੇ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਬੜੇ ਹੀ ਸਤਿਕਾਰਯੋਗ ਬਾਬਾ ਗੁਰਭੇਜ ਸਿੰਘ ਜੀ ਸਬਾਜਪੁਰ ਤੋਂ ਪਹੁੰਚੇ ਹਨ, ਤਿੰਨਾਂ ਨੂੰ ਵੀ ਇੱਥੇ ਪਹੁੰਚਣ 'ਤੇ ਜੀਓ ਆਇਆ ਧੰਨਵਾਦ। ਸ਼੍ਰਵਣ ਕਰੀਏ ਜੀ ਗਿਆਨੀ ਕੇਵਲ ਸਿੰਘ ਜੀ ਮਹਿਤਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਕੁੰਜਾਂ ਵਾਂਗ ਕੁਰਲਾ ਕੇ
ਰੱਬ ਅੱਗੇ ਮੇਰੇ ਮਾਲਕਾ ਪੂਰੀ ਫਰਿਆਦ ਕਰਦੇ ਮੇਰੇ ਪਿਤਾ ਲਿਆ ਮੇਰੇ ਪੁੱਤ ਲੈ ਲਾ ਚਾਹੇ ਵਸਦਾ ਘਰ ਬਰਬਾਦ ਕਰਦੇ ਚੁਣ ਲੈ ਨਾਲ ਪਰਿਵਾਰ ਮੇਰਾ ਐ ਪਰਖਾਲਸਾ ਪੰਥ ਆਬਾਦ ਕਰਦੇ ਨੀਲੇ ਦੀਆਂ ਚਾਏ ਸਵਾਰਾ ਨੀਲੇ ਦੀਆਂ ਚਾਏ ਸਵਾਰਾ ਖੁਸ਼ੀ ਮਨਾਈ ਖੈਰਾ ਕਿਲਾ ਵੇਖ
ਸੋਹਣ